फिर कवन कवन गुण कह कह गावा। तू साहिब गुणी निधाना, तुमरी महिमा वर्ण न सका। ठाकुर ऊच भगवाना, एक ओंकार सतनाम करता पुरख, निर्भौ निर्वैर अकाल मूरत, अजुनी सैपं गुरप्रसाद, प्रभाती महला पहला, अमृत नीर ज्ञान मन मजना, अठ सठ तीर्थ संग गहे, गुर उपदेश जवाहर माणक, सेवे सिख सुख उजलह। गुर समान गुर समान तीरथ नहीं कोए, सर संतोख सर संतोख जास गुर हुए। रहा गुर दरियाओ सदा जल निर्मल, गुर दरियाओ सदा जल निर्मल, मिलया दुर्मत मैल हरे, सतगुर पाया पूरा नावण, पशु परेतों देव करे। रता सच नाम तल ही अला, सो गुर परमल कहिए, जाकी वास वनस्पत सौरै, तास चरण लिव रही है। गुरमुख जी प्राण उपजै, गुरमुख शिव कर जाइए, गुरमुख नानक सच समाइए, गुरमुख निज पद पाइए। गुरमुख नानक सच समाइए, गुरमुख निज पद पाइए। परम सम्मान योग तन तन शब्द गुरु श्री गुरु ग्रंथ साहिब सच्चे पातशाह महाराज जी दी पावन गोद विच सुभाईमान सत संगी जनों, तीन रोजा गुरमत समागम के तीसरे दीवान की हाजरी भरदिया होया, सतगुरु जी की गोद विच बैठ के शामा वेले तो लैके हुण तक गुरबाणी का पाठ, गुरबाणी का कीर्तन,
ਅਤੇ ਭਾਈ ਸਾਹਿਬ ਹੁਣਾਂ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਬਹੁਤ ਪਿਆਰ ਨਾਲ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਸਰਵਣ ਕਰ ਰਹੇ ਸੀ। ਆਓ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਪਾਠ ਆਪਾਂ ਸਾਰਿਆਂ ਨੇ ਹੀ ਬਹੁਤ ਪਿਆਰ ਨਾਲ ਟਿਕਾ ਵਿੱਚ ਬੈਠ ਕੇ ਸਰਵਣ ਕੀਤਾ ਹੈ। ਗੁਰੂ ਨਾਨਕ ਪਿਤਾ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਪ੍ਰਭਾਤੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1329 ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸ਼ਬਦ ਅੰਕਿਤ ਹੈ। ਪਾਵਨ ਸ਼ਬਦ ਵਿੱਚ ਗੁਰਦੇਵ ਜੀ ਕੀ ਵਿਚਾਰ ਬਖਸ਼ਿਸ਼ ਕਰਦੇ ਹਨ, ਨਾਲ ਨਾਲ ਕੁਝ ਇਤਿਹਾਸਕ ਪੱਖ, ਕੁਝ ਗੁਰਬਾਣੀ ਦੀਆਂ ਵਿਚਾਰਾਂ ਸੁਰਤ ਨੂੰ ਟਿਕਾ ਦੇ ਵਿੱਚ ਰੱਖਣ ਦਾ ਯਤਨ ਕਰਨਾ ਹੈ। ਆਓ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਵੇ, ਇੱਕੇ ਵਾਰ ਕਹਿਣ ਤੇ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਗੁਰੂ ਦੀ ਵਡਿਆਈ ਕਰਦਿਆਂ ਹੋਇਆਂ, ਗੁਰੂ ਦੀ ਮਹਿਮਾ ਕਰਦਿਆਂ ਹੋਇਆਂ ਜੋ ਸ਼ਬਦ ਵਰਤੇ ਹਨ ਉਹ ਬਾ ਕਮਾਲ ਹਨ। ਜਪਜੀ ਸਾਹਿਬ ਦਾ ਜਦੋਂ ਅਸੀਂ ਪਾਠ ਕਰਦੇ ਹਾਂ, ਜਪਜੀ ਸਾਹਿਬ ਦੀ ਪਹਿਲੀ ਪੌੜੀ ਤੇ ਪਹਿਲੀ ਪੌੜੀ ਦੀ ਪਹਿਲੀ ਤੁਕ, ਉਹਦੇ ਵਿੱਚ ਸਭ ਤੋਂ ਪਹਿਲਾ ਜ਼ਿਕਰ ਇਹ ਹੈ ਕਿ ਲੱਖਾਂ ਵਾਰ ਮਨੁੱਖ ਤਨ ਨੂੰ ਪਾਣੀ ਨਾਲ ਬਾਹਰੋਂ ਧੋ ਲਵੇ, ਇਹਦੇ ਨਾਲ ਮਨ ਸੁੱਚਾ ਨਾਲ ਨਾਲ ਦੁਹਰਾਈ ਜਾਇਓ ਜੀ ਤਾਂ ਕਿ ਗੱਲ ਸਮਝ ਵਿੱਚ ਪੈ ਜਾਏ। ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੈ ਤੇ ਪਹਿਲੀ ਬਾਣੀ ਦੀ ਪਹਿਲੀ ਪੌੜੀ ਤੇ ਪਹਿਲੀ ਪੌੜੀ ਦੀ ਪਹਿਲੀ ਤੁਕ ਵਿੱਚ ਹੀ ਉਸ ਗੱਲ ਦਾ ਜ਼ਿਕਰ ਕੀਤਾ ਜਿਹਦੇ ਤੇ ਸਭ ਤੋਂ ਵੱਧ ਜ਼ੋਰ ਬ੍ਰਾਹਮਣ ਦੇ ਰਿਹਾ ਸੀ। ਇਹ ਹੁਣ ਨਾਲ ਨਾਲ ਆਪਾਂ ਨਖੇੜਾ ਕਰੀ ਜਾਣਾ ਵੀ ਉਦੋਂ ਦੇ ਰਿਹਾ ਸੀ ਜਾਂ ਹੁਣ ਵੀ ਹੈ, ਇਹ ਨਾਲ ਨਾਲ ਆਪਾਂ ਸਮਝੀ ਜਾਣਾ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ, ਪਹਿਲੀ ਬਾਣੀ ਦੀ ਪਹਿਲੀ ਪੌੜੀ ਤੇ ਪਹਿਲੀ ਪੌੜੀ ਦੀ ਪਹਿਲੀ ਤੁਕ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ ਵਾਰ ਨਹੀਂ, ਲੱਖਾਂ ਵਾਰ। ਭਾਈ ਜੇ ਤੂੰ ਤਨ ਨੂੰ ਪਾਣੀ ਨਾਲ ਬਾਹਰੋਂ ਧੋ ਲਵੇਂ, ਇਹਦੇ ਨਾਲ ਮਨ ਸਾਫ ਨਹੀਂ ਹੋਏਗਾ, ਸੁੱਚਾ ਨਹੀਂ ਹੋਏਗਾ। ਇਹਦਾ ਅਰਥ ਉਸ ਵਕਤ ਪੁਜਾਰੀ ਸਭ ਤੋਂ ਵੱਧ ਜ਼ੋਰ ਇਸ ਗੱਲ ਤੇ ਦੇ ਰਿਹਾ ਸੀ। ਕੰਮ ਸੌਖਾ ਹੈ ਨਾ ਇਹਦਾ, ਇਹ ਤਾਂ ਬਹੁਤ ਸੌਖਾ ਕੰਮ ਹੈ। ਕਿਸੇ ਨੂੰ ਕਹਿਣਾ ਇੱਥੇ ਨਾਲਾ ਤੇਰੇ ਪਾਪ ਲੈ ਜਾਣਗੇ, ਇਹ ਤਾਂ ਸੌਖਾ ਹੀ ਬੜਾ, ਛੱਡਣਾ ਕੁਝ ਨਹੀਂ, ਸਿਰਫ ਨਹਾਉਣਾ ਹੀ ਹੈ, ਸੌਖਾ ਹੈ। ਪਰ ਜੇ ਮਨ ਵਿੱਚੋਂ ਕੁਝ ਛੱਡਣਾ ਪਵੇ ਤਾਂ ਥੋੜ੍ਹਾ ਜਿਹਾ ਔਖਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਅੰਦਾਜ਼ਾ ਲਾਓ, ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਵਿੱਚ ਪ੍ਰਭਾਤੀ, ਕੋਸ਼ਿਸ਼ ਕਰਿਓ ਜਿਹਨਾਂ ਘਰਾਂ 'ਚ ਪੋਥੀਆਂ ਨੇ ਜਿਹੜੇ ਸਹਿਜ ਪਾਠ ਬਾਣੀ ਸਮਝ ਕੇ ਕਰਦੇ ਨੇ ਆਪ, ਇਸ ਸ਼ਬਦ ਨੂੰ 1329 ਅੰਕ 'ਤੇ ਸ਼ਬਦ ਹੈ। ਰਹਾਓ ਦੀਆਂ ਤੁਕਾਂ ਵਿੱਚ ਗੁਰਦੇਵ ਜੀ ਕਹਿੰਦੇ ਨੇ ਗੁਰ ਸਮਾਨ ਤੀਰਥ ਨਹੀਂ ਕੋਈ, ਗੁਰੂ ਵਰਗਾ ਕੋਈ ਤੀਰਥ ਸਥਾਨ ਨਹੀਂ। ਇੱਕ ਵਾਰ ਸਾਰੇ ਕੋਲ ਧੰਨ ਸ੍ਰੀ ਗੁਰੂ ਨਹੀਂ ਹੈਗਾ, ਨਾ ਹੈ ਨਾ ਹੋਏਗਾ, ਜਿਹੜਾ ਸਾਨੂੰ ਸਹੀ ਰਸਤਾ ਦੱਸ ਸਕਦਾ ਹੋਵੇ। ਸਾਰ ਸੰਤੋਖ ਸਰਦਾਰ ਤੇ ਸਰੋਵਰ ਸੰਤੋਖ ਦਾ ਸਰੋਵਰ ਹੈ। ਬੰਦਾ ਪਾਣੀ ਵਿੱਚ ਇਸ਼ਨਾਨ ਕਰਦਾ ਤਨ ਫਰੈਸ਼ ਹੁੰਦਾ, ਮੈਲ ਲੈਂਦੀ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਇਸ ਗਿਆਨ ਦੇ ਸਰੋਵਰ 'ਚ ਇਸ਼ਨਾਨ ਕਰਾਂਗਾ ਸੰਤੋਖ ਆਏਗਾ। ਅੱਜ ਦੁਨੀਆਂ ਬੇਸੰਤੋਖੀ ਤਾਂ ਹੀ ਹੋਈ ਹੈ, ਇਸ ਸਰੋਵਰ 'ਚ ਇਸ਼ਨਾਨ ਕਰਨਾ ਨਹੀਂ ਆਇਆ, ਬੇਸੰਤੋਖੇ ਤਾਂ ਹੀ ਹੈ, ਸੰਤੋਖ ਤਾਂ ਹੈ ਹੀ ਨਹੀਂ ਜੀਵਨ 'ਚ।
ना खान च है, ना पहनने च है, ना तुरन च है, ना फिरन च है। संतोख बेसंतोख का जीवन हो गया, क्योंकि जेडे सरोवर में इनान कर ली गुरु ने कहा सी उतों तक तो असी पहुंच की ने, उदे बने बने अगलिया ने घेरा ही ऐसा पाया। आओ एक बार मन की कागरता वास्ते रहाओ दियां तुकां पढ़ीए, ताकि सानू बाणी गाउण दा, बाणी विचारन दा, बाणी विच एकमिक होण दा स्वाद आ सके, असी बाणी नूं खुद समझ के पढ़ सकीए। सारे पढ़ो गुर समान तीरथ नहीं कोए, 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 सर संतोख तास गुर होए, 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 गुर जैसा नाही को देव, गुर जैसा नाही को देव, वाह वाह, गुर जैसा नाही को देव, गुर जैसा नाही को देव, गुर जैसा नाही को देव, गुर जैसा नाही को दे, जिस मस्तक भाग सो लागा सेव, जिस मस्तक भाग सो लागा सेव, सतगुरु मेरा बेमौता, सतगुरु मेरा बेमौता, सतगुरु मेरा सच्चा साल, सतगुरु मेरा सच्चा साल, वाह वाह, सतगुरु मेरा सब सुखा दाता, सतगुरु मेरा सब सुखा दाता, सतगुरु मेरा पुरख विधाता, सतगुरु मेरा पुरख विधाता, गुर समान तीरथ नहीं कोए, गुर समान तीरथ नहीं कोए, सतगुरु मेरा सर्व प्रतपालय, सतगुरु मेरा सर्व प्रतपालय, सतगुरु मेरा मार जीवालय, सतगुरु मेरा मार जीवालय, सतगुरु मेरे की वड्याई, सतगुरु मेरे की वड्याई, प्रगट पई है सबनी थाई, प्रगट पई है सबनी थाई, वाह वाह, गुर समान तीरथ नहीं कोए, गुर समान तीरथ नहीं कोए, किन्ना असूल प्यारा बख्शिश कीता है भी गुर समान तीर्थ नहीं कोए, गुरु वर्गा कोई तीर्थ स्थान नहीं है, गुरु का कोई मुकाबला नहीं कर सकता।
सर सरोवर संतोख संतोख दा सरोवर तास गुरु होए गुरु ही संतोख दा सरोवर है। जिवें दुनियावी पानी विच इशनान करदे असीं अपने घर दे विच भी तन दी मैल लैंदी है, मन दी मैल लाउण वास्ते इह सरोवर तैयार कीता है सतगुरु ने। इस सरोवर विच इशनान सिख ने करना है। जदों गुरु रामदास पिता महाराज जी के पावन बचन पढ़ते हैं, वह कहते हैं गुर सतगुर का जो सिख अखाए सो भड़के उठ हर आमके। उद्दम करै भड़के प्रभाती, इशनान करै अमृत सरनावे। हुण दो गल्लां आ गईयां, पहला इशनान करे फिर अमृत सरनावे। इशनान भी दो ही ने, पहला तन दा इशनान करे फिर अमृत दे सरोवर विच बाणी विच अपनियां मन दियां चुभियां लवावे। ज्ञान विच इशनान करना सिख दे मन ने। अमृतसर शब्द अमृतसर शहर वास्ते नहीं है, गुरु रामदास पिता महाराज ने अपनी बाणी विच शब्द वरते अमृतसर सतगुर सतवादी। उदों चक रामदास नाम है अमृतसर शहर दा, अमृतसर शहर का नाम अमृतसर शहर गुरु पंजवें पातशाह गुरु अर्जन साहब वेले प्रचलित होया है। सर दा अर्थ सरोवर, अमृत का सरोवर। ते जे असी इसे गल ते जिद करांगे जी इत्थे उस थां ते इशनान करन वाली मुक्ति मिलनी है, तो फिर तो जिहड़े साडे भरा साडियां भैणां बाहरलियां कंट्रियां च बैठे ने जिन्हां नूं देश विच आउण दी आग्या ही नहीं, उन्हां दी गल छड्डो। जां बाकी होर बड़ी दुनिया है वह तो रह गए, नाले रोज़ तो कोई बंदा दूर की जाना है कि पंजाब का व्यक्ति रोज़ अमृतसर शहर जाके इशनान कर सकता, रोज़ 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 हर हर दिन। वो तो अमृतसर शहर का भी नहीं करता होना, बाकी तो पिंडां दी गल तो बहुत दूर की गल रही है। हुण जिस सरोवर विच इशनान करन लई गुरदेव ने आख्या वह तो घर विच भी है, जाना सी इतिहासक स्थानों पर जाना है, सिख ने गोइंदवाल साहब जाना है आनंदपुर साहब जाना है, पर उतों कुछ इतिहास सीख के आने का मतलब सी वो तो रहने नहीं दिता अगलिया ने। वो तो अगलिया सेवा ही ऐसी दिती है, काम भी साढ़े को कराया तो इमारत भी साढ़िया टमाइया। जिमें आते हैं ना, तुहानू दसण की ज़्यादा लोड़ ही नहीं, आवारा जानवर तुरे फिरदे, वो पट्ठे भी साडे खांदे ने, कंधां भी साडियां टौंदे ने, साडे नाल इंजी होया हुंदा ना, आसान बल्द तुरे फिरदे ने, वो गाचा भी किसान दा खांदे, जदों रात नूं किसान सौं जांदा कंधां भी किसान दीआं टौंदे ने, खवाया भी असी काजू बदाम पिस्ते भी असी खवाए, सिक्खी दीआं कंधां भी उन्हां ही लाईआं। वो चाहे विदेश का सिख सी चाहे देश का सिख सी, नहीं खवाया तां दसो, को बाहरों तो किसी ने आ के सेवा की भी तो अपने नहीं है। जे जलिया वाले बाग के गोलियां के निशान सामभे जा सकते सी ते 84 के सारे ना सामभते, कोई तो सामभ के रखते भी बच्चा पुछता जरूर मां नूं आ की होया, ते मां ना पता हुंदा, मां चार किताबां पढ़ के दसदी साडे नाल आ कुछ वापरे है। जिहड़ी जदों तक साहबजादियां की गल वापरी ना, पिछोकड़ तक जाओ, इस्लामी राज शरीर ते राज करना चाहता, बिपर सुर ते राज करना चाहता, वह काम अंग्रेज ने किया। अंग्रेज कहता सी मैं धरती ते राज करना चाहना, बिपर कहता मैं सुर ते राज करना चाहना, दोवां दी संधि हो गई, दोवां दा गठजोड़ हो गया, वह काम ही अज राजनीत करता। राजनीत कहता मैं धरती ते राज करना, तो बिपर आपे हिसाब ला लो किहड़ा, जिहड़ा कहता मैं इहदी सुर ते राज करना, दोवां दी गठजोड़ है। ताइयो कहिंदा तूं उहदे डेरे की लैण जांदा भला, उह बोलो प्यारे हो, उहनूं पता है कि इहनूं इहनें सुर ते राज करना, मैं जमीन ते राज करना, ताइयो गठजोड़ है, ताइ पुराने समें तों चलदा आ रहा सी। गुरु साहिब दी बाणी पढ़ के वेखो, जुगां जुगां के राजे किए गावें कर अवतार, हैगे तां सधारण बंदे सी, पुजारी आंदा सी है तां तूं सधारण बंदा, राजा हैगा सुधारण हैगा, तू राजा है, दुनिया सामने भगवान बना के तेन मैं पेश करूँ, ये मेरी गरंटी है, मैं कहूँगा ये
नेकलंक अवतार, नेकलंक भगवान है। दुनिया तेरी बल्ले बल्ले मैं कराऊं, पर तेनू एक काम करना पऊ। कहिंदा की? जो मैं तेरे दरबार च आवां, पैर धो के तेनू मेरे पीने पैणगे, तां कि पता लगे भगवान तो भी उत्ते कोई हैगा। कौन? ब्राह्मण। अंदाजा लो, उदा ही काम चलता आ रहा। उदा गुरु ग्रंथ साहब का डर होवे ना होवे, साहब का डर होंदा कि नहीं होंदा जी? ओ बोलो प्यारे, ओ गुरु ग्रंथ, जे गुरु ग्रंथ साहब का भय होंदा ते शराब दियां पेटियां साडे घर होंदियां, महाराज की बाणी घर आई होंदी। घर च महाराज का सरूप आया हुंदा, दुर्गी जा जे डर हुंदा। जिन्हां साहिबजादियां दे तुसी शहीदी दिन मनाउण वास्ते इकट्ठे होए हो, असल काम तो यह करन दी जरूरत सी। उन्हां बारे चर्चा करो, उन्हां दे नाल संबंधित इतिहास पढ़ो, सानूं पता हुंदा उन्हां कीता की है। हुण जोड़ मेला होएगा, पंजाब तों विदेशां तों देशां तों पब्लिक आएगी, उत्थे संगत इकट्ठी होएगी। राजनीतिक लोकां ने अपने वड़े वड़े पंडाल लाने ने, थोड़ा बहुता ना लैणगे, थोड़ा बहुता। पर माता गुजर कौर तेरे पोतलियां का जिक्र बहुत घट होना है, इन्होंने अपनी रोटियां सेकनिया ने। अल्लाह यार खां जोगी मुसलमान है, इतिहास तुसी इतिहास पढ़ना पैना है जी। जिन्ना मर्जी ढाडियां प्रचारकों को सुन लो, पढ़ना आप पैना है। शुरू करो नौजवान वीरो, चंगी किताबां लैके जाओ खेतां च। जदों तुसी काम करदे अपने ट्यूबवैल ते अपने खेतां विच वी किताब रखो, जदों टाइम लगे पढ़ो। पढ़िया होएगा प्रचारक रागी नूं पुछण दी युरत करोगे, भाई मैं आ पढ़िया, तू आ सुनाया है, मैं आ पढ़िया, मैं बाणी ते अज आ अर्थ पढ़ने, भाई तू ते इदां अज सुना दित्ते ने, सानूं पता कुछ नहीं, अगला जो मर्जी सुनाई जांदा है, सानूं सूझ नहीं है। अल्लाह यार खां जोगी मुसलमान लिखदा है, वो कहिंदा चमकौर साहब की गढ़ी के अंदर जदों कलगीधर पातशाह महाराज सिखां दे जथे बना बना के तोर रहे ने, जथे बना बना के, ते बाबा अजीत सिंह खुद आए ने कलगीधर पातशाह महाराज दे, आवाज नहीं मारी, आप आए ने, पिता जी मैनू भी तोरो, आप तोरो, मैनू तोरे है। भरा नूं लड़दिया होया मैदान जंग विच शहीद हुंदिया वेखिया बाबा जुझार सिंह ने, ते अल्लाह यार खां जोगी लिखदा पिता दे हाथ बन के खलो गए ने साहिबजादा जुझार सिंह, पिता जी जिदा वड्डे भरा नूं तोरिया मैनू भी तोर। हुण काव है उहदियां उडारियां ने, कोल थोड़ा बैठा है, उहदे जज्बे ने। वेखो किन्नी प्यारी गल, उहने किन्नी प्यारी कविता रची है। मुसलमान हो के इह सिख नहीं कर सकिया काम, मुसलमान लिखदा है, लिखदा जदों साहिबजादा बाबा जुझार सिंह कलगीधर पातशाह के सामने हाथ जोड़ के खलोता है, उदियां गल्लां सुन रहे ने कलगीधर पातशाह महाराज, ते उदियां गल्लां सुन के जो जवाब दिता है, वो जवाब उन्हें अपनी कलम के नाल लिखे। वो कहिंदा बाराई सी आवाज से बोले गुरु गोबिंद, गरजवी जिवें बबर शेर नहीं गरजदा, इदां दी आवाज नाल गरजे ने। बाराई सी आवाज से बोले गुरु गोबिंद, उस नन्हे से जाबाज से बोले गुरु गोबिंद, पाला है तुझे नाज से बोले गुरु गोबिंद। बाप की तरह जिवें बाप किदां पालदा जी बच्चों, मेरे ख्याल बाप नूं व्याख्या करन दी लोड़ ने, किदां पालदा जी? आप जुत्ती लैण नूं दिल करदा है, पैर मंगदे ने, जुत्ती का थला टुटा होया है, पर कहिंदा नहीं पहलां पुत नूं लै दें। वक्री गल है, पुत पिछली उम्रे लैके देवे बाप नूं, ना लैके देवे अलग गल है। ये बाप नूं दसण दी लोड़ नहीं किदां पालदा है बच्चों, किदां पढ़दा, मां नूं दसण दी लोड़ नहीं किदां बच्चे पालदे ने। पाला है तुझे नाज से बोले गुरु गोबिंद, रोका नहीं आगाज से बोले गुरु गोबिंद, तेनू शुरू तो कदी रोकिया नहीं है। उस नन्हे से जाबाज से बोले गुरु गोबिंद, लो आओ इधर आओ, तने पाक पे हथियार सजा दे, आ तेरे सोहने पवित्र शरीर उत्ते मैं अपने हथी हथियार सजावां। छोटी सी कमां, छोटी जी मैं तेनू कमान दिना, छोटी सी कमां नन्नी सी तलवार सजा दे अपने हथी। हुण साडियां बच्चियां दियां मंगां दुनियावी होणगियां, ये
ਕਲਗੀਧਰ ਪਾਤਸ਼ਾਹ ਦੇ ਪਾਲੇ ਹੋਏ ਸਾਹਿਬਜ਼ਾਦੇ ਨੇ। ਸਾਖੀਆਂ ਸੁਣਾਈਆਂ ਗਈਆਂ ਦੇਹਧਾਰੀਆਂ ਦੇ, ਅਸੀਂ ਉਹੋ ਜਿਹੇ ਹੋ ਗਏ। ਜੋ ਸੁਣਿਆ ਜੋ ਪੀਤਾ ਉਹੋ ਜਿਹਾ ਸਾਡੇ ਮਨ 'ਤੇ ਪ੍ਰਭਾਵ ਪੈ ਗਿਆ। ਲਿਖਦਾ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਾਹਿਬਜ਼ਾਦੇ ਨਾਲ ਵਾਰਤਾਲਾਪ ਕਰਦੇ ਹਨ। ਬੇਟਾ ਹਮ ਦੇਤੇ ਹੈ ਖੰਜਰ ਉਸੇ ਸ਼ਮਸ਼ੀਰ ਸਮਝਣਾ, ਨੇਜੇ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ। ਜਿਤਨੇ ਮਰੇ ਉਨਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਰੋਣਾ ਨਹੀਂ ਦਲਗੀਰ ਸਮਝਣਾ। ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੂੰਹ ਸੇ ਮੇਰੀ ਜਾਨ ਕਭੀ ਨਹੀਂ ਕਰਨਾ। ਪੁੱਤਰਾ ਜੇ ਕਿਤੇ ਲੜਦਿਆਂ ਲੜਦਿਆਂ ਦੁਸ਼ਮਣ ਦਾ ਤੀਰ ਤੇਰੇ ਆਣ ਕੇ ਸੀਨੇ 'ਚ ਵੱਜੇ, ਸੀ ਨਾ ਤੇਰੇ ਮੂੰਹ 'ਚੋਂ ਨਿਕਲੇ। ਤਿਆਰੀ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬਜ਼ਾਦੇ ਦੀ ਕਰਾ ਰਹੇ ਨੇ, ਇਹ ਜੋਗੀ ਦੀ ਕਲਮ ਦੱਸ ਰਹੀ ਹੈ। ਸੀ ਨਾ ਮੂੰਹ 'ਚੋਂ ਕਹੀ, ਲੋ ਜਾਓ ਸੁਧਾਰੋ ਤੁਮੇ ਅੱਲਾਹ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ, ਰੱਬ ਕੋ ਨਾ ਵਿਸਾਰੋ। ਕਿੰਨੇ ਬਾਪ ਨੇ ਜਿਹੜੇ ਪੁੱਤ ਨੂੰ ਇਹ ਕਹਿਣ, ਪੁੱਤ ਰੱਬ ਨਾ ਭੁਲਾਈ, ਸੱਚ ਨਾ ਭੁਲਾਈ, ਝੂਠ ਭੁੱਲ ਜੇ ਭੁੱਲ ਜੇ ਸੱਚ ਨਾ ਭੁਲਾਈ। ਕਿੰਨੇ ਬਾਪ ਨੇ ਜੀ ਜਿਹੜੇ ਬੱਚਿਆਂ ਸਾਹਮਣੇ ਨਸ਼ੇ ਪੀਂਦੇ ਨੇ, ਕਹਿ ਸਕਣਗੇ ਗੱਲ, ਬੋਲੋ ਗੁਰੂ ਕੇ ਪਿਆਰੇ, ਜਿਹੜੇ ਕਰਪਸ਼ਨ ਖੁਦ ਕਰਨਾ ਬੱਚਿਆਂ ਨੂੰ ਕਹਿ ਪਾਉਣਗੇ ਗੱਲ। ਲੋ ਜਾਓ ਸੁਧਾਰੋ ਤੁਮੇ ਅੱਲਾਹ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ। ਅਸੀਂ ਤਾਂ ਧੀਆਂ ਨੂੰ ਮਰ ਜਾਣੀਆਂ ਕਹਿੰਦੇ ਦਿਹਾੜੀ 'ਚ 50 ਵਾਰ, ਪੁੱਤ ਨੂੰ ਤਾਂ ਇੱਕ ਵਾਰ ਵੀ ਨਿਕਲ ਜਾਏ ਅੰਦਰ ਜਾ ਕੇ, ਹਾਏ ਰੱਬਾ ਸੱਚ ਨਾ ਹੋ ਜਾਏ ਕਿੱਥੇ, ਇੱਕ ਵਾਰ ਵੀ ਕਿਤੇ ਮਾਂ ਕੋਲੋਂ ਨਿਕਲ, ਮਰ ਜਾਣਾ ਨਾ ਹੋਵੇ ਤਾਂ ਪਰਾਂ ਜਾ ਕੇ ਮਾਫ਼ੀ ਮੰਗਦੀ ਹੈ, ਰੱਬਾ ਸੁਣਨਾ ਲਈ ਕਿਤੇ ਇਹ ਗੱਲਾਂ ਤੋਂ ਬੜੀਆਂ ਨੇੜੇ ਹੋ ਕੇ ਸੁਣਦੇ, ਸਾਡੇ ਅੰਦਰ ਵਹਿਮ ਨੇ, ਜੇ ਇੰਨੇ ਨੇੜੇ ਹੋ ਕੇ ਸੁਣਦਾ ਧੀਆਂ ਬਾਰੇ ਤਾਂ 50 ਵਾਰ ਮਰ ਜਾਣੀ ਕਹਿੰਦੇ, ਦਾਦਾ ਵੀ ਕਹਿੰਦਾ, ਦਾਦੀ ਵੀ ਕਹਿੰਦੀ ਹੈ, ਪੋਤੀ ਵੀ ਕਹਿੰਦੇ, ਮਾਵਾਂ ਆਪਾਂ ਆਮ ਹੀ ਕਹਿੰਦੇ, ਮਰ ਜਾਣੀ ਨਾ ਹੋਵੇ ਤਾਂ ਨਹੀਂ ਕਹਿੰਦੇ ਸਾਸੰਗ ਜੀ, ਸਾਡੀ ਭਾਸ਼ਾ ਦਾ ਸ਼ਬਦ ਹੀ ਉਹ ਹੈ। ਪਰ ਪੁੱਤ ਨੂੰ ਕਹਿ ਕੇ ਵੇਖੋ ਬੋਲੋ, ਔਖਾ ਲੱਗਦਾ ਨਾ, ਕਿਉਂਕਿ ਸਾਨੂੰ ਪੁੱਤ ਮਿੱਠੜੇ ਮੇਵੇ ਇਹ ਕਹਿ ਕਹਿ ਕੇ ਸਾਡੇ ਸਿਰ ਚੜਾ ਦਿੱਤਾ, ਪੁੱਤ ਬੜੀਆਂ ਰੀਝਾਂ ਨਾਲ ਪਾਲਿਆ ਜਾਂਦਾ। ਇਸ ਗੱਲ ਨੂੰ ਇੱਕ ਹੋਰ ਸਮਝਣ, ਆ ਜਿਹੜੇ ਪੁੱਤਾਂ ਦੀ ਦੌੜ ਲੱਗੀ ਹੋਈ ਹੈ ਨਾ, ਸਾਧਾ ਕੋਲੋਂ ਕੋਈ ਲਾਚੀਆਂ ਲੈਣ ਜਾਂਦਾ, ਕੋਈ ਲੌਂਗ ਲੈਣ ਜਾਂਦਾ, ਕੋਈ ਸੇਜ ਚੱਕੀ ਫਿਰਦਾ ਸਾਧਾਂ ਦੇ ਕੋਲੋਂ ਜੀ ਪੁੱਤ ਹੁੰਦੇ ਨੇ, ਤਾਂ ਉਹ ਵਹਿਮ ਪਾਏ ਨੇ ਸਾਡੇ ਮਨਾਂ 'ਚ, ਹਾਏ ਹਾਏ ਪੁੱਤਾਂ ਨਾਲ ਹੀ ਜੜ੍ਹਾਂ ਲੱਗਦੀਆਂ ਨੇ। ਮੇਰੇ ਖਿਆਲ 'ਚ ਜੜ੍ਹਾਂ ਪੁੱਟੀਆਂ ਵੀ ਪੁੱਤਾਂ ਨਹੀਂ ਹੋਣ। ਬੋਲੋ ਪਿਆਰੇ, ਉਹ ਥਾਣਿਆਂ 'ਚ ਰੋਲ ਦਿੱਤਾ ਬਾਪੂ, ਜਿਹਦੇ ਤੱਕ ਗਰਜ ਨਹੀਂ ਸੀ ਉਹਦੇ ਅੱਗੇ ਹੱਥ ਚੜਾ ਤੇ, ਗੰਦੀ ਔਲਾਦ ਨੇ ਨਹੀਂ ਚੜਾਏ ਤਾਂ ਦੱਸ ਦਿਓ, ਜਿਨ੍ਹਾਂ ਦੀ ਚੰਗੀ ਹੈ ਉਹਨਾਂ ਗਾੜਾ ਸਿਰ ਚੁੱਕਦਾ ਜੀ, ਨਹੀਂ ਚੜਾਏ ਤਾਂ ਦੱਸ ਦਿਓ। ਸਵੇਰੇ ਉੱਠ ਕੇ ਜਾਣਾ ਪੈਂਦਾ ਕਦੀ ਕਿਸੇ ਕੋਲ ਕਦੀ ਕਿਸੇ ਕੋਲ, ਹਾਲਾਤ ਨੇ ਸਾਡੇ, ਹਾਲਾਤ ਇੱਦਾਂ ਦੇ ਬਣ ਗਏ। ਅਸੀਂ ਤਾਂ ਮਾੜੀ ਨਜ਼ਰ ਨਾਲ ਵੇਖਣਾ ਸ਼ੁਰੂ ਕਰਦੇ ਨੇ ਉਸੇ ਵੇਲੇ ਜਦੋਂ ਪਤਾ ਲੱਗ ਜਾਏ ਵੀ ਇਹਦੇ ਘਰ ਧੀ ਹੋਈ ਹੈ, ਪੁੱਤ ਹੈ ਹੀ ਨਹੀਂ, ਲੜਕਾ ਹੈ ਹੀ ਨਹੀਂ ਇਹਦੇ ਘਰ, ਕਿਉਂਕਿ ਪੁੱਤ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਇੱਦਾਂ ਦੀਆਂ ਗੱਲਾਂ ਬੜਾ ਲੰਬਾ ਸਮਾਂ ਧਾਰਮਿਕ ਸਟੇਜਾਂ 'ਤੇ ਪ੍ਰਚਾਰ ਕੀਤਾ ਗਿਆ, ਢਾਡੀਆਂ ਕਮਿਸ਼ਨਰਾਂ ਵੱਲੋਂ ਨਹੀਂ ਕੀਤਾ ਗਿਆ ਤਾਂ ਦੱਸ ਦਿਓ। ਆ ਤਾਂ ਹੁਣ ਥੋੜ੍ਹਾ ਜਿਹਾ ਮੋੜ ਪਿਆ, ਨਹੀਂ ਤਾਂ ਕਹਿਣਾ ਇਹ ਕਬੀਰ ਦੇਈਂ ਵੇ ਰੱਬਾ ਮੇਰਾ ਰੱਖੜੀ, ਬੰਨਣ ਨੂੰ ਜੀ ਕਰਦਾ। ਉਹ ਰੋਈ ਜਾਣੀਆਂ ਉਹ ਭੈਣਾਂ ਵਿਚਾਰੀਆਂ ਸੰਗਤ 'ਚ ਬੈਠੀਆਂ ਰੋਈ ਜਾਂਦੀਆਂ ਸੀ ਜਿਨ੍ਹਾਂ ਘਰ ਕੋਈ ਹੁੰਦਾ ਨਹੀਂ ਸੀ, ਉਹਨਾਂ ਨੇ ਵੀ ਅਰਦਾਸਾਂ ਕਰਾਉਣੀਆਂ, 10-10 ਰੁਪਈਏ ਦੇਈ ਜਾਣੇ, ਉਹ 10-10 'ਚ ਹੀ ਮੁੰਡੇ ਵੰਡੀ ਜਾਂਦੇ ਸੀ ਸਟੇਜ 'ਤੇ, ਜਿਨ੍ਹਾਂ ਦੇ ਹੋ ਜਾਣੇ ਵਾਹ ਭਾਈ। ਇੱਥੋਂ ਤਾਂ ਸ਼ਰਾਬੀ ਕਮਿਸ਼ਨਰ ਢਾਡੀ ਵੀ ਕਹਿੰਦੇ ਰਹੇ ਸਾਡੀਆਂ ਅਰਦਾਸਾਂ ਨਾ ਜੋੜੇ ਜੋੜੇ ਹੋਏ, ਤਾਂ ਹੀ ਲੱਗਦਾ ਇੱਦਾਂ ਦੇ ਹੋ ਗਏ ਨੇ, ਪੰਜਾਬ ਦੀ ਹਾਲਤ ਹੀ ਤਾਂ ਹੋਈ ਹੈ। ਕੁਝ ਸਾਧ ਕਹੀ ਜਾਂਦੇ ਸਾਡੀਆਂ ਅਰਦਾਸਾਂ ਨਾ ਹੋਏ, ਕੁਝ ਕਮਿਸ਼ਨਰ ਢਾਡੀ ਕਹੀ ਜਾਂਦੇ ਨੇ, ਗੁਰੂ ਦੀ ਕਿਰਪਾ ਨਾਲ ਤਾਂ ਕੋਈ ਟਾਵਾਂ ਹੀ ਕਹਿੰਦਾ, ਤਾਂ ਨਹੀਂ ਹੋ ਗਿਆ ਇੱਦਾਂ ਦਾ ਕੰਮ, ਸੋਚਿਓ ਭਲਾ ਜੀ, ਇਹ ਤਾਂ ਹੀ ਮੋੜਾ ਪੈਣਾ, ਕਹਿਣਾ ਗੁਰੂ ਜੀ ਤੇਰੀ ਕਿਰਪਾ ਨਾਲ ਹੀ ਅਸੀਂ ਖਲੋਤੇ ਉੱਥੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਹਿੰਦੇ ਅੱਲਾਹ ਕੋ ਸੌਂਪਾ, ਇਹ ਤੇ ਪੁੱਤਰਾਂ ਦੀਆਂ ਦੌੜਾਂ ਵਿੱਚ ਲੱਗੀਆਂ ਹੋਈਆਂ ਨੇ। ਪੜ੍ਹੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਬਾਬੇ ਕਬੀਰ ਨੇ ਆਖਿਆ ਸੀ ਕਿਆ ਮੰਗੋ, ਆਹ ਸ਼ਬਦ ਚੇਤੇ ਰੱਖਿਆ ਕਰੋ ਜਦੋਂ ਗੁਰਦੁਆਰੇ ਆਉਂਦੇ ਆ, ਮੈਂ ਕੀ ਮੰਗਣ ਆ ਰਿਹਾ, ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣਾ
ਚੱਲਿਓ ਜਗ ਜਾਈ, ਅੱਖਾਂ ਨਾਲ ਵੇਖਦਿਆਂ ਤੇ ਜਗ ਤੁਰਿਆ ਜਾ ਰਿਹਾ। ਮੈਂ ਅੱਜ ਪੁੱਤ ਮੰਗਾਂ, ਅਗਵਾਂਢੀਆਂ ਦਾ ਕੱਲ ਜਾਂਦਾ ਵੇਖਿਆ ਦੁਨੀਆਂ ਤੋਂ। ਮੈਂ ਕੱਚਾ ਧਨ ਨਹੀਂ ਮੰਗਣਾ, ਮੈਂ ਸੱਚਾ ਮੰਗਣਾ। ਮੈਂ ਅੱਜ ਪੁੱਤ ਮੰਗਣਾ, ਮੈਂ ਤੇ ਆਪਣੀ ਸਕੀ ਭੈਣ ਨੂੰ ਰੋਂਦਿਆਂ ਵੇਖਿਆ ਪੁੱਤਾਂ ਉੱਥੋਂ। ਸਮਾਜ ਵੱਲ ਮਾਰੋ ਨਾ ਧਿਆਨ। ਮੈਂ ਤਾਂ ਕੱਲ ਵੇਖਿਆ ਇੱਕ ਮਾਂ ਨੂੰ ਪੁੱਤ ਨੇ ਘਰੋਂ ਕੱਢ ਦਿੱਤਾ। ਮੈਂ ਫਿਰ ਵੀ ਮੰਗੀ ਜਾਂਦਾ, ਕੱਚ ਕੱਚ ਮੰਗੀ ਜਾਂਦਾ। ਕਿਆ ਮੰਗੋ, ਕਿਆ ਮੰਗੋ, ਕਿਛ ਥਿਰ ਨਾ ਰਹਾਈ, ਦੇਖਤ ਨੈਣਾ, ਚੱਲਿਓ ਜਗ ਜਾਈ। ਤੇ ਤਰੀਕਾ ਦੱਸਦੇ ਗੁਰੂ ਪੰਜਵੇਂ ਪਾਤਸ਼ਾਹ, ਆਹ ਮੰਗ ਕੀ ਮੇਰੇ ਲਾਲ। ਜਿੱਦਾਂ ਬਾਪ ਖੁਸ਼ ਹੋਵੇ ਨਾ ਪੁੱਤ ਨੂੰ ਲਾਲ ਕਹਿ ਕੇ ਬੁਲਾਉਂਦਾ, ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ। ਮੰਗਣਾ ਬੜਾ ਭਲਾ ਹੈ, ਬੜਾ ਭਲਾ ਹੈ, ਪਰ ਕੀ ਮੰਗ? ਹਰੀ ਨੂੰ ਮੰਗ। ਦੇਖੋ ਪਸਾਰ ਨੈਣਾ, ਅੱਖਾਂ ਖੋਲ ਕੇ ਵੇਖੋ। ਸੁਣੋ ਸਾਧੂ ਕੇ ਬੈਨ, ਸੁਣੋ ਕਿਹਦੇ ਬੈਨ? ਸਾਧੂ ਕੇ ਬੈਨ, ਸਾਧੂ ਕੌਣ ਹੈ? ਸਾਰੇ ਕੋ ਧੰਨ ਸ੍ਰੀ ਗੁਰੂ। ਆ ਵੀ ਨਾ ਹੁਣ ਬਾਰ ਬਾਰ ਰੋਕ ਰੋਕ ਕਹਿਣਾ ਪੈਂਦਾ ਪ੍ਰਚਾਰਕਾਂ ਨੂੰ, ਸਾਧੂ ਕੌਣ ਹੈ? ਧੰਨ ਗੁਰੂ, ਨਹੀਂ ਤਾਂ ਕਹਿੰਦੇ ਵਾਕਿਆ ਸਾਧੂ ਕੇ ਬੈਨ, ਸੁਣੀ ਰਹੇ ਹਾਂ। ਨਾ 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 ਨਾ, ਇਹਨਾਂ ਦੀ ਗੱਲ ਬਿਲਕੁਲ ਨਹੀਂ ਹੋ ਰਹੀ। ਮਹਿਮਾ ਸਾਧੂ ਸੰਗ ਕੀ ਸੁਣੋ, ਮੇਰੇ ਮੀਤਾ ਮੈਲ ਖੋਈ, ਕੋਟ ਅਗ ਹਰੇ ਨਿਰਮਲ ਪੈ ਚੀਤ। ਜਿਹਦੀ ਸੰਗਤ ਵਿੱਚ ਇਹ ਮਨ ਨਿਰਮਲ ਹੋ ਜਾਏ, ਚਿੱਤ ਸਾਫ ਹੋ ਜਾਏ, ਉਹ ਸਾਧੂ ਹੈ ਗੁਰੂ। ਸਾਗਰ ਤਰਿਆ ਸਾਧੂ ਸੰਗੇ, ਤੇ ਜਿਹੜਾ ਸਾਧੂ ਆਪ ਗੋਤੇ ਖਾ ਰਿਹਾ ਉਹ ਸਾਨੂੰ ਕਿੱਦਾਂ ਤਰੇਗਾ? ਜਿਹੜਾ ਜੇ ਆਪ ਗੋਤੇ ਖਾ ਰਿਹਾ ਸਾਨੂੰ ਕਿੱਦਾਂ ਤਰਨ ਦੇ ਤਰੀਕੇ ਦੱਸੂ? ਇੱਥੇ ਸਾਧੂ ਗੁਰੂ ਦੀ ਗੱਲ ਹੈ, ਸਾਧੂ ਗੁਰੂ ਦੀ ਗੱਲ ਹੈ। ਦੇਖੋ ਪਸਾਰ ਨੈਣਾ, ਸੁਣੋ ਸਾਧੂ ਕੇ ਬੈਨ, ਪ੍ਰਾਣ ਪਤ ਚਿਤ ਰਾਖ, ਸਗਲ ਹੈ ਮਰਨਾ। ਬਸ ਮਰਨ ਵਾਲੀ ਚੀਜ਼ ਨਾ ਮੰਗੀ, ਤੇ ਆਪਾਂ ਕੀ ਮੰਗ ਰਹੇ ਭਲਾ? ਸਾਡਿਆਂ ਧਾਰਮਿਕ ਸਥਾਨਾਂ ਤੇ ਕਿਹੜੀ ਚੀਜ਼ ਜ਼ਿਆਦਾ ਮੰਗੀ ਜਾ ਰਹੀ ਹੈ? ਜਿਹੜੀ ਵੀ ਮੰਗੀ ਜਾ ਰਹੀ ਮਰਨ ਵਾਲੀ, ਮੰਗੋ ਉਹ ਜਿਹੜੀ ਸਦਾ ਰਹਿਣ ਵਾਲੀ, ਇਹ ਚੀਜ਼ਾਂ ਤੇ ਆਪਣੇ ਆਪ ਹੀ ਮਿਲ ਜਾਣੀਆਂ ਨੇ। ਬਸ ਤਕੜਾ ਹਿਰਦਾ ਕਰਕੇ ਸੁਣਿਓ, ਗੁੱਗਾ ਕਪੋੜਾ ਕਿਤਾਬ ਵਿੱਚ ਗਿਆਨੀ ਦਿੱਤ ਸਿੰਘ ਨੇ, ਐਵੇਂ ਥੋੜ੍ਹਾ ਡਾਂਗਾ ਮਾਰਨ ਤੱਕ ਲੋਕ ਗਏ ਉਹਨਾਂ ਨੂੰ, ਏਡਾ ਵੱਡਾ ਸੱਚ ਸੁਣਨਾ ਸੌਖਾ ਥੋੜ੍ਹਾ? ਗੁੱਗਾ ਕਪੋੜਾ ਕਿਤਾਬ ਹੈ ਉਹਨਾਂ ਦੀ, ਡਾਂਗਾ ਮਾਰਨ ਤੱਕ ਗਏ ਲੋਕ, ਉਹਨਾਂ ਦੇ ਮਗਰ ਭੱਜੇ, ਪਰ ਸੱਚ ਸੁਣਾ ਦਿੱਤਾ ਉਹਨਾਂ ਨੇ। ਉਹਨਾਂ ਆਪਣੀ ਕਿਤਾਬ 'ਚ ਲਿਖੀ ਇਹ ਗੱਲ। ਕਹਿੰਦੇ ਜਿਹੜੇ ਕਹਿੰਦੇ ਨਾ ਸਾਡੇ ਬਾਬਾ ਜੀ ਦੇ ਆਸ਼ੀਰਵਾਦ ਨਾਲ ਫਲਾਣੇ ਘਰ ਪੁੱਤ ਹੋਇਆ, ਸਾਡੇ ਬਾਬਾ ਜੀ ਦੀ ਕਿਰਪਾ ਨਾਲ ਫਲਾਣੇ ਘਰ ਪੁੱਤ ਹੋਇਆ, ਉਹਨੇ ਆਪਣੀ ਕਿਤਾਬ 'ਚ ਲਿਖਿਆ ਗਿਆਨੀ ਜੀ ਨੇ। ਕਹਿੰਦਾ ਸਾਡੇ ਗੁਆਂਢੀਆਂ ਦੀ ਕੁੱਤੀ ਹੁੰਦੀ ਸੀ, ਜਦੋਂ ਬੱਚੇ ਦਿੰਦੀ ਸੀ ਅੱਠ ਅੱਠ ਦਸ ਦਸ ਕਤੂਰੇ ਦਿੰਦੀ ਸੀ, ਕਿਸੇ ਸਾਧ ਕੋਲ ਨਹੀਂ ਸੀ ਜਾਂਦੀ, ਜਾਂ ਕੋਈ ਸਤਨਾਮ, ਸ਼ਾਇਦ ਸ਼ਰਮ ਆ ਜਾਏ ਕਿਸੇ ਨੂੰ। ਇਹ ਮੈਂ ਨਿਜੇ ਕੋਲੋਂ ਕਿਹਾ, ਇਹ ਗਿਆਨੀ ਦਿੱਤ ਸਿੰਘ ਨੇ ਆਪਣੀ। ਇਹਦਾ ਮਤਲਬ ਬਿਮਾਰੀ ਉਦੋਂ ਵੀ ਹੋਏਗੀ ਨਾ, ਕਿਉਂਕਿ ਅੱਜ ਦੀ ਬਿਮਾਰੀ ਥੋੜ੍ਹਾ, ਅਗਲਾ ਤੇ ਹੱਥ ਧੋ ਕੇ ਉਦੋਂ ਦਾ ਪਿਆ ਜਦੋਂ ਕੰਧ ਸੁੱਟਣ ਨੂੰ ਫਿਰਦਾ ਸੀ ਗੁਰੂ ਨਾਨਕ ਸਾਹਿਬ ਉੱਤੇ, ਅਚਲ ਬਟਾਲੇ। ਅਗਲਾ ਤੇ ਉਦੋਂ ਦਾ ਹੱਥ ਧੋ ਕੇ ਪਿਆ ਸੀ ਵੀ ਇੱਥੇ ਕੰਮ ਨਿਬੜ ਜਾਏ, ਉਹ ਤੇ ਚਾਹੁੰਦਾ ਸੀ ਇੱਥੇ ਕੰਮ ਨਿਬੜ ਜਾਏ, ਪਰ ਨਿਬੜਿਆ ਨਹੀਂ, ਘੇਰ ਨੂੰ ਫਿਰਦੇ ਸੀ। ਉਹ ਵਿਲੀਆਂ ਪਾ ਪਾ ਕੇ ਆਉਂਦਾ ਸੀ, ਉਹਨੇ ਕਿਹਾ ਠੀਕ ਆ ਕਿੰਨੀ ਉਮਰ ਹੋਏਗੀ, ਅਕਸਰ ਤੇ ਦੁਨੀਆਂ ਤੋਂ ਜਾਏਗੇ ਨਾ, ਭਜਨ ਆਪਣੀ ਜਗ੍ਹਾ ਤੇ ਲਹਿਣੇ ਸੇ ਅੰਗਤ ਤੇ ਅੰਗਤ ਸੇ ਅੱਲਾ ਕਰ ਦਿਆ, ਪੈਰਾਂ ਥੱਲੇ ਜ਼ਮੀਨ ਨਿਕਲੀ ਵੀ ਹੱਥ ਹੋ ਗਈ, ਇੱਥੇ ਤੇ ਦੂਜਾ ਨਾਨਕ ਆ ਗਿਆ, ਹੁਣ ਕਿੱਧਰ ਜਾਊਂ, ਇਹ ਤੇ ਮੇਰੀ ਰੋਜ਼ੀ ਰੋਟੀ ਬੰਦ ਕਰੂੰ। ਜਦੋਂ ਜਿਉਂਦੇ ਜੀ ਗੁਰੂ ਸਾਹਿਬ ਨੇ ਆਪਣੀ ਜਗ੍ਹਾ ਤੇ ਬਿਠਾ ਤਾ, ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਨ ਦੇ ਸ਼ਹਿ ਟਿਕਾ, ਦਿਤੋਸ ਜੀਵਦੈ। ਜਦੋਂ ਆਪਣੀ ਜਗ੍ਹਾ ਤੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਬਣਾ ਕੇ ਬਿਠਾ ਦਿੱਤਾ, ਪੁਜ਼ਾਰੀ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਮੈਂ ਤੇ ਆਖਿਆ ਸੀ ਦੁਨੀਆਂ ਤੋਂ ਚਲੇ ਜਾਣਗੇ, ਇਹ ਤਾਂ ਦੂਜਾ ਨਾਨਕ ਆਣ ਕੇ ਬਹਿ ਗਿਆ, ਕੋਈ ਨਹੀਂ ਅਕਸਰ ਇਹ ਜਾਣਗੇ, ਗੁਰੂ ਅਮਰਦਾਸ ਬਹਿ ਗਏ। ਇੰਤਜ਼ਾਰ ਕੀਤਾ, ਨਹੀਂ ਚੱਲੀ ਉਹਦੀ, ਨਾ 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 ਨਾ, ਕਲਗੀਧਰ ਪਾਤਸ਼ਾਹ ਤੱਕ ਨਹੀਂ ਚੱਲੀ ਉਹਦੀ, ਇੱਕ ਵੀ ਚਾਲ ਉਹਦੀ ਕਾਮਯਾਬ ਨਹੀਂ ਹੋਈ।
ਜਦੋਂ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਚੁਕਾਉਣ ਲਈ ਸਿੱਖ ਨੂੰ ਕਹਿ ਦਿੱਤਾ, ਉਦੋਂ ਵੀ ਨਹੀਂ ਚੱਲੀ। ਬਸ ਜਦੋਂ ਜਦੋਂ ਸਿੱਖ ਗੁਰੂ ਦੀ ਬਾਣੀ ਦੀ ਗੋਦ ਵਿੱਚੋਂ ਉੱਠਦਾ ਗਿਆ ਉਹ ਕਾਮਯਾਬ ਹੁੰਦਾ ਗਿਆ। ਸਮਝ ਹੀ ਗਏ ਤੁਸੀਂ, ਜਦੋਂ ਜਦੋਂ ਸਿੱਖ ਗੁਰਬਾਣੀ ਦੀ ਗੋਦ ਵਿੱਚੋਂ ਉੱਠਦਾ ਗਿਆ ਪੁਜਾਰੀ ਆਪਣੀ ਚਾਲ 'ਚ ਕਾਮਯਾਬ ਹੁੰਦਾ ਗਿਆ। ਹੋ ਗਿਆ ਕਾਮਯਾਬ ਜਿਹੜਾ ਸਿੱਖ ਸ਼ਬਦ ਪੜ੍ਹ ਕੇ ਘਰੋਂ ਤੁਰਨ ਵਾਲਾ, ਗੁਰਬਾਣੀ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ, ਵਹਿਮਾਂ ਭਰਮਾਂ ਪਖੰਡਾਂ ਨੂੰ ਆਪਣੇ ਘਰੋਂ ਬਾਹਰ ਕੱਢਣ ਵਾਲਾ ਅੱਜ ਪੁੱਛ ਕੇ ਤੁਰਦਾ ਹੈ। ਅੱਜ ਸਵੇਰੇ ਉੱਠ ਕੇ ਦਰਵਾਜ਼ੇ ਅੱਗੇ ਪਾਣੀ ਸਵੇਰੇ ਤਰੁੰਕਿਆ ਜਾਂਦਾ ਹੈ। ਦਰਵਾਜ਼ੇ ਇੱਧਰ ਵੀ ਗਲਾਸ ਪਾਣੀ, ਇੱਧਰ ਵੀ ਗਿਆ ਗਲਾਸ ਪਾਣੀ। ਨਲਕਾ ਉਹੋ ਹੀ ਉਸ ਮਿਸਤਰੀ ਨੇ ਲਾਇਆ ਜਿਹੜਾ ਘਰ ਲਾਇਆ ਹੈ। ਸਵੇਰੇ ਉੱਠ ਕੇ ਇੱਧਰ ਵੀ ਪਾਣੀ ਅਤੇ ਇੱਧਰ ਵੀ ਪਾਣੀ। ਛੱਟਾ ਦੇਣਾ ਟਰੈਕਟਰ 'ਤੇ ਵੀ, ਮੱਝਾਂ 'ਤੇ ਵੀ, ਗਾਵਾਂ 'ਤੇ ਵੀ ਘਰ 'ਚ ਬਰਕਤਾਂ ਰਹਿਣ। ਕੰਮ ਸੌਖਾ, ਪੁਜਾਰੀ ਕੰਮ ਇਹੋ ਕੰਮ ਹੀ ਪੁਜਾਰੀ ਚਾਹੁੰਦਾ ਸੀ ਵੀ ਗਿਆਨ ਤੱਕ ਨਾ ਪਹੁੰਚਣੇ, ਇਹ ਬਾਹਰੇ ਬਾਹਰੀ ਚੱਕਰ ਬਾਹਰੇ ਬਾਹਰੀ ਪ੍ਰਕਰਮਾ ਕਰਕੇ ਆ ਜਾਣ, ਅਤੇ ਇੱਦਾਂ ਹੀ ਹੋ ਰਿਹਾ। ਮੇਨ ਬੁਨਿਆਦੀ ਨੁਕਤਾ ਸਾਡੇ ਜੀਵਨ ਚੁਗਲੇ ਬਾਹਰ ਕੱਢ ਦਿੱਤਾ, ਕਿਉਂਕਿ ਕੱਚ ਇਕੱਠਾ ਕਰਕੇ ਬੈਠੇ, ਸਾਡੀ ਸੁਰਤ ਵਿੱਚ ਸੱਚ ਤੱਕ ਤਾਂ ਪਹੁੰਚੀ ਨਹੀਂ। ਗੱਲ ਆਪਾਂ ਕਰ ਫਿਰ ਉੱਥੇ ਆਈਏ, ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਲਖ ਤੇ ਜਿਗਰ ਨੂੰ ਕਹਿੰਦੇ ਨੇ, ਲੋ ਜਾਓ ਸੁਧਾਰੋ, ਤੁਮੇ ਅੱਲਾਹ ਕੋ ਸੌਂਪਾ, ਮਰ ਜਾਓ ਜਾਂ ਮਾਰੋ, ਤੁਮੇ ਅੱਲਾਹ ਕੋ ਸੌਂਪਾ, ਰੱਬ ਕੋ ਨਾ ਵਿਸਾਰੋ, ਤੁਮੇ ਅੱਲਾਹ ਕੋ ਸੌਂਪਾ, ਸਿੱਖੀ ਕੋ ਉਬਾਰੋ। ਕਿੰਨੇ ਬਾਪ ਨੇ ਜਿਹੜੇ ਬੱਚੇ ਨੂੰ ਕਹਿਣ ਸਿੱਖੀ ਨੂੰ ਉਬਾਰ, ਮਾਰਵਾਂ ਧਿਆਨ। ਇਹ ਉਹ ਬਾਪ ਕਵੇਗਾ ਜਿਹੜਾ ਬਾਪ ਆਪ ਸਿੱਖੀ ਉੱਤੇ ਪਹਿਰਾ ਦੇ ਰਿਹਾ, ਜਿਹੜਾ ਬਾਣੀ ਖੁਦ ਪੜ੍ਹਦਾ। ਵੈਸੇ ਜਿਸ ਜਿਹਨਾਂ ਘਰਾਂ 'ਚ ਨਸ਼ਾ ਪੀਤਾ ਨਹੀਂ ਨਾ ਜਾਂਦਾ, ਉਹਨਾਂ ਘਰਾਂ 'ਚ ਬੱਚਿਆਂ ਨੂੰ ਕਹਿਣ ਦੀ ਲੋੜ ਵੀ ਨਹੀਂ ਵੀ ਨਸ਼ਾ ਮਾੜਾ ਹੁੰਦਾ। ਉਹਨਾਂ ਵੇਖਿਆ ਵੀ ਜੇ ਨਸ਼ਾ ਚੰਗਾ ਹੁੰਦਾ ਪਿਤਾ ਨਾ ਪੀਂਦਾ, ਜੇ ਚੰਗਾ ਹੁੰਦਾ ਦਾਦਾ ਨਾ ਪੀਂਦਾ ਸਾਡਾ। ਤੁਸੀਂ ਕਦੀ ਨੋਟ ਕਰਿਓ, ਉਹ ਕਹਿੰਦੇ ਜੇ ਇੰਨਾ ਹੀ ਚੰਗਾ ਹੁੰਦਾ ਸਾਡਾ ਮਾਮਾ ਨਾ ਪੀਂਦਾ, ਨਾ ਸਾਡਾ ਤਾਇਆ ਪੀਂਦਾ, ਨਾ ਸਾਡਾ ਮਾਮਾ ਪੀਂਦਾ, ਨਾ ਸਾਡਾ ਚਾਚਾ ਪੀਂਦਾ, ਨਾ ਸਾਡਾ ਡੈਡੀ ਪੀਂਦਾ, ਕੋਈ ਤਾਂ ਪੀਂਦਾ ਨਹੀਂ। ਐਵੇਂ ਪਤਾ ਨਹੀਂ ਲੋਕ ਕਿਉਂ ਯਾਰ ਪੀ ਜਾਂਦੇ ਨੇ। ਅਤੇ ਜਦੋਂ ਸਾਰੇ ਬੰਨੇ ਉਹਨੇ ਪੀਂਦੇ ਵੇਖਿਆ, ਉਹਨੇ ਕਿਹਾ ਦਾਦਾ ਵੀ ਪੀਂਦਾ, ਮਾਮਾ ਵੀ ਪੀਂਦਾ, ਤਾਇਆ ਵੀ ਪੀਂਦਾ, ਚਾਚਾ ਵੀ ਪੀਂਦਾ। ਉਹ ਪੀਣ ਤੱਕ ਸੀ, ਇਹ ਖਾਣ ਤੱਕ ਕੰਮ ਆ ਗਿਆ। ਅੱਗੇ ਆਇਆ ਕਿ ਨਹੀਂ ਆਇਆ ਜੀ, ਵੱਧਦੇ ਗਏ ਨਾ ਆਪਾਂ, ਵੱਧਦੇ ਗਏ। ਕਈ ਕਹਿਣਗੇ ਲੈ ਫਿਰ ਕੀ ਹੁੰਦਾ, ਲਿਮਿਟ ਦਾ ਥੋੜ੍ਹਾ ਜਿਹਾ, ਲਿਮਿਟ ਇੰਨਾ ਕੰਟਰੋਲ ਥੋੜ੍ਹਾ ਜਿਹਾ ਪੀ ਲਓ ਤੇ ਲਿਮਿਟ ਕਿੱਦਾਂ ਰਹੇਗੀ ਜੀ, ਕਿੱਦਾਂ ਲਿਮਿਟ ਰਹੇਗੀ। ਜਦੋਂ ਅੰਦਰ ਜਾਣੀ ਹੈ ਤੇ ਗੱਲ ਕਰਨ ਦਾ ਤਰੀਕਾ ਹੀ ਬਦਲ ਜਾਣਾ। ਤੂੰ ਤਾਂ ਆਪਣੇ ਪੈਰਾਂ 'ਤੇ ਨਹੀਂ ਖੜੋ ਹੋਣ ਪਾਉਣਾ, ਤੂੰ ਆਪ ਤੇਰੀਆਂ ਲੱਤਾਂ ਨੇ ਆਪਣਾ ਭਾਰ ਹੀ ਨਹੀਂ ਚੱਲਣਾ ਤੇਰੀਆਂ ਨੇ। ਅੰਦਾਜ਼ਾ ਲਾ ਕੇ ਵੇਖੋ, ਜਿਹੜਾ ਆਪਣੀਆਂ ਪੈਰਾਂ 'ਤੇ ਨਹੀਂ ਖਲੋ ਸਕਦਾ, ਐਸਿਆਂ ਬੱਚਿਆਂ ਦੇ ਅਸੀਂ ਆਨੰਦ ਕਾਰਜ ਕਰ ਦਿੰਦੇ ਹਾਂ। ਮੁੜ ਕੇ ਵਿਚਾਰੀਆਂ ਡੋਬ ਦਿੰਦੇ, ਅਗਲੀਆਂ ਬਗਾਨੀਆਂ ਧੀਆਂ ਉਹ ਗੱਡੀਆਂ 'ਚ ਪਾ ਪਾ ਕੇ ਲਈ ਫਿਰਦੇ ਨਸ਼ਾ ਛਡਾਊ ਕੇਂਦਰ। ਕਿਉਂ ਗੁਰੂ ਕੇ ਪਿਆਰੇ, ਉਹ ਹੋ ਰਿਹਾ ਕਿ ਨਹੀਂ ਹੋ ਰਿਹਾ? ਪਤਾ ਸੀ ਮਾਂ ਨੂੰ, ਬਾਪ ਨੂੰ ਪਤਾ ਹੈ, ਪਰ ਦੂਜਿਆਂ ਦਾ ਘਰ ਨਾਲ ਤਬਾਹ ਕਰ ਦਿੱਤਾ, ਦੂਜਿਆਂ ਦੇ ਘਰ ਨੂੰ ਵੀ ਨਾਲ ਰੋਗ ਲਾ ਦਿੱਤਾ, ਨਸ਼ੇ ਘਰ ਨੂੰ ਬਰਬਾਦ ਕਰ ਰਹੇ ਹਨ। ਫਿਰ ਗੱਲ ਉੱਥੇ ਆਉਂਦੀ, ਸੁਧਰਨਾ ਆਪਣੇ ਆਪ ਨੂੰ ਪੈਣਾ, ਸਿੱਖੀ ਕੋ ਉਬਾਰੋ। ਕਲਗੀਧਰ ਪਾਤਸ਼ਾਹ ਮਹਾਰਾਜ ਬਾਰੇ ਜੋਗੀ ਲਿਖਦਾ, ਉਹ ਕਹਿੰਦਾ ਸਿੱਖੀ ਕੋ ਉਬਾਰੋ, ਤੁਮੇ ਅੱਲਾਹ ਕੋ ਸੌਂਪਾ, ਮਰ ਜਾਓ ਜਾਂ ਮਾਰੋ, ਤੁਮੇ ਅੱਲਾਹ ਕੋ ਸੌਂਪਾ, ਰੱਬ ਕੋ ਨਾ ਵਿਸਾਰੋ, ਤੁਮੇ ਅੱਲਾਹ ਕੋ ਸੌਂਪਾ, ਵਾਹਿਗੁਰੂ ਅਬ ਹਿੰਮਤ ਤੁਮੇ ਜੰਗ ਕੀ ਬਖਸ਼ੇ, ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਬੇਟਾ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਈਆ, ਖਵਈਆ ਕਹਿੰਦੇ ਮਲਾਹ ਨੂੰ। ਬੇਟਾ ਇਸ ਵਕਤ ਤੂੰ ਪੰਥ ਦੀ ਬੇੜੀ ਦਾ ਮਲਾਹ ਹੈ, ਅਤੇ ਮਲਾਹ ਹੀ ਬੇੜੀ ਬੰਨੇ ਲਾਉਂਦਾ। ਕਿਉਂ ਕਿਹਾ ਇਹ ਭਲਾ ਜੋਗੀ ਨੇ ਗੱਲ? ਕਹਿੰਦਾ ਸਾਹਿਬਜ਼ਾਦੇ ਛੋਟੇ ਮੇਰੇ ਕੋਲ ਨਹੀਂ, ਤੂੰ ਹੀ ਇਕੱਲਾ ਰਹਿ ਗਿਆ ਮੇਰੇ ਕੋਲ, ਤੂੰ ਪੰਥ ਦੀ ਬੇੜੀ ਦਾ ਮਲਾਹ ਹੈ, ਤੂੰ ਡੋਲ ਗਿਆ, ਪਿੱਛੇ ਪਿੱਛੇ ਤੁਰਨ ਵਾਲੇ ਡੋਲ ਸਕਦੇ ਨੇ। ਕਿਉਂ ਸਾਧ ਸੰਗਤ ਜੀ, ਇਕੱਲਾ ਇਕੱਲਾ ਨੌਜਵਾਨ ਇਹ ਸਮਝੇ ਮੈਂ ਪੰਥ ਦੀ ਬੇੜੀ ਦਾ ਮਲਾਹ, ਸਮਝਣ ਨੂੰ ਤਿਆਰ ਹਾਂ ਕਿ ਮੈਂ ਪੰਥ ਦੀ ਬੇੜੀ ਦਾ ਮਲਾਹ ਹਾਂ, ਇਸ ਬੇੜੀ ਨੂੰ ਮੈਂ ਚੱਪੂ ਲਾ ਕੇ ਬੰਨੇ ਲਾਉਣਾ ਹੈ। ਨਸ਼ਾ ਵੇਚਣ ਵਾਲਿਆ, ਨਸ਼ਾ ਕਮਾਲ ਦੀ, ਨਸ਼ਾ ਵੇਚਣ ਵਾਲਾ ਵੀ ਸਿੱਖੀ ਘਰਾਣੇ ਨਾਲ ਸੰਬੰਧ ਰੱਖਣ ਵਾਲਾ, ਖਰੀਦਣ ਵਾਲਾ ਵੀ ਸਿੱਖੀ ਘਰਾਣੇ ਨਾਲ ਸੰਬੰਧ ਰੱਖਣ ਵਾਲਾ, ਦੋਵੇਂ ਕਹੀ ਜਾਂਦੇ ਅਸੀਂ ਕਲਗੀਧਰ ਪਾਤਸ਼ਾਹ ਦੇ ਸਿੱਖ ਹਾਂ। ਬੇੜੀ ਪੂਰੀ ਡੋਬੀ ਭਰ ਕੇ ਆਪੇ ਮਲਾਵਾਂ ਨੇ ਆਪਣੇ ਆਪ ਬੇੜੀ, ਹੁਣ ਤਾਂ ਵੇਖੋ
गुरु साहब मानना कहंदे ने कि बेटा तुम ही हो पंथ के बेड़े के खवैया, सर बेट करो ताके चले धर्म की नैया, धर्म की लहर चले बेटा सर बेट करो, ले दे के तुम ही थे मेरे गुलशन के बकैया। बकैया कहते ने बकाया, जिवें तुसी बस भी चढ़ो तुसी 100 रुपया दो टिकट होवे 20 दी, अगला कहता भाई 80 बकाया बाद में देना, बकाया इन्ना बचिया मेरे को, लैके 100 गया सी 80 बचिया, बेटा मेरे को बकाया तू ही है, आ बकाया है मेरा, ले दे के तुम ही थे मेरे गुलशन के बकैया, तू ही मेरा बकाया है होर कुछ नहीं है। लो जाओ राह तकते हैं सब खुलद के भैया, अगे भरा रस्ता डीक रहे ने तेरे, तेरे अपने भरा तेरे सिख भरा गए ने, कवि की अपनी उडारी है, खाश है तेग चलाते हुए देखें, तमन्ना है जिवें दुनियावी बाप की तमन्ना नहीं हुंदी, डॉक्टर बनिया वेखा, टीचर बनिया वेखा, चंगा बिजनेसमैन बनिया वेखा, चंगी नौकरी करदा वेखा, तमन्ना ख्वाहिश है तेग चलाते हुए देखें, हम आंख से बरशी तुम्हें खाते हुए देखे, मेरी तमन्ना है। कहते साहबजादा बाबा जुझार सिंह कलगीधर पातशाह को थापड़ा लेके गया, तो अल्लाह यार खां जोगी लिखता है कहता 10-20 को जख्मी किया, 10-20 को जख्मी किया, 10-20 को मारा, उस एक ने एक हमले में 40 को मारा, कहते कले ने, कहते कले ने, रौड़ा पै गया एक बार सारिया में, गुल मच गया तिफल ने 40, कहते रौड़ा पै गया सारे विच, रौड़ा पै गया सारे विच, खन्नास को मारा, कभी इबलीस को मारा, कहता कभी शैतान नू मारिया, जाने के देसी शैतान रहे सी जेड़े दूजे नू धक्के नाल अपना गुलाम बनाउणा चाहुंदे सन, कहते रौला पै गया सारी फौज में, हरकत मच गई, कह लगे बच बच के लड़ो कलगी वालों के पिसर से, ओ भाई बच बच के लड़ो कलगी वाले दे साहबजादे को, ये नीमचा लाए हैं सतगुर की कमर से, ये जो शस्त्र लैके आया इन्हों शस्त्रों को किसी आम इंसान ने नहीं सिखाया, ये ट्रेनिंग कलगीधर पातशाह ने दी है, क्यों जी पुत्र तो आप भी कलगीधर पातशाह दे, साढ़े तो कृपान उदा लभदी है जिदन लड़े में ब्याह जाना हों, क्यों जी क्यों साहब संगत जी, जहाँ जो काले कछियां वाला का रौला पैंदा उदों हुंदी है, उस वक्त ही आप करते नशे बेईमानी ठगी करप्शन सब कुछ साढ़े लुट सुट घर आन वड़ी है, सारा कुछ ही घर आन वड़े है, चीजा हो रही ने, हाँ वेखे हूँ जोड़ मेला नौजवान जाएंगे पोचवियाँ पगं बन के, कई तो नवे नवे खत कटा के जाएंगे, ताशा खेलते जाएंगे, गलां बातें करते जाएंगे, रस्ते च लंगर तरह तरह के लगे होने, होले महल्ले भी इंज ही होंगे, अद्धी अद्धी रात संगत साढ़े लिए कोई साग बना के बैठा है, कोई रौह की खीर बना के बैठा है, कोई मक्की दी रोटियां बना के बैठा है, कोई जलेब कड के बैठा है, तो साढ़े वीर ताश दी डब्बिया रख के बैठे ने, डब्बिया रख के बैठे ने, पिछले दिन मैं गल बेनती की थी, होले महल्ले संगत जा रही ने, असी जगराओं के लागे जा रहे थे, साढ़े अगे अगे ट्राली जा रही है, लत्तां लमका के कुछ बजुर्ग बैठे ने अंदर ताश खेडी जा रही है, साढ़े को रहा नहीं गया, आ क्यों हो रहा बापू जी, ये दाके कलगीधर पातशाह लिखा भी इन राज खेड आए हैं, क्यों साहब संगत जी, पिंड वाले कहना बल्ले बल्ले तुम साढ़े तो चंगे हो पाई, अं तो मझा पठे पाने जोगे रह गए, चंगे जे भरावा मझ का ढिड के भरे तुम्हें चंगे जे, तुम मझा पठे तो पाए ने, ये तो चले गए कट कि अंदाजा लाओ तुम, लखां करोड़ां अरबां दा लंगर पानी छक के असी दोनों तिना दिनों वापस मुड़ आने, सिक्के आने कुछ उतों, एक हिंद में तीर्थ है यात्रा के लिए, जहां बाप ने बच्चे कटाए खुदा के लिए, दुनिया अंदर जंगा दे तीन कारण मने गए ने, जर पैसा जोरू औरत जमीन, जमीन दे टुकड़े, तुहानू गुरु नानक साहब तो लैके कलगीधर पातशाह ते कलगीधर पातशाह तो लैके बाद तक इन्ह कारण चो एक भी कारण नहीं लगेगा, सिर्फ मानसिक आजादी, मानसिक तौर पर आजादी, जे जमीन के टुकड़िया की गल होंगी आनंदपुर शहर छड़न की लोड़ नहीं सी महाराज ने, उस टुकड़े बदले लड़ते भी नहीं भाई छड़ना नहीं है,
पता सी महाराज नूं मैं मानसिक तौर पर आजाद करना चाहुंदा, मेरा सिख ते जिथे जाएगा उत्थे आनंदपुर साहिब आपे बन जाना, मेरा सिख ने ते अपना घर आनंदपुर साहिब बना लेना, ते जे सुरत आजाद ना होई इन्हें धार्मिक अस्थानां च भी गंद पा देना, जे ती सुरत गुलाम होई इन्हें धार्मिक अस्थानां ते भी टल्लियां ते मूर्तियां स्थापित कर देनियां ने, होया देख लो दरबार साहिब दीआं परिक्रमा च सुरत दे ब्राह्मण ने मूर्तियां लिया के खड़ियां कर दित्तियां, सुरत आजाद होवे ते घर च भी मूर्ति की पूजा नहीं होंदी, सुरत गुलाम होवे तां गुरुद्वारियां च भी मूर्तियां दीआं पूजा शुरू हो जांदियां ने, सुरत की आजादी की गल है, मानसिक तौर पर आजादी, मानसिक तौर पर गुलाम हाँ, असीं तां पैर नहीं पुटदे किसी के पुछण तो बिना, किसी के पुछण तो बिना, बस ए सब तो वड्डी तकलीफ इस वक्त पुजारी वर्ग नूं यह हो रही है कि साडे कोलों पुछ के क्यों नहीं तुरदे, सूरज भी सानू पुछ के चढ़दा सी, ओ अपने आप च यह सोच के बैठे ने, असीं तां दसदे हुंदे सी जमीनां सुतियां कदों ते जागदियां कदों, असीं तां दसदे हुंदे सी भी भाई तेरे घर च आ दुख पिछले कर्मां दा, यह तां नवें ही काम चल पिया, यह तां सब कुछ ही उड गया, पर उडेगा प्यारे उडेगा, हनेरी आएगी नहीं रहना कख, इदां ही उडेगा, छन्ना उडणगियां कंधां पाटणगियां लक्कचों वड़े वड़े दरख्त टुटणगे पखंड दे, ये होएगा, मैं नहीं कह रहा, बाणी गुरु ग्रंथ साहिब दी कह रही है, देखो पाई ज्ञान की आई आंधी, होएगा, हनेरी दे सामने किसे दा जोर नहीं चलता, रीजा ना पालिया होया दरख्त लक विचों टुटन लगिया देरी नहीं लगती, जदों हनेरी आउंदी है बड़िया रीजा ना बहुत सीमेंट पा के बजरी पा के नीहां पक्कियां करके लेंटर खिला रहा होवे हनेर आवे लेंटर पाड़दियां देरी नहीं लगती, लेंटर पाटणगे छन्ना उडणगियां पखंड दियां, तेरे घर किसे ने पीरखाना ढाउण नहीं आउणा, तेरी सुरत विचों गुरदेव ने ढा देना, वह घरों तू आपे ढाएगा भाई माई दी तरह आप ढाएगा, सुरत विचों ढाएगा गुरु घरों आप ढाएगा, जिन्हां दे घरों मैं धक्के ना ढावांगा उन्हां बाद च फिर मन्नण लग पैणा, जदी सुरत विचों ढह गया उहदे घर च पिया भी होएगा पीरखाना, उन्हां उत्ते डंगर बन्ह देणे आ, पाथियां पा देणियां, उहदे लागे लोह बना लैणी आ जिहदे लागे जांदे नहीं सी कदी, होया इंज, ते जिन्हां दे घरां च असीं धक्के ना ढाउण जांदे आ गुस्सा ना मने, उह हकीकत है, उह बाद च माड़ी जेट लै के ना रात नूं दीवा पेजगा लैंदे आ ते नाले माफ़ी मंगदे, पीर जी इहनां नूं पता नहीं तेरी महिमा दा, नाले ताडे वालों फिर माफिया मंगी जाते उहदे अगे बह के की फायदा होया, सुरत चो तोड़ो, सुरत चो सुरत च इनकलाब लैके आओ, जदों सुरत विचों आजादी मिल गई ना फिर तो इन्हां चीज़ां का मैना कोई है ही नहीं, पढ़ो भाई गुरदास नूं, भाई गुरदास जी ने की आख्या, सतगुर नानक प्रगटिया मिटी धुंद जग चानण होवा ज्यों कर सूरज निकलिया तारे शप अंधेर पलो, अच्छा इत्थे तारे शब्द शप शब्द क्यों वरत्या भला, जिन्नी रात काली होएगी उन्ने तारे ज्यादा चमकणगे, कभी नोट करो मस्या की रात में तारे ज्यादा दिसदे क्योंकि उदन चंद्रमा तो होंदा ही नहीं, तारे बहुत ऐन संघने तारे दिसदे, पर जदों पूर्णमासी की रात होंदी है ना उदन तारे इन्ने नहीं दिसदे, चंद्रमा पूरा होंदा, तो जदों सूरज चढ़ता फिर तो साडा ध्यान तां नूं जांदा ही नहीं, सूरज सामने तारियां दा की प्रभाव, तारे ने पखंडी हनेरा है अग्ञानता, जिन्नी अग्ञानता वध होएगी उन्ना पखंडियां दा प्रभाव लोकां ते वध होएगा, जदों गुरु दे ज्ञान दा सूरज चढ़ गया सूरज दे सामने तारियां दा की प्रभाव पाई, तारे रहणगे भी पुछना ही नहीं किसे ने, बाबे डिकी जाना आया ही कोई नहीं, क्यों जी आया ही कोई नहीं, दुकान सवेर दी खुली है, वो कहिंदे भाई आउणा की करनू सी सूरज दे सामने तेरा की प्रभाव भाई, देखो भाई ज्ञान की आई आंधी, देखो भाई ज्ञान की हनेरी ते हनेरी है किदां आउणी भला, किदां आउणी है जी हनेरी, सात संगत जी ये हनेरी किदां आउणी है भला, मैनू पढ़ना पैना, चंगीआं किताबां घर च रखणीआं पैणीआं, लाइब्रेरियां बनाउणीआं पैणीआं, चंगे मैगजीन घर च रखणे पैणे आ, मैं चंगे विद्वान की एक दो पेज रोज किताब पढ़ा,
मैं रोज गुरबाणी के दो अंक सहज पाठ समझ करा, जो जो ज्ञान आता गया अंदर टुट भज होनी शुरू हो जानी है, अंदरों टुट भज, अंदर के पखंड कर्म कांड निकलने शुरू हो जाने हैं जो जो ज्ञान की हनेरी आती गई। देखो भाई ज्ञान की आई आंदी सबे उडानी, पढ़ो जी नान नान, सबे उडानी ब्रह्म की टाटी रहे न माया बांदी, रहे न माया बांदी, दुचिते की दोए थून गिरानी, दुचिते दी दुबदा दियां थमिया ने, दुचिते दी दोए थून दुबदा दियां थले थमिया ने, मोह बलेंडा टूटा, ते मोह दा उते शतीर है, जिहड़ा उतला शतीर है ना जिन्हें छत चुकी है मोह दा है, जिहड़ियां थमिया दुबदा दियां ने, दुबदा की है, पीरखाने भी मत्था टेक लेना, मठी ते भी चल जाना, गुरुद्वारे भी आ जाना, बाबे दियां परिक्रमा भी कर लेनी है, ये की है जी दुबदा दियां थमिया, ये कदों टुटनियां जदों ज्ञान दी हनेरी आ गई, जदों थमिया डिग पिया शतीर कित्थों रहू, फिर शतीर जमीन ते अडगना, दुचिते की दोए थून गिरानी मोह बलेंडा टूटा, मोह दे शतीर ने तृष्णा दी शान चुकी हुई है, फिर तृष्णा कहते खलो, मोह बलेंडा टूटा तृष्णा शान परी तारी ऊपर दुर्मत पांडा फूटा, दुर्मत का पांडा पाट गया, दुर्मत का पानी वग गया, गुरु ने एक नवा बर्तन दिता उस गुरमत का जल पाता, आखो सतना दुर्मत पांडा फूटा आंदी पाछै जो जल बरखै, हनेरी तो बाद तुसीं वेख्या एक वारी असमानी घटा जा चढ़दा हनेरी नाल, एक बार हनेरी नाल बहुत असमानी घटा जा चढ़दा, अंदर वेड़िया तक कटाण वड़दा ते बाद च मीह पै जांदा, कई वारी एक बार आप सारे अपने मंजे लैके सारा साजो समान खिड़कियां दरवाजे बंद करके अंदर जा वड़दे हां, जो बनाया हुंदा रोटी प्रसादा वह भी कई अंदर लै जाने हैं कि घटा बहुत आ गया, पर जो बाद 15-20 मिनट चंगी जोर ना वाछड़ हो जाए, मीह पै जाए, रुक जाए मीह, फिर मंजे बाहर कढ़ लैने ते मौसम बड़ा सोहना जिहा हो गया, हुण पक्षियां दी लोड़ नहीं पैनी पई, मौसम खूबसूरत हो गया, हुण ठंडक आ गई, हुण जदों ज्ञान दी हनेरी आएगी एक वारी टुट भज होएगी, फिर अंदर शांति दा सहज दा मीह पैना है, टका च आ जाएगा, तू भटकन की लोड़ नहीं पैनी, जिथे मर्जी को जावे कोई तेरे लागे आण के कहेगा ना फलाने थां ते मत्था टेकन चलीए, उत्थे बाबा आया कोई, तू कहना नहीं पाई करे शांति है, आंदी पाछै जो जल बरखै ते तेरा जल पीना, उहदे विच तेरा जन भिज गया, तेरे जन ने अपने आप नूं भेज लिया, कह कबीर मन भया प्रगाशा उहदे भान जब चीना, जो उदे पान नूं वेख लिया सूरज के दर्शन कर लै, मन टका विच आ गया, मन शांति विच आ गया, मन एक सूत्र विच परोया गया, हुण शब्दों की कदों समझ लगेगी, जदों सानू गुरबाणी पढ़न की आदत पवेगी, जो जो गुरबाणी दी पोथियां घरां च रखांगे, पहली गल ते लंबा टाइम डरा छड्डिया सानू, पाठ खुद ना करियो तुहानू की लगेगा जी, पाप लगेगा, सब तो पहला डर केड़ा सी तुहानू, पाप तां पहला लग चुका हुण लगना की है, सारा कुछ तां घर च पहले ही आ गया, डराया ये भी जे पाठ कीता बड़ा अत्याचार, अच्छा डर पता तुहानू बाणी पढ़नी नहीं आउंदी, अच्छा जेडे डेरियां च पाठ हो रहे सारे नूं पढ़नी आउंदी है, इंटरव्यू लैके वेख लो गुरु के प्यारे हो, इंटरव्यू लैके वेख लो भी जेडे उत्थे पाठ करदे सारे नूं पढ़नी आउंदी है, उंगलां ते गिण वाले होणगे जिहड़े शुद्ध पाठ करन, पर डराया चंगा पढ़ा पंजाबी दा टीचर है, व्याकरण दी स्कूल विच क्लास लाउंदा उहनूं भी डराउंदे, तेरे कोल नहीं पाठ होना, उहने ते स्टडी की ना बहुत ज्यादा, वह कर सकदा, वह दसेगा मर्यादा की है, ऐदा तूब तखाउणे ने, ऐदा लागे बाल्टा रखना है, ऐदा लागे समझ रखनी, फिर बड़ा वड्डा फल मिलना है, एहो एहो जे परिवार सी होस्पिटल इलाज चल रहा मरीज का, उहनूं लैंदा घर, कहिंदे इहदे लागे संपट पाठ करो,
मरीज बाजन ना मरीज बचिया खर्चा भी दुखदा सलोक सुन नूं जी नहीं करदा उहनां दा नवें पातशाह दे सलोक सुन नूं जी नहीं करदा उहनां दा जिहड़े आंदे ना असीं महाराज की बाणी दे लागे लिआंदा है किन्ने परिवार दू तुसीं तां लालच दित्ता ਜਦੋਂ ਤੁਸੀਂ ਸੌਦੇਬਾਜ਼ੀਆਂ ਗੁਰੂ ਦੇ ਨਾਲ ਕਰੋਗੇ ਜੀ ਮੈਂ ਆਹ ਬਾਣੀ ਪੜ੍ਹਾਂਗਾ ਮੈਨੂੰ ਇੱਥੇ ਫਲਾਂ ਦੀ ਗੱਲ ਨਹੀਂ ਇਹ ਤਾਂ ਦ੍ਰਿੜਤਾ ਦੀ ਗੱਲ ਹੈ ਭਰੋਸੇ ਅਤੇ ਵਿਸ਼ਵਾਸ ਦੀ ਗੱਲ ਹੈ ਦਿਨ ਉਹਨਾਂ ਦੇ ਮਨਾ ਰਹੇ ਹਾਂ ਮੈਂ ਇੰਨੇ ਪਾਠ ਪੂਜਾ ਕਰਕੇ ਮਗਰੋਂ ਪੁੱਤ ਮੰਗਾਂ ਅਤੇ ਕਲਗੀ ਧਰ ਕਵੇਗਾ ਮੈਂ ਤਾਂ ਪੁੱਤ ਵਾਰੇ ਨੇ ਪੁੱਤਰ ਕੁਰਬਾਨ ਕੀਤੇ ਨੇ ਇੱਥੇ ਪੁੱਤਰਾਂ ਦੀਆਂ ਗੰਢਾਂ ਪਾ ਪਾ ਕੇ ਸਾਡੇ ਅੰਦਰ ਵੈਸੇ ਸਭ ਤੋਂ ਵੱਡਾ ਨੁਕਸਾਨ ਪਤਾ ਕੀ ਹੋਇਆ ਅਸੀਂ ਬਾਣੀ ਖੁਦ ਸਮਝ ਕੇ ਨਹੀਂ ਪੜ੍ਹੀ ਜਦੋਂ ਪੁੱਤੀ ਗੰਢ ਪਵੇ ਸੰਸਾਰ ਦੇ ਅਰਥ ਕੀਤੇ ਜਾਂ ਉਹਦਾ ਪਾਠ ਹੀ ਕੀਤਾ ਨਾ ਜਦੋਂ ਘਰ ਵਿੱਚ ਸਾਨੂੰ ਲੱਗਾ ਲੈ ਵੀ ਆਪਣੀ ਗੱਲ 'ਤੇ ਬਣ ਗਏ ਵੀ ਕਹਿਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸਿੱਤੀ ਟੁੱਟੇ ਪਤਾਰ ਅਤੇ ਪੁੱਤੀ ਗੰਢ ਪਵੇ ਸੰਸਾਰ ਵੀ ਪੁੱਤਰਾਂ ਨਾਲ ਤਾਂ ਭਾਈ ਗੰਢ ਪੈਂਦੀ ਉਹ ਜਦੋਂ ਜਦੋਂ ਇਹ ਸ਼ਬਦ ਪੜ੍ਹੇਗਾ ਸਾਨੂੰ ਲੱਗ ਗਿਆ ਤਾਂ ਗੰਢ ਪੈ ਗਈ ਜੇ ਪੁੱਤਰਾਂ ਨਾਲ ਗੰਢ ਪੈਂਦੀ ਭਾਈ ਸ਼ੁਬੇਕ ਸਿੰਘ ਸ਼ਾਬਾਸ਼ ਇਹਨੂੰ ਰੱਖ ਲੈਂਦੇ ਉਹ ਤਾਂ ਦੋਵਾਂ ਪਿਓ ਪੁੱਤਰਾਂ ਨੂੰ ਚਰਖੜੀ 'ਤੇ ਚਾੜਿਆ ਗਿਆ ਕਿੰਨੇ ਸਿੱਖ ਨੇ ਇਤਿਹਾਸ ਵਿੱਚ ਜਿੱਥੇ ਇਕੱਠੇ ਪਿਓ ਪੁੱਤ ਸ਼ਹੀਦ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਬੇਟੇ ਨਾਲ ਸ਼ਹੀਦ ਕੀਤਾ ਗਿਆ ਭਾਈ ਸ਼ੁਬੇਕ ਸਿੰਘ ਸ਼ਾਬਾਸ਼ ਸਿੰਘ ਪਿਓ ਪੁੱਤਰ ਤੁਹਾਨੂੰ ਅਨੇਕਾਂ ਸਿੱਖ ਇੱਦਾਂ ਮਿਲਣਗੇ ਮਾਵਾਂ ਮੀਰ ਮਨੂ ਦੀ ਜੇਲ੍ਹ ਵਿੱਚ ਮਾਵਾਂ ਦੇ ਸਾਹਮਣੇ ਬੱਚਿਆਂ ਦੇ ਮਾਂ ਬੈਠੀ ਹੈ ਪੁੱਤ ਨੂੰ ਪਹਿਲਾਂ ਨਿੱਕੇ ਨਿੱਕੇ ਟੁਕੜੇ ਕੀਤੇ ਨੇ ਕਦੀ ਇਹ ਸਾਖੀ ਸੁਣਾਈ ਉਸ ਮਾਂ ਨੂੰ ਕਿ ਮਾਂ ਔਲਾਦ ਵਾਸਤੇ ਨਹੀਂ ਇੱਥੇ ਤਾਂ ਨਫ਼ਰਤ ਕੀਤੀ ਉਹਨਾਂ ਨੌਵਾਂ ਨਾਲ ਨਫ਼ਰਤ ਕੀਤੀ ਜਾ ਰਹੀ ਹੈ ਜਿਹਨਾਂ ਘਰਾਂ 'ਚ ਧੀਆਂ ਹੁੰਦੀਆਂ ਨੇ ਸੱਸਾਂ ਵੱਲੋਂ ਪਰਿਵਾਰਾਂ ਵੱਲੋਂ ਅੱਧੀ ਅੱਧੀ ਰਾਤ ਤਲਾਕ ਹੋਣ ਦੇ ਕਾਰਨ ਵੀ ਕਈਆਂ ਘਰਾਂ 'ਚ ਨੇ ਕਦੀ ਘਰਾਂ ਦੇ ਤੁਸੀਂ ਵੋ ਮੈਨ ਸੈੱਲ ਦੇ ਵਿੱਚ ਜਾ ਕੇ ਕੇਸ ਰੱਖੋ ਆਹ ਕਾਰਨ ਨੇ ਜਿੱਥੇ ਭੈਣਾਂ ਆਣ ਕੇ ਦੁੱਖ ਰੋਂਦੀਆਂ ਜੀ ਮੇਰੇ ਘਰ ਦੋ ਧੀਆਂ ਮੈਨੂੰ ਅੱਜ ਵੀ ਯਾਦ ਹੈ ਆਸਟ੍ਰੇਲੀਆ ਵਿੱਚ ਇੱਕ ਪਰਿਵਾਰ ਹੈ ਉਹ ਮਿਲਣ ਆਇਆ ਦਾਸ ਨੂੰ ਉਹ ਦੋ ਬੇਟੀਆਂ ਸਨ ਉਹਨਾਂ ਦੀਆਂ ਉਹ ਦੋਵੇਂ ਬੇਟੀਆਂ ਦੱਸਣ ਕਹਿੰਦੀਆਂ ਜੀ ਵੀਰ ਜੀ ਸਾਡੀਆਂ ਦੋ ਬੱਚੀਆਂ ਨੇ ਇਸ ਵਕਤ ਯੂਨੀਵਰਸਿਟੀ 'ਚ ਪੜ੍ਹ ਰਹੀਆਂ ਨੇ ਉਹ ਬੱਚੀਆਂ ਆਪਣੇ ਮੂੰਹੋਂ ਦੱਸਦੀਆਂ ਕਹਿੰਦੀਆਂ ਅੱਜ ਤੱਕ ਸਾਡੇ ਮਾਂ ਬਾਪ ਨੇ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਧੀਆਂ ਹਾਂ ਸਾਨੂੰ ਉਹਨਾਂ ਨੇ ਪੁੱਤ ਕਹਿ ਕੇ ਬੁਲਾਇਆ ਨਾਲੇ ਇੱਕ ਬੇਨਤੀ ਕਰਾਂ ਧੀ ਵਿੱਚ ਪੁੱਤ ਨਾਲੋਂ ਵੱਧ ਖਾਸੀਅਤ ਹੈ ਤੁਸੀਂ ਧੀ ਨੂੰ ਪੁੱਤ ਕਹਿ ਕੇ ਵੀ ਬੁਲਾ ਸਕਦੇ ਹੋ ਧੀ ਨੂੰ ਧੀ ਕਹਿ ਕੇ ਤਾਂ ਬੁਲਾਉਂਦੇ ਹੋ ਨਾ ਧੀ ਨੂੰ ਪੁੱਤ ਕਹਿ ਕੇ ਵੀ ਬੁਲਾ ਸਕਦੇ ਹੋ ਪਰ ਪੁੱਤ ਨੂੰ ਧੀ ਕਹਿ ਕੇ ਨਹੀਂ ਬੁਲਾ ਸਕਦੇ ਧੀ ਨੂੰ ਤਾਂ ਆਪਾਂ ਮਾਣ ਨਾ ਕਹਿੰਦੇ ਆਹ ਮੇਰਾ ਪੁੱਤਰ ਪਰ ਨਫ਼ਰਤ ਕਿੰਨੀ ਹੈ ਅੱਧੀ ਅੱਧੀ ਰਾਤ ਠੰਡਾਂ ਵਿੱਚ ਵੀ ਲੋਕ ਅੰਦਾਜ਼ਾ ਲਓ ਕਿੰਨੀ ਅੰਦਰੋਂ ਜ਼ਮੀਰ ਮਰ ਜਾਂਦੀ ਹੋਏਗੀ ਕੋਰਿਆਂ 'ਚ ਵੀ ਬਾਹਰ ਰੱਖ ਹੁੰਦੇ ਨੇ ਕਿਹੜੇ ਮੂੰਹ ਨਾਲ ਗੁਰਦੁਆਰੇ ਆਉਂਦੇ ਹੋਣਗੇ ਕਿਹੜੇ ਮੂੰਹ ਨਾਲ ਲੰਗਰ ਲਾਉਂਦੇ ਹੋਣਗੇ ਕਿਹੜੇ ਮੂੰਹ ਨਾਲ ਪਰਿਕਰਮਾ ਕਰਦੇ ਹੋਣਗੇ ਉੱਥੇ ਇੱਥੇ ਤਾਂ ਇੱਦਾਂ ਇੱਦਾਂ ਦੇ ਸਾਧ ਪੂਜੇ ਗਏ ਜਿਨ੍ਹਾਂ ਨੇ ਡਾਕਟਰਾਂ ਦੇ ਅੱਖਾਂ ਵਿੱਚ ਤੇਜ਼ਾਬ ਪਾਤਾ ਸੰਧੀ ਇਹ ਹੋਈ ਸੀ ਵੀ ਜੇ ਲੜਕੀ ਹੋਈ ਤਾਂ ਪੇਟ ਵਿੱਚ ਹੀ ਕਤਲ ਕਰਦੀ ਲੜਕਾ ਹੋਇਆ ਤਾਂ ਨਾ ਮੇਰਾ ਹੋਏਗਾ ਕਿ ਬਾਬਾ ਜੀ ਦੇ ਆਸ਼ੀਰਵਾਦ ਨਾ ਹੋਇਆ ਉਹ ਡਾਕਟਰ ਦੀ ਜ਼ਮੀਰ ਜਾਗੀ ਉਹਨੇ ਕਿਹਾ ਮੈਂ ਇਹ ਕੰਮ ਨਹੀਂ ਕਰਨਾ ਅੱਖਾਂ 'ਚ ਤੇਜ਼ਾਬ ਪਾਤਾ ਅੱਜ ਵੀ ਉਸੇ ਤਰ੍ਹਾਂ ਤੁਰਿਆ ਫਿਰਦਾ ਉਸੇ ਤਰ੍ਹਾਂ ਪੂਜਾ ਹੋ ਰਹੀ ਉਸੇ ਤਰ੍ਹਾਂ ਲੋਕ ਅੱਜ ਵੀ ਲੋਕ ਜਿਹੜੇ ਲੋਕ ਉਹਦੇ ਹੱਕ ਵਿੱਚ ਪੋਤ ਰਹੇ ਉਹਨਾਂ ਨੂੰ ਪਤਾ ਨਹੀਂ ਵੀ ਐਡਾ ਵੱਡਾ ਪਾਪੀ ਹੈ ਕਿੰਨੀਆਂ ਧੀਆਂ ਲੋਕਾਂ ਦੀਆਂ ਮਰਵਾਈਆਂ ਨੇ ਪਰ ਅੱਖਾਂ 'ਤੇ ਪੱਟੀ ਵੱਡੀ ਫੇਰ ਵੀ ਲੋਕ ਉੱਥੇ ਖਲੋਤੇ ਨੇ ਉਹ ਧੀਆਂ ਦੱਸਦੀਆਂ ਨੇ ਕਹਿੰਦੀਆਂ ਅੱਜ ਤੱਕ ਸਾਡੇ ਮਾਂ ਬਾਪ ਨੇ ਸਾਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਅਸੀਂ ਆਪਣੇ ਮਾਂ ਬਾਪ ਦੀਆਂ ਧੀਆਂ ਹਾਂ ਪਰ ਇੱਕ ਗਿਲਾ ਉਹਨਾਂ ਬੱਚੀਆਂ ਨੇ ਯਾਰ ਕੀਤਾ ਪਤਾ ਕੀ ਕਹਿੰਦੇ ਜਦੋਂ ਸਾਨੂੰ ਕੋਈ ਮਿਲਦਾ ਹੈ ਨਾ ਸਾਡੇ ਮਾਂ ਬਾਪ ਨੂੰ ਹੁਣ ਰਿਸ਼ਤੇਦਾਰਾਂ ਨੂੰ ਤਾਂ ਪਤਾ ਹੀ ਹੁੰਦਾ ਪਰ ਜਿਵੇਂ ਕੋਈ ਆਮ ਮਿਲਦਾ ਪੁੱਛਦਾ ਹੀ ਹੋਰ ਬੱਚਿਆਂ ਦਾ ਕੀ ਹਾਲ ਹੈ ਆਪਾਂ ਦੱਸਦੇ ਹਾਂ ਜੀ ਬੱਚੇ ਠੀਕ ਨੇ ਕਿੰਨੇ ਬੱਚੇ ਨੇ ਤਾਂ ਆਪਾਂ ਅੱਗੇ ਦੱਸਦੇ ਹਾਂ ਜੀ ਦੋ ਬੇਟੀਆਂ ਨੇ ਅੱਛਾ ਫਿਰ ਬੇਟਾ ਵੀ ਬੱਚੇ ਕਿੰਨੇ ਨੇ ਬੇਟੀ ਹੈ ਕਿ ਬੇਟਾ ਕਹਿੰਦੇ ਜਦੋਂ ਅਸੀਂ ਦੱਸਦੇ ਸੀ ਜੀ ਸਾਡੀਆਂ ਦੋ ਬੇਟੀਆਂ ਅੱਛਾ ਬੇਟਾ ਹੈ ਨਹੀਂ ਕਹਿੰਦੇ ਉਦੋਂ ਸਾਡੀਆਂ ਬੱਚੀਆਂ ਸਾਡੇ ਚਿਹਰੇ ਵੱਲ ਵੇਖਦੀਆਂ ਸੀ ਇਹ ਕਿਉਂ ਪੁੱਛਦੇ ਨੇ ਵੀ ਬੇਟਾ ਹੈ ਨਹੀਂ ਕਦੀ ਬੇਟੀਆਂ ਵਾਲੇ ਦੇ ਘਰ ਜਾ ਕੇ ਵੀ ਪੁੱਛਿਆ ਵੀ ਦੋ ਬੇਟੇ ਨੇ ਬੇਟੀ ਹੈ ਨਹੀਂ ਉੱਥੇ ਤਾਂ ਬਸ ਬੇਟਾ ਹੁਣ ਬੇਟੀ ਦੀ ਲੋੜ ਨਹੀਂ ਹੈ ਇੱਕੋ ਬੇਟਾ ਦੋ ਤਿੰਨ ਬੇਟੀਆਂ ਦੀ ਕਮੀ ਪੂਰੀ ਕਰ ਦਿੰਦਾ ਹੈ ਦੋ ਤਿੰਨ ਬੇਟੀਆਂ ਪੈਦਾ ਹੋ ਕੇ ਵੀ ਇੱਕ ਬੇਟੇ ਦੀ ਕਮੀ ਇਹ ਸਮਾਜ ਦੀ ਸੋਚ ਦੀ ਗੱਲ ਦੱਸ ਰਿਹਾ ਗੁਰਮਤ ਮੁਤਾਬਕ ਨਹੀਂ ਸਮਾਜ ਦੀ ਸੋਚ ਐਸੀ ਬਣ ਚੁੱਕੀ ਹੈ ਜੇ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਦਿਨ ਮਨਾ ਰਹੇ ਹੋ ਨਾ ਤੇ ਆ ਵੇਖੋ ਇੱਥੇ ਤਾਂ ਪੁੱਤਰ ਕੁਰਬਾਨ ਕੀਤੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਭਾਈ
अपनी औलाद नूं प्यार करन वाले हो असूल सब तो उत्ते हुंदे ने जेकर तू अपनी औलाद भी अपना आप भी वारिया जा सकता है, वारिया जा सकता है। इस करके नफरत ना करो। तो साडे नजरिए बड़े भैड़े ने, जदों ते नौ घर औलाद नहीं होएगी साडे अंदर यह भी सोच आएगी भी विआह करा ले साडा दूजा पुत, इदां दी सोच भी साडे अंदर आएगी। पर जदों इहो घटना किते साडी धी ना वापरे फिर मेरे ख्याल साडी सोच थोड़ी जी अल्लाह हो गई। वैसे पाठ असी एक ओंकार दा सिरे उठ के दो घंटे भावें करते रहिए, एक ओंकार दा पाठ करते पर एक अजे बने नहीं। जो सोच नौ प्रति है वह धी प्रति नहीं, जो धी प्रति है वह सोच नौ प्रति नहीं। परिक्रमा बड़िया कीतियां क्योंकि असं बारों बारों घूमी जाने गुरमत तक तो पहुंचे नहीं है। संतोख तो जीवन च है नहीं। गुरु सरोवर च इनान करेगा तो सबर आएगा भाई, गुर समान तीर्थ नहीं कोई, गुरु वर्गा कोई तीर्थ स्थान नहीं। सर संतोख ताशगुर होए इस सरोवर दे विच इनान कर ताकि तेरे अंदर भी सबर आवे, तेरे अंदर भी संतोख आए। तो गुरदेव पिता जी कहते अमृत नीर, अमृत नीर गुरु को आत्मक जल मिलता है। नीर का अर्थ पानी है, परमेश्वर के नाम का जल मिलता है। ज्ञान ज्ञान के नन्ने सिहारी है, ज्ञान मन मजन इस नीर में इनान किने करना है, मन ने किने करना जी, मन ज्ञान के इस ज्ञान के चुभियां मारद इनान करद। ज्ञान मन मजन अठ सठ तीर्थ संग गह, अठाठ तीर्थां ते जाण दी लोड़ नहीं। जेदा मन गुरु दे ज्ञान विच इनान करदा अठाठ तीर्थां उहदे नाल ही ने। इह गुरु नानक साहिब जी कहिंदे ने अमृत नीर ज्ञान मन मजन, ज्ञान ने इहदे ज्ञान विच इस मन ने इनान करना है। तीर्थ नहावण जाऊं, गुरु नानक साहिब जी कहते मैं तीर्थां ते नहाउण जाना पर मेरे वास्ते तीर्थ अलग है दुनिया का, केड़ा नाम तीर्थ नहावण जाओ तीर्थ नाम है, तीर्थ नाम है मेरे वास्ते जिथे मैं इनान करना हूं जिथे मैं चुभियां लाउना। तीर्थ नहावण जाओ तीर्थ नाम है, ये नाम दे विच सिख ने इनान करना है। जिथे अपने मन की मैल उतारनी है, दुनिया के लोग तो दुनियावी तीर्थां ते नहाउंदे, इस सरोवर ते इनान करके वेख भाई। जदों गुरु के शब्द नूं विचारेगा गुरु के शब्द नूं समझेगा अंदर की मैल दिती जाएगी। अमृत नीर ज्ञान मन मजन अठ सठ तीर्थ संग गहे, गुर उपदेश जवाहर माणक। गुरु का उपदेश जवाहर माणक, गुरु का उपदेश ही साढ़े वास्ते जवाहर माणक है, कीमती माणक है। माणक के नहीं माणक ध्यान ना सुनियो, थोड़ी जी उदाहरण लै लीए दुनियावी तंग समझ पै जाए। गुरु का उपदेश जवाहर माणक किवें, मान लो एक बंदा एक दिन का 100 रुपया कमाता, उदाहरण है कमाई भावें किसी की 500 दिन की हो, किसी की 1000 कमाई दिन की हो, 2000 हो, ऐसे उदाहरण अपनी कमाई पर ला लो। मान लो एक बंदा एक 100 रुपया एक दिन च कमाता, वो घर का खर्चा 75 रुपये, 50 रुपए का नशा कला पी जाता है, किन्ने बचे पिछे 50 का नशा कर लेंदा है, 100 कमाई है 50 उहदे कोल बचे ने, घर का खर्चा है 75 का, किन्ना करजा रोज़ लैना पैंदा उहनू 25 रुपये, महीने का किन्ना बनिया 750 रुपया। 750 रुपया उस बंदे ने हर महीने किसी का देना होंदा, उहदी धी उहदा पुत उहदी पत्नी उहदा परिवार 750 रुपये का किसी का करजाई होंदा है। क्यों अपनी आदतां नहीं सुधारदा, नशा पीता है, पर एक दिन कितने तुरिया तुरिया जाता कोई गुरमुख प्यारा मिलिया, उन्हें हौली हौली बाणी की संगत करनी शुरू की, नशा खरीद खरीदनी आदत नहीं छड़ी, खरीदया पीता भी रहा, हौली हौली पीना बंद किया, हौली हौली अपनी आदतों पर कंट्रोल किया, अज नशे विचों निकल गया। गुरु के उपदेश ने अंदर नूं हलूणा दिता, कमाई 100 ही है खर्चा 75 ही है, अज गुरु के उपदेश उत्ते पहरा दिता तो 25 रुपये बचण लग पे।
एक महीने बाद असर यह होया कि 750 का मालिक बन लग पाया। खर्चा 75 ही है, घर का कमाई 100 ही है, उदाहरण है दिन भी। हम अंदाजा लाओ एक किसे एक तो बाहरों आया नहीं, गुरु ने शब्द दिता, गुरु ने सिक्ख्या दी। वो भाई एक तो नशा पी के पैसे नाल बर्बादी हो रही है, शरीर की बर्बादी हो रही है, परिवार को टाइम नहीं दे पाता, बाजा ये गुरु उपदेश जवाहर माणक। हुण गुरु का उपदेश जवाहर है माणक, असी तो कड़े मुंदरिया सांभ ही बैठे हाँ, कड़ा पाया हो ना कुड़म ने किदा सांभ सांभ रखते हैं जी। वो बोलो प्यारे ओ मुंदरिया किदा सांभ सांभ रखते हैं, सोना किदा सांभ सांभ रखते हैं। गुरु का उपदेश जवाहर माणक है, इनू सांभिया कदी यही तो कदरी नहीं जानी। 35 महापुरखों का उपदेश 48 तो 50 घंटे साढ़े घर शेव पाठी सिंह पढ़ते हैं, पता है सानू कि कीमती रतन जवाहर माणक साढ़े घर पहुंचे हैं। गुरु उपदेश जवाहर माणक, गुरु का उपदेश जवाहर माणक। सेवै सिख सो खोज लह, है जवाहर माणक पर जड़ा सेवेगा मिलेगा उन्हों। समुद्र में सब कुछ है पर मिलता उन्हों जड़ा चुभियां लाउंदा है, तो सारा कुछ ही है पर बल्ले बल्ले परिक्रमा करना तो गल नहीं बननी। परिक्रमा तो गुरु रामदास दी पृथ्वी चंद ने भी कीतियां होनियां, पर जो प्राप्ति गुरु अर्जन साहब नूं होई वह पृथ्वी चंद नहीं प्राप्त कर सके। परिक्रमा करना गल नहीं बननी, केवल मत्थे टेकन ना गल नहीं बननी, इन समझना पैना, विचारना पैना। गुर उपदेश जवाहर माणक, सेवै सिख सो खोज लह। तीर्थ शब्द विचार अंतर ज्ञान है, शब्द ही विचार तीर्थ स्थान है। तीर्थ शब्द विचार अंतर ज्ञान है, गुर ज्ञान साचा थान तीर्थ, गुरु का ज्ञान ही सचा तीर्थ स्थान है। दस पुरब सदा दशहरा, ब्राह्मण ने लोगों में दस पवित्र दिन दसे सी भी आ दस दिन पवित्र है, संगरांद है, मस्या है, पूर्णमासी है, एतवार का चानना है, ऐदा उन्हें दिन दस दिते। दो अष्ट जन्माष्टमियां दस दतियां, दो चौदह दस दते, ऐदा उन्हें दिन लोगों में पा दते कि आ भाई दिन पवित्र ने। वह पवित्र दिन घड़े अपने वास्ते भी लोग भजे आन, कोई मस्या नहाउण तुरिया आवे, कोई पुन्या नहाउण तुरिया आवे, कोई संगरांद वाले दिन कहे भी अज का मत्था टेकिया महीना लोड़ी नहीं इंजी आ। फिर गुरुद्वार अनाउंसमेंटा हुई वो भाई सवेरे संगरांद का पवित्र दिहाड़ा सुरत में विपर बह गया। बाकी 29 दिन सोए दिन सुहावड़ा जित प्रभ आवे कितने गया? पुजारी साढ़ी सुरत में बैठा। गुरु साहब मानसिक तौर पर आजादी चाहते सी, कई कहे जी फिर महाराज ने एवं लिख दिता बारह माह लिखे तो वार भी ने, सोमवार भी आया करिए। अच्छा कई कहे जी संगरांद वाले दिन जो बंदा काम करता महीना ही होंगे, संगरांद वाले दिन जो किसी पैसे दे पईए जो कि गोली खा पई ना महीना बीमारी नहीं गलों लेंगी, इदा कहें कई कई तो एडे वे महीने पैसे किसी के देने उन्हें रात नहीं दे आते सवेरे संगरांद परस च पैसे खिलाने ही नहीं। अच्छा संगरांद वाले दिन तो भाई तू गुरुद्वारे भी गया सी, मुड़ के महीना मड़िया नहीं। जे आप मान लीए भी संगरांद वाले दिन तो तू गुरुद्वारे भी गया सी, संगरांद वाले दिन तो गुरुद्वारे देख भी बनी सी, बाकी फुल गए वरता छड़ियां 29 दिन क्यों? उत्थे एक गल उत्थे को नहीं लागू होंदी आ, मतलब सानू भरमाया गया ऐदां दे मिठिया मिठिया गल्लां। मावां ने भी पुत्र उठाया भी पुत्र रोज नहीं जाना, अज तक टल जा, अज तो महाराज रजिस्टर लेके बाहर बैठे ने भी अज तक टल जा तू आ जरा दो बजे, खास करके माघी का महीना रस ब्रैड पकौड़े जिन्ना परहेज आप पिछले किया होता काफी दिनों तो सब कुछ चलता। फिर वो माघ मजन संग साधु हाँ तुड़ी कर इनान हर का नाम ते आए सुन सबना कर, उत्थे हरी दे नाम की गल सी, इतने होर ही कुछ दान करी गए। पुजारी निकलिया थोड़ा साड़ी सुरत विचों, गुरु साहब तो इसे कुछ होर कहते कहते गुर गां गुर ज्ञान साचा थान तीर्थ, गुरु का सचा ज्ञान ही मेरे वास्ते सचा तीर्थ स्थान है। दस पुरब वो जेडे पुजारी लोगों को दस पुरब आंदा ना, दस दिन पवित्र आंदा, मेरे वास्ते गुरु का शब्द ही दस दिन पवित्र वाली गल है, मैनू को वखरे दिनों पूजा करने की लोड़ नहीं। पर आप छड़िया थोड़ा
अपनी त्याल तो है भी भार ताइयों नहीं घट रहा उत्थे काम निबड़ी जाता भी खुराक उदा ही रोटियां की गिनती मिनती वधाई दी जाने जिवें किसी बंदे का भार बड़ा वध गया डॉक्टर साहब वेट बहुत वध गया कंट्रोल नहीं हो रहा कहिंदा किन्ने प्रसादे छकदा कहिंदा तीन क सवेरे चार क दुपहरे सत्त ते तीन क शाम नूं दस कहिंदा कैं कर अठ कर दे उन्हें अठ करते फिर गया दो तिना महीने बाद कहिंदा घटन की बजाय वधदा जांदा कहिंदा छे कर दे उन्हें छे करते कहिंदा फिर वधदा जांदा कहिंदा ऐ कर भी चार कर दे उन्हें चार करते फिर वधदा जांदा दो तिना महीने बाद कहिंदा दो कर दे कहिंदा नहीं जी हुण तौबा दो नहीं कर सकता कहिंदा क्यों कहिंदा जिहड़े आटे दीआं दस बणाउंदा सी दो किदां बणावां असल च आटा तोल के खांदा सी रोटियां की गिनती घटाई गया असी भी काम नहीं छड़े जिहड़े मंदरां च करदे सी उह गुरद्वारिआं च करने शुरू करते काम तो उहो ही है साडा फर्क थोड़ा पिया सिर ते पग बद्धी अद्धी अद्धी रात नहिरां च नारियल सुट्टदे फिरदे आ टूणे करदे फिरदे आ पखंड करदे फिरदे आ सुरत विच गल्लां बह गईआं साडे सुरत विच गल्लां बह गईआं गुरु साहब मानसिक तौर पर सानू आजाद करदे आ इह दिन मनाउण दा अर्थ ही असल विच इह है कि मानसिक तौर पर आजादी आवे साडे विच असी किसी नूं पुछण दी लोड़ ना महसूस करिए असी गुरु दा शब्द लैके आप अपनी जिंदगी दे फैसले कर सकीए संसार सो रोगी है नाम दारू मैल लगे सच बिना यह मैल लगेगी सच तो बिना मैल लगेगी लगेगी सच नहीं होएगा वकारा की मैल लगेगी वकारा की मैल लगेगी लगेगी जे सच कोल नहीं होएगा तो गुरु साहब जी कहते गुर उपदेश जवाहर माणक सेवे सिख सो खोज लह जिहड़ा जिहड़ा सिख इहनूं सेवेगा जिहड़ा जिहड़ा चुगियां लावेगा वह खोज के प्राप्त करता जाऊ हम धनवंत पागट सच नाए हर गुण गावे सहज सुभाए प्यू दादे का खोल डिठा खजाना ये सानू दादियां पड़दादियां वालों ये खजाना मिलिया इनू खोल इनू पढ़ इनू विचार ताकि तू अंदरों अमीर हो सके प्यू दादे का खोल डिठा खजाना ता मेरे माना रतन लाल जाका हुण एक एक शब्द रतन लाल ने जिहदी कीमत ही कोई नहीं ज्यों ज्यों ते तुरदा जाएगा जीवन स्वर्ग जीवन उन्ना ही अमोलक हुंदा जाना इह रतन जवाहर माणक है माई सत 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 हार सत 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 सादा बचन गुरु जो पूरे कहो मैं शी का गांठ भी बांधा मेरे जो पूरे गुरु ने बचन कह मैं घुट के खिंच के अपने पले बन लै घुट इनू पले बन पले बन का अर्थ है कि अज तो बाद ये सेवे सिख सो खोज लह सिख ने अपने सुरत में शब्द टिकाउणा है ये जवाहर माणक है कीमती लाल है जो सानू बाणी दसदी है बाणी कहती नशा नहीं पीना बाणी कहती नशा नहीं पीना जे मैं नशा नहीं पीवांगा इच फायदा किहदा जी साडा पाई किसे होर थां ते जाके मथा नहीं टेकना किहदा फायदा है मेरा थां थां ते भटकोगे कहिंदा इक दरदा हो जा एक तो बिना किसी होर अगे सिर ना चुका एक कीमती लाल है हीरे जवाहरात ने जिहड़े सिख ने खोजने हन रोज पढ़ना है विचारना ज्यों ज्यों चुब्बी मारदा जाएगा बड़ा कुछ प्राप्त होएगा तेनू इहदे विच रतन लाल एक कीमती विचारां जिहड़ियां बाणी दियां ज्यों ज्यों समझदा जाएगा जिंदगी दा पार जिवें बंदा इशनान करके फ्रैश नहीं महसूस करदा जदों अंदरों अग्ञानता दा भार लह जाए ना लागे तुहाडे कोल नहर च नारियल सुट रहा होवे ना तुसीं सोचदी इह की करी जांदा क्योंकि तुसीं हौले हो चुके हो तुहाडा भार लह चुका है तुहानूं लग रिहा बोझ जिहा की चुकी फिरदा नारियल ला के चौंच टूना करी जांदा है आ ट्रैक्टर लिया के गाड़ी परांदियां बन्नी फिरदे ने धागे बन्नी फिरदे ने कई तो आप आप जिदा असी करते हैं ना साडे ते गां लंघ गया काम बहुत अगे जा चुके हैं जिवें रखा नहीं दौलिया नाल बाहां नाल बन्नी फिरदे ते उत्थे मैं अमेरिका से उत्थे निशान साहब का चोड़ा ला रहे सी
बोले 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 बाणी को सुने ना सुने, पाठ को सुने ना सुने, ऐदा चोले अड अड के ओदिया दलां निकिया निकिया भी गड्डी दे स्टेरिंग ना बनांगे, पौधे डौले ना बनांगे, भी शायद स्टेरिंग ना बनांगे तेरी ना पौना पवे, शायद पुत की बांह ना बनांगे, हो सकता आपे पढ़ाई आई जाए, असं खलोते कितने हैं। जो गुरु गुरु साहब कहते होने भले हो तुम बारों बारों मत्था टेकी जाते, मैं तो अजे अंदर बैठा, बापू अंदर बैठा हो, बापू ने बाहर खूंडी रखी हो, बापू की उत्थे जुत्ती लथी हो, बापू ने उत्थे स्कूटरी डकी हो, उत्थे कुर्ता टंगया हो, एक पोता आवे कुर्ते अगे मत्था टेकी जाए, दूजा पोता आवे खूंडी अगे मत्था टेकी जाए, तीजा पोता आवे जुत्ती अगे मत्था टेकी जाए, चौथा पुत स्कूटर दियां परिक्रमा करी जाए, तो बापू कहे कहना लांती हो मैं तो अंदर बैठा, मेरे तक आओ, गुरु ग्रंथ साहब तो अंदर ही बैठे ने, गुरु ग्रंथ साहब की विचार तो अंदर है, सिख आउंदा जरूर है, परिक्रमा बाहरों करके मुड़ जाता है, को पौड़ियां ते मत्था टेकदा है, को रुखां दियां परिक्रमा करदा है, को जुतियां जोड़े मत्थे टेकी जांदा, महाराज की बाणी तक तो सिख पहुंचते ही नहीं, तो वह भी चाहता है पुजारी वर्ग भी सरूप पिया हो, मत्थे बारों बारों टेकी जाए, जितने ने रमाला चाह के पढ़ना शुरू किया मेरे लोगों की गिनती घटनी शुरू हो जानी है। ये हुण फैसला आप कर लीए, रमाला चाह के पढ़ना शुरू करना है कि जां उदां ही नमस्कार करी जानी, यह फैसला हुण असी करना है, यह फैसला साढ़े हाथ है साध संगत जी, यह फैसला सानू करना पैना कि असी पढ़ना विचारना शुरू करना कि जां बारी बारी मत्था परिक्रमा करी जानी है, यह फैसला सानू करना पैना, इस सरोवर च सानू इशनान करना पैना, सार संतोख इस सार संतोख तारस गुर होए, भाई गुरु संतोख का सरोवर है, तू ही तो बाहर लिया भाई गुरदास नूं एवें नहीं कहना पिया, सतगुर तीरथ छड़ कै, इहदा मतलब उस वेले भी होएगा तां लिखिया ना, सतगुर तीरथ छड़ कै अठ सठ तीरथ नावण जाई, कहिंदे गुरु सरोवर छड़ दिता, होर ही सरोवर से नहाते फिरते हैं, होर ही थावां ते मत्थे टेक जाओ, इतिहासिक स्थानों पर जाओ, जाने की मनाही नहीं, पर कई प्राइवेट भी क्लीनिक खोले अपने, कई प्राइवेट भी खुल गए नवे नवे, जिमें दरबार साहब की नकल से अगलिया ने अपना वक्रा ही बनाना शुरू किया, उदो भावनावां ठेस नहीं वजती किसी से, ना 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 उदो भावनावां सैलेंट मोड से लग जा, जिमें मोबाइल की रिंग बंद करती है ना, गूं गूं करी जाता बोलता नहीं, इदां चुप हो जाते, बड़ा कुछ पखंड होंदा इत्थे, इहो इहो जिहे पखंडी पैदा होए, साडे बाबा जी ने उहदे मूँह च थुकिया उहनूं ब्रह्म ज्ञान हो गया, जिहड़े खंगार खा खा के ब्रह्म ज्ञान लैंदे होण उहनां नूं आह विचारा करन दी की जरूरत पई है साध संगत जी, उहनां नूं बंदे भी उहो जिहे चाहीदे आ जिहड़े उहनां दीआं परिक्रमा करदे रहिण, उहनां दे पिछे पिछे तुरे, उह नहीं चाहुंदे वी सिर चुक के कोई साडी अखां च सवार कर सके, भाई सानूं तां गुरदेव ने पैदा कीता जिहड़ा सूबे सरहंद दी कचहरी विच वी सवाल कर सके, जागना है सिख ने, क्या फर्क पै रहा है, जो जो विचार आएगी अंदर निडरता आएगी, अंदर की कैरता हूंज के सिख ने बाहर कर देनी है, पार हौला हो जाना है, भूले मार्ग जिन्हें बताया ऐसा गुर वडभागी पाया, सिमर मना राम नाम चितारे बासरा हिरदे गुर चरण प्यारे, सतगुर तीरथ छड़ कै अठ सठ तीरथ नावण जाही, बगल समाध लगाए कै, बगले वांगू समाधियां ला ला के, बगल समाध लगाए कै, बगले वांगू समाधि ला के, ज्यों जल जनता कुट कुट खाही, जिवें हुण बगला समाधि लाउंदा उह सिर्फ जंतुआं नूं खाण वास्ते लाउंदा, कहिंदे जांदे सरोवरां ते समाधि लगदी है, किसी का तौलिया चुके जाता, किसी का कशहरा चुके जाता, किसी जुत्तियां चा पा के लै जाता, समाधियां लगदियां, किसी का परस चोरी हो जाता, उत्थे लिख लिख लाउणा पिया, इत्थे अणपछाते बंदे को प्रसाद लैके ना खाओ, चोर पहला प्रसाद करवाउंदा ही तां वरताएगा, प्रसाद विच पाएगा पहला, किन्नी भावना नाल इहदा प्रसाद लैण च जा के प्रसाद लैंदा होएगा, फिर प्रसाद विच कुछ मिलाउंदा होएगा, तां ही लिखिआ ना अणपछाते बंदे कोलों जिहनूं नहीं जाणदे, प्रसाद भी शक्की बणाता अगलिआं ने, भी कितने मुंदरी ना ला ले, होया किन्निया थावां ते घटनावां वापर चुकी, अठ सठ तीर्थ घूमण वाणी वाली विचार बन गए, कहणगे किड्डे प्यारे शब्द, हुण इह भाई गुरदास दीआं रचनावां साडे घरां च पईआं होणीआं चाहीदीआं, असीं पढ़दे सानूं पता लगदा कि गुरु सरोवर छड्ड बैठे हाँ,
हाथी नीरन वाली है। हाथी नू जिन्ना मर्जी तुसी पानी विच नवाई जाओ अपने सिर विच फिर चिकड़ा भी पा लेंदा है। पत्थर नीर पखाली है चेत कठोर ना पिजे नाही। जिन्ना मर्जी पत्थर नू पानी च रखो उहदा अंदरला हिस्सा कठोर है, पानी अंदर असर नहीं करता। बस इना इना याद रखना। ते मनमुख बंदा ਭੰਬਲ ਭੂਸੇ ਖਾਏ ਭਵਾਈ, ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਭੰਬਲ ਭੂਸੇ ਵਿੱਚ ਪਿਆ ਹੈ। ਕਦੀ ਇਹਨੂੰ ਜਾਂਦਾ ਹੈ, ਕਦੀ ਇਹਨੂੰ ਜਾਂਦਾ ਹੈ, ਕਦੀ ਇਹਨੂੰ ਜਾਂਦਾ, ਟਿਕਾ ਨਹੀਂ ਮਿਲਦਾ ਉਹਨੂੰ, ਟਿਕਾ ਨਹੀਂ ਮਿਲਦਾ, ਟਿਕਾ ਨਹੀਂ ਮਿਲਦਾ, ਸ਼ਾਂਤੀ ਨਹੀਂ ਮਿਲਦੀ ਉਹਨੂੰ। ਗੁਰ ਪੂਰੇ ਬਿਨਾਂ ਪਾਰ ਨਾ ਪਾਹੀ, ਬਿਨਾਂ ਗੁਰੂ ਪੂਰੇ ਤੋਂ ਪਾਰ ਨਹੀਂ ਲੰਘਿਆ ਜਾਣਾ, ਜਿੱਥੇ ਮਰਜ਼ੀ ਭੱਜ ਲਾ ਪਾਈ। ਬਾਣੀ ਵਿੱਚ ਗੁਰਦੇਵ ਨੇ ਉਦਾਹਰਨਾਂ ਦੇ ਦੇ ਕੇ ਸਮਝਾਇਆ, ਉਦਾਹਰਨਾਂ ਦੇ ਦੇ ਕੇ ਸਮਝਾਇਆ, ਪਰ ਸਾਨੂੰ ਅੱਜ ਇਮੋਸ਼ਨਲ ਤੌਰ 'ਤੇ ਬਲੈਕਮੇਲ ਕਰ ਕਰਕੇ ਅੰਦਰ ਦਾ ਵਿਸ਼ਵਾਸ ਤੋੜਿਆ ਜਾ ਰਿਹਾ, ਅੰਦਰ ਦਾ ਵਿਸ਼ਵਾਸ। ਕਈ ਕਹਿਣਗੇ ਜੀ ਵਿਸ਼ਵਾਸ ਟੁੱਟ ਰਿਹਾ ਹੈ ਸਾਡਾ, ਪਤਾ ਕਿਉਂ? ਕਿਉਂਕਿ ਅਗਲੇ ਦਿਨ ਬਾਹਰਲੀਆਂ ਚੀਜ਼ਾਂ ਤੱਕ ਹੀ ਸਾਡਾ ਵਿਸ਼ਵਾਸ ਬਣਾ ਰਹੇ ਆ, ਮੇਨ ਸ਼ਬਦ ਦੀ ਵਿਚਾਰ ਤੱਕ ਅਸੀਂ ਪਹੁੰਚੇ ਨੇ। ਬਾਣੀ ਅੰਦਰੋਂ ਤਕੜਾ ਕਰਦੀ ਹੈ, ਬਾਣੀ ਅੰਦਰੋਂ ਮਜ਼ਬੂਤ ਕਰਦੀ। ਤੇਰੇ ਕੋਲ ਕੁਝ ਵੀ ਨਾ ਹੋਵੇ, ਆਹ ਜਿਹੜਾ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ, ਚਮਕੌਰ ਸਾਹਿਬ ਤੋਂ ਲੈ ਕੇ ਮਾਛੀਵਾੜਾ, ਮਾਛੀਵਾੜੇ ਤੋਂ ਲੈ ਕੇ ਦਮਦਮਾ ਸਾਹਿਬ, ਦਮਦਮਾ ਸਾਹਿਬ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਦਾ ਸਫ਼ਰ ਹੈ। ਇਹਨੂੰ ਸਿੱਖਾ ਆਪਣੇ ਧਿਆਨ ਵਿੱਚ ਰੱਖ ਵੀ ਸਭ ਕੁਝ ਗੁਆਚਦਾ ਗਿਆ ਪਰ ਸੁਰ ਦਾ ਟਿਕਾ ਉਸੇ ਤਰ੍ਹਾਂ ਬਰਕਰਾਰ ਹੈ। ਇਹ ਸ਼ਬਦ ਪੜ੍ਹ ਕੇ ਵਿਚਾਰ ਕੇ, ਤੇਰੇ ਕੋਲ ਕੁਝ ਨਾ ਹੋਵੇ, ਸਾਡੇ ਤਾਂ ਦੋ ਮਣ ਕਣਕ ਘੱਟ ਨਿਕਲੇ, ਫਸਲ ਘੱਟ ਹੋਵੇ, ਘਬਰਾਹਟ ਵਿੱਚ ਆ ਜਾਂਦੇ ਹਾਂ। ਬਿਮਾਰੀ ਕਰੋ ਨਾ ਜਾਵੇ, ਹਾਏ ਇੰਨਾ ਪਾਠ ਕਰਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਬਿਮਾਰੀ ਨਹੀਂ ਘਰੋਂ ਜਾਣ ਡਈ। ਸਾਡੇ ਵਿਸ਼ਵਾਸ ਇੱਥੇ ਖਲੋਤੇ, ਅਸੀਂ ਤਾਂ ਇਹਨਾਂ ਚੀਜ਼ਾਂ ਨਾਲ ਪਰਖਦੇ ਹਾਂ ਵੀ ਜੇ ਘਰ 'ਚ ਬਿਮਾਰੀ ਆ ਗਈ ਸਮਝ ਲਓ ਵੀ ਸਾਡੇ 'ਤੇ ਰੱਬ ਨਾਰਾਜ਼ ਹੈ, ਜੇ ਘਰ 'ਚ ਗਰੀਬੀ ਆ ਗਈ ਰੱਬ ਸਾਡੇ 'ਤੇ ਨਾਰਾਜ਼ ਹੈ, ਕੋਈ ਸਾਡੇ ਘਰ ਵਿੱਚ ਕਿਸੇ ਦੀ ਲਾਸ਼ ਆ ਗਈ ਰੱਬ ਸਾਡੇ 'ਤੇ ਮਾਰੋ ਇਤਿਹਾਸ ਵਿੱਚ ਧਿਆਨ, ਲਾਸ਼ਾਂ ਵੀ ਸਾਹਮਣੇ ਪਈਆਂ ਨੇ ਘਰ ਵਿੱਚ। ਅੰਮ੍ਰਿਤਸਰ ਸ਼ਹਿਰ ਦੀ ਘਟਨਾ ਪੜ੍ਹ ਕੇ ਵੇਖੋ, ਜਿੱਥੇ ਲੰਗਰ ਵਿੱਚ ਅਨਾਜ ਤੱਕ ਮੁੱਕ ਗਿਆ ਸੀ, ਗੰਗਾ ਰਾਮ ਵਰਗੇ ਬ੍ਰਾਹਮਣਾਂ ਦੇ ਕੋਲੋਂ ਉਧਾਰਾ ਲੈ ਕੇ ਬਾਜਰਾ ਲੰਗਰ ਵਿੱਚ ਪਕਾਉਣਾ ਪਿਆ ਸੀ। ਜੇ ਤੈਨੂੰ ਉਧਾਰ ਲੈਣਾ ਪਵੇ ਤੂੰ ਕਹੇਂਗਾ ਮੇਰੇ 'ਤੇ ਰੱਬ ਦੀ ਕਰੋਪੀ ਹੈ, ਇੱਥੇ ਕੀ ਕਹਾਂਗੇ ਆਪਾਂ, ਉਹ ਤਾਂ ਰੱਬ ਦਾ ਘਰ ਸੀ। ਗੁਰੂ ਸਾਹਿਬ ਆਪ ਸਮਰੱਥ ਸਨ, ਇਹ ਘਟਨਾਵਾਂ ਸਾਨੂੰ ਦੱਸਦੀਆਂ ਵੀ ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਣ ਨਾਲ ਰੱਬ ਦੀ ਕਿਰਪਾ ਦਾ ਕੋਈ ਮਤਲਬ ਨਹੀਂ। ਰੱਬ ਦੀ ਕਿਰਪਾ ਦਾ ਅਰਥ ਹੈ ਤੇਰੀ ਸੁਰਤ ਚੜ੍ਹਦੀ ਕਲਾ ਵਿੱਚ ਰਹੇ, ਤੂੰ ਆਪਣੇ ਆਪ ਨੂੰ ਡਿੱਗਣ ਨਾ ਦੇਵੇਂ, ਤੇਰੇ ਕੋਲ ਘਰ ਵੀ ਨਾ ਰਹੇ, ਪਰਿਵਾਰ ਵੀ ਨਾ ਰਹੇ, ਬੱਚੇ ਵੀ ਨਾ ਰਹਿਣ, ਜ਼ਮੀਨ ਜਾਇਦਾਦ ਵੀ ਨਾ ਰਹੇ, ਤੂੰ ਜ਼ਮੀਨ 'ਤੇ ਵੀ ਸੌਣ ਤੱਕ ਆ ਜਾਵੇਂ ਤਾਂ ਵੀ ਕਿਵੇਂ ਦਾਤਾ, ਇਹ ਵੀ ਤੇਰੀ ਰਜ਼ਾ ਹੈ। ਅਤੇ ਜੇ ਤੂੰ ਇੱਥੇ ਤਾਂ ਐਸੇ ਐਸੇ ਪਰਿਵਾਰ ਵੇਖੇ ਜਿਨ੍ਹਾਂ ਘਰਾਂ ਵਿੱਚੋਂ ਮਾੜੀ ਜਿਹੀ ਘਟਨਾ ਵਾਪਰੀ, ਹੁਣ ਨਹੀਂ ਗੁਰਦੁਆਰੇ ਜਾਣ ਨੂੰ ਜੀ ਕਰਦਾ, ਹੁਣ ਨਹੀਂ ਜਾਣਾ, ਕੀ ਲੈਣ ਜਾਣਾ ਗੁਰਦੁਆਰੇ, ਪੋ ਤੁਸੀਂ ਸਾਡੇ ਰੱਬ ਲੈ ਗਿਆ, ਰੱਬ ਨਹੀਂ ਲੈ ਗਿਆ, ਸਾਡੀਆਂ ਆਪਣੀਆਂ ਗਲਤੀਆਂ ਸਨ। ਸਾਡੇ ਤਾਂ ਇਹ ਵੀ ਕਿਹਾ ਜਾਂਦਾ ਜੇ ਕਿਹਦਾ ਜਵਾਨ ਪੁੱਤ ਚੜ੍ਹਾਈ ਕਰ ਜਾ ਇਹਨੂੰ ਪਿਛਲੇ ਕਰਮਾਂ ਦੀ ਸਜ਼ਾ ਮਿਲੀ ਹੈ, ਪਿੱਛੇ ਕੋਈ ਮਾੜਾ ਕਰਮ ਕੀਤਾ ਹੋਣਾ, ਪੁੱਤ ਦੀ ਲਾਸ਼ ਵੇਖੀ ਹੈ, ਕਿਉਂ ਜੀ ਕਲਗੀਧਰ ਪਾਤਸ਼ਾਹ ਪਿਛਲੇ ਕਰਮਾਂ ਦੀ ਸਜ਼ਾ ਹੋਏਗੀ। ਸੋਚਿਓ ਸਿੱਖੋ ਕੀ ਇਤਿਹਾਸ ਸਾਡੇ ਅੰਦਰ ਸੁਣਾਇਆ ਜਾ ਰਿਹਾ ਹੈ, ਉਹਨਾਂ ਮਾਵਾਂ ਨੇ ਕੋਈ ਪਿਛਲੇ ਕਰਮ ਜ਼ਿੰਦਗੀ 'ਚ ਮਾੜਾ ਕਰਮ ਕੀਤਾ ਸੀ, ਆਪਣੇ ਬੱਚਿਆਂ ਦੀਆਂ ਲਾਸ਼ਾਂ ਨਿੱਕੇ ਨਿੱਕੇ ਟੁਕੜੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਲਿਆ। ਬੰਦਾ ਸਿੰਘ ਬਹਾਦਰ ਨੇ ਕੋਈ ਪਿਛਲੀ ਜ਼ਿੰਦਗੀ ਵਿੱਚ ਕਰਮ ਮਾੜਾ ਕੀਤਾ ਸੀ, ਉਹਨੂੰ ਆਪਣੇ ਬੱਚੇ ਦਾ ਦਿਲ ਕਢਵਾ ਕੇ ਮੂੰਹ 'ਚ ਪਵਾਉਣਾ ਪਿਆ। ਇਹ ਪੁਜਾਰੀ ਵਰਗ ਨੇ ਇੱਦਾਂ ਦੀਆਂ ਵਿਚਾਰਾਂ ਲੋਕਾਂ 'ਚ ਛੱਡੀਆਂ ਹੈ, ਕਿਉਂਕਿ ਉਹਨਾਂ ਨੂੰ ਪਤਾ ਇਹਨਾਂ ਨੂੰ ਇਹੋ ਚੀਜ਼ਾਂ ਦੀ ਜ਼ਰੂਰਤ ਹੈ, ਦੁੱਖਾਂ ਤੋਂ, ਇਹਨਾਂ ਨੂੰ ਪਦਾਰਥਾਂ ਤੋਂ। ਤਾਂ ਹੀ ਅਗਲਿਆਂ ਨੇ ਇੱਦਾਂ ਇੱਦਾਂ ਦੀਆਂ ਕਿਤਾਬਾਂ ਰੱਖੀਆਂ ਨੇ, ਸੰਕਟ ਮੋਚਨ ਵਰਗੀਆਂ ਕਿਤਾਬਾਂ ਮਾਰਕੀਟ ਵਿੱਚ ਆ ਗਈਆਂ, ਸੰਕਟ ਮੋਚਨ ਵਰਗੀਆਂ ਕਿਤਾਬਾਂ। ਜੇ ਦੁੱਖ ਲੱਗਦਾ ਆਹ ਸ਼ਬਦ ਪੜ੍ਹੋ, ਦੁਕਾਨ ਨਹੀਂ ਚੱਲਦੀ ਆਹ ਸ਼ਬਦ ਪੜ੍ਹੋ। ਗੁਰੂ ਸਾਹਿਬ ਨੂੰ ਨਹੀਂ ਪਤਾ ਲੱਗਾ ਜਿਹਨਾਂ ਬਾਣੀ ਲਿਖੀ ਹੈ, ਸਾਧਾਂ ਨੂੰ ਪਤਾ ਲੱਗ ਗਿਆ ਜਿਹਨਾਂ ਨੇ ਉੱਤੇ ਟਾਈਟਲ ਲਿਖ ਦਿੱਤੇ ਕਿਤਾਬਾਂ ਦੇ, ਦੁੱਖ ਭੰਜਣੀ ਸਿਰਲੇਖ ਲਿਖ ਦਿੱਤਾ, ਹੱਦ ਹੋ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਸੁਖਮਨੀ ਸਾਹਿਬ ਬਾਣੀ ਦਾ ਨਾਮ ਹੈ, ਜੈਸਰੀ ਕੀ ਵਾਰ ਬਾਣੀ ਦਾ ਨਾਮ ਹੈ। ਤੁਹਾਡੇ ਵਿੱਚੋਂ ਕਈ ਗ੍ਰੰਥੀ ਸਿੰਘ, ਪਾਠੀ ਸਿੰਘ, ਬਾਣੀ ਪੜ੍ਹਨ ਵਾਲੇ ਬੈਠੇ ਹੋਣਗੇ ਕਿ ਜੀ ਸੁਖਮਨੀ ਸਾਹਿਬ ਬਾਣੀ ਦਾ ਸਿਰਲੇਖ ਹੈ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਸਿਰਫ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨੇ, ਪਰ ਸੁਖਮ
जिहड़ी दुख भजनी सिरलेख जिहड़ा है वह तुहानूं पूरे गुरु ग्रंथ साहिब दी बाणी विचों किते नहीं मिलेगा। सुखमनी साहिब बाणी दा नाम है, आसा की वार बाणी दा नाम है, जैसरी की वार बाणी दा नाम है, बसंत की वार बाणी दा नाम है, पर दुख भजनी ऐदा उपर लिखिया होवे तुहानूं गुरु ग्रंथ साहिब दे विच सिरलेख नहीं मिलेगा। पर अगलिया कढ लिया, बाणी नूं तोड़ मरोड़ के पेश कीता, शब्द वखरे वखरे लै लै, अगलिया नूं पता सी। कईआं ने अपनी किचन विच शब्द लाए ने, रसोईआं दे विच शब्द लाए ने, आ शब्द पढ़ा के रात को सौन लगे औखी घड़ी ना देखण दे, मतलब वखरे वखरे शब्दों की वंड की हुई है। भाई तू तो रोज बाणी उठद्या बहिंद्या सौंद्या जागद्या हर वक्त बाणी पढ़नी सी, पर अगलिया का समान विकया। आ शब्द इन्नी बार पढ़ो भाई, 40 दिन शब्द पढ़ना है, पुत्र की प्राप्ति होएगी। जे हो गई तो जय जयकार बाबे की, ना होई कहना साढ़े को शुद्धि नहीं किया गया होना, कोई विघन पै गया होना, इशनान कोई ढिल मठ हो गई, जिते ध्यान एक थान पर नहीं टिकाया गया, बस इतने कितने फर्क पै गया है। सानू अंदरों विपर बढ़ाता अगले ने, अगलिया का समान विक रहा है। हूँ तो नवे नवे तरीके आ गए, हूँ एक मैं उत्तर कनेडा देख के एक नवा डेरा पैदा होया, वो संगत विच एक वखरा ही सिमरन करा रहे, प्रीत वो अगे अगे बाबा प्रीत आता, सारी संगत पिछे पिछे प्रीत प्रीत आती है, वो बाहरलियां नूं पता लगता भी रील रील चल रही है कि प्रीत प्रीत चल रही है। हुण अंदा जा लो अगले, कोई हर बाबा थोड़ा जिहा वखरा वखरा तरीका करेगा तां ही वध दुकानां चलणगियां ना, जे सारे इको जे कर लग पे फर्क ही है। तां ही अगले एक मर्यादा दे एक ग्रंथ दे झंडे थले आउण नूं तैयार ने, जे सारे एक थां ते आ गए सानूं किहने पुछणा भी सारे एक थां ते भरा भरा सारे बैठे होणगे, बाणी दीआं गल्लां होणगीआं, असीं थोड़ा जिहा वखरा वखरा करांगे ते साडी चर्चा होएगी ना। जिवें राजस्थान दे भेडां चारण वाले आउंदे ने, अपना रंग वखरा वखरा ला के आउंदे ने, इह कम्म साडे नाल वी वापरदा है। कोई आंदा इस तरीके नाल बाणी पढ़, कोई कहिंदा इस तरीके नाल पाठ कर, इस तरीके नाल गुरुद्वारे आउणा, मत्था टेकण दे तरीके वखरे वखरे, गुरु ग्रंथ साहिब दे बन्ने परिक्रमा लैण दे तरीके वखरे वखरे। जिहड़ा सिख लंगर पंगत विच बह के छकण वाला सी उह देग लैण तों वी डरदा है, जिन्हों एक थां ते बिठाया सी सिख नूं कि असी सारे भरा भरा एक पिता एक सके हम बारक तू मेरा गुरहाई। जिहड़े गुरु साहिब ने बाणी उन्हां भगतां दी इकट्ठी कीती, जिहड़े ब्राह्मण दीआं अखां च अखां पा के आंदे सन कि माता झूठी पिता भी झूठा, झूठे ही फल लागे, आवें झूठे जाएं भी झूठे, झूठे मरे अपागे, कहो पंडित सूचा कमल ठाओ, जहां बैस हो भोजन खाओ। अज तां ब्राह्मण भी शर्म नाल आंदा होना, वो मैं तो इत्थों तक नहीं सी गया जित्थों तक तुसी चले गए जी, तुसी तां मैनू भी पिछे छड गए जी, मेरे नालों भी चार गुणा तुसी अगे वध गए जी। अंदाजा लाओ सुरत विच विपर बैठा है, जिन्नी देर तक पिया रहा अपनी सुरत विचों ये विपर, ते गुस्सा ना मनायो। बहुते वारी उन्हां परिवारां नूं बहुत परिवार आण के ऐसे मिलते हैं जिहड़े पुत धी किसी इहो जिहे टब्बर विच विआह बहिण ना, वो कहिंदे जी साडा ते साडी तां धी अपने बर्तन नाल चुकी फिरदी है, जिहड़ी 20-25 साल साडे घर पली है, अज मां दे हाथ दी रोटी नहीं खांदी, वो पेके आउंदी है बैग कपड़िआं दा ते आउंदा आउंदा बर्तन भी नाल आउंदे ने उहदे अपने, वो कहिंदी तुहाडे बर्तनां विच मैं खा ही नहीं सकदी। अंदाजा ला के जे इहो जिहा किसे नूं जवाई मिल जाए, अंदाजा लाओ भला कला ही सारे विआह शादी च वक्त ना पा छू, सारे नू वखरा ही काम लाया होगा भी मेरे लिए आह लैके आओ, मेरे लिए आह लैके आओ, उन्हें हाथ ही जोड़ना पाई भी पहला एक शराबी को दुखी से हूँ तेरे को दुखी होए मैं। ओ सारी रात पी पी के मंजी सिर दे सड़दा सी, तू सानू नहीं खिलोण दिंदा पिया भरावा, अहीं जाइए जाइए किथे किधर फा लै लीए सी, भला इहो जी सिखी सी एक उहने उह नशे पी पी तां करदा सी, तैनूं वखरा धर्म का बुखार चढ़ गया, धर्म इदां दा नहीं सी। इतना खेतां च हल वाहुण वाले बापू इदां बलदां दे पिछे तुरदिआं तुरदिआं हत्थां नूं गोहा लगा हुंदा सी, खेतां च लस्सी दा डब्बा जाणा नाल पाणी जाणा, इमानदारी नाल बजुर्गो दस्सिओ माड़ा जिहा हत्थ धो के साबण नाल नहीं, इदां ही बापू हाथ ते प्रशादा छक लैंदा सी। जिन्ने हत्थ उस वक्त उस बजुर्ग दे सुचे सी, शायद हजारां पाठ करन वाले जे मन सुचा नहीं तूं उस बजुर्ग दा मुकाबला नहीं कर सकदा। सफाई दा मसला सी, सफाई दा हत्थ साफ होने चाहिए ने, सुचे तो हो ही नहीं सकते, सुचे तो चंगे कम्मां नाल होने ने, पाठ जिन्ने मर्जी कर ला जे गुरद्वारे दी गुर च रुपया कर लेना फिर तो भाई हाथ झूठे ने, भावें 15 वार साफ करी जाए तो मांझी जाए फिर तो झूठे, कोई भी सुचा कर सकता नहीं, पानी भी नहीं कर सकता, पानी कहती है
कोई पानी तो पहले मछी ने जूठा किया, दूध तो बछड़े थनों बिटा रहे हो, दुध नूं मछी ने जूठा कर, दुध नूं वछे ने जूठा करता, पानी नूं जिहड़ा मछी ने जूठा करता, हर चीज तो पहला ही जूठी हो चुकी है। तेन तू सुचा कदा हो जाएगा, फुल नूं भोरे ने जूठा किया होया। जिन्नियां कर्म कांडा दियां गल्लां गुरु ग्रंथ साहिब दी बाणी ने रद्द कीतियां सी, असी सारियां नाल चुकी फिरदे, सारियां नाल नाल तुरियां आ रहियां ने। कारण इक्को ही है, असी खुद बाणी पढ़ी नहीं, खुद विचारी नहीं। तो कई कहणगे बड़ी वड्डी मर्यादा है जी, वह किसी के हाथ छकते नहीं, वह अपनी बहुत करने वाले ने साडे प्रौणा जी, वो तो साडे घर का छकते नहीं, वह इंज सोचते बड़ी उच्ची करनी है। बाकी प्रौणे मूँह चौके वेख जाते भी असी उदा ही हाँ, भी साड़ी करनी ढटे खूह च पै गई, ना मैं बैंक में मैनेजर लगा, ना अज तक मैं रिश्वत ली है, वह तुहाडे घर का खाँदा नहीं, उस ज़्यादा सुचा हो गया। लड़ाइयां पै गई कई घर इसे गलों ही, वो कहना मैं बैंक में अच्छ जॉब की रुपया रिश्वत नहीं अज तक ली, वक्री गल है कि मैं इदा के काम करने नहीं आते आ जो तुम करते। तो जो जो ये प्लेन च बहते हैं ना, आह हा हा, तमाशा उदों वेखन वाला हों, प्लेन उदों ये रोस्टा उस हाथ ने ही, बाकी सारे लोगों को खाना दिदियाँ उस हाथ ने उत्थे थोड़ा कहें भी आप नहीं खाना। हूँ 12-13 घंटे की फ्लाइट है, भुखे थोड़ा मरना कि चलो मान लो खाते रहे, पानी तो पीते हो गए, कि ऊठने भी पानी नहीं पीते कई कई दिन, गुस्सा ना मनायो, कई गल् चुभनी हकीकत है। मैं वेखे ने एयरपोर्ट से अपने गड़बे नाल चुकी फिरते ने, एयरपोर्ट से गड़बे उसे तो एक चीज़ नाल नहीं जान देंगे, अगले जिन्हें दावे भी किए ना प्लेन अपना वखरा लैके जावे उन्होंने भी जाना पिया समा पा के वापस पर तो सुरत को जगाओ भाई, जे चाहते हो साडे बच्चे सिखी तो बागी नहीं, एक गल का ख्याल रखना, मैं हर स्टेज सिखी तो बच्चे सिखी तो बागी नहीं, सिखी के नाते किए जा रहे पखंड तो बागी ने। गुरु ग्रंथ साहब की सिखी समझाओ, नौजवान छाला मार मार के अपने सतगुरु की गोद में अज बहन तैयार है, समझाओ तो सही, दसो तो सही, गुरु ग्रंथ साहब की बाणी हल वाहुंदे आ, ट्रैक्टर चलाउंदे आ, बसा चलाउंदे आ, खेतीबाड़ी करदे आ, नौकरियां करदे आ, अपनी किरत सची सुची करदे आ, परमेश्वर पाउण की गल करदी है। अज जिन्हां भगतां की बाणी तुसीं गुरु ग्रंथ साहब चों पढ़दे हो, दसो भला इन्होंने की सारी दिहाड़ी हथां नाल जुत्तियां गणदे होणगे भगत रविदास जी, विचे बाणी भी आउंदी होएगी सुरत विच, बाणी भी लिखदे होणगे, कोई आण के आंदा गा भगत जी मझ मर गई, खलां भी उतारदे होणगे, रविदास ढवंता ढोर नीत, हुण सिरे मझ दी खल उतारी है, बाणी भी उचारण करदे होणगे, अंदाजा ला के वेखो सुरत पवित्र सी उहनां दी, हथां नाल किरतकार चलदी है, हथां नाल किरतकार चलदी है। साडे तां इत्थे इदां दे काम बणाते कई कई भोले आण के पुछणगे जी मैं बीमार हाँ, इशनान नहीं कर सकता, बाणी पढ़ सकता, उदों तरस करीदा वीर वल वेख के, मेरिया भरावा ज्ञान का संबंध सुरत नाल है, इशनान तेरे शरीर की जरूरत है, दिहाड़ी च दो वार कर, तीन वार कर, तेरे ते पाबंदी कोई नहीं, पर जे तू नहीं कर सकता तो वहम भी कोई नहीं, वहम भी कोई नहीं। शरीर का इशनान जे कल इशनान की मानता करोगे फिर तो संध्या प्रात इशनान करा ही ज्यों पै दादर, तू तो नहा के बहर आ जाना, डड्डू तो रेंदे पानी चा, वो तो सब तो पहला पहुंचे, जे कितें नहाने वालियां दी गिनती करके सब तो पहले नंबर ते किसे नूं मिलना होवे, मेंढक नूं ते मछी नूं सब तो पहला मिलदा। मिले जे तीर्थ नहाते आ डड्डां जलवासी, सब तो पहला डड्डुआं दा नां आउंदा, मेंढकां दा नां आउंदा, अंतर मैल जे तीर्थ नहावै तिस बैकुंठ ना जाना, लोक पतीणे कछु ना होवै, लोकां दे खुश कीतियां की होना है, पर आपां ते लोक खुश करन ते लगे होए आ, दुनिया कवे बल्ले बल्ले दे राल दा यात्रा ते हो इदां की हो रहा, इदां ही हो रही है। आ तुसीं जिन्नियां किसी रोड के कंढे ते बह जाओ, सड़क के कंढे ते ना कापी लैके लिखना शुरू कर दो, सच्ची मुच तुहानूं काम वालियां गड्डियां बहुत घट मिलणगियां, यात्रा वालियां ज्यादा मिलणगियां। एक इधर नूं गड्डी भजाई जांदा कुटरा लई, इहनूं भजाई जांदा को डेरियों मत्था टेक के मुड़ी आउंदा, को भैरू नाथ दा झंडा लाई फिरदा, कोट भाग सिंह दीआं चौंकियां वास्ते चुकी फिरदा, कईयों नूं ते खाली ट्राली चाहिए भावें रैली च लै जाओ, भावें विभाग सिंह चौंकी से लै जाओ, वो तो बाद च पता लगता मैं तो रैली चाहिए, सिर घुमाने वाले ने हालात इदा के ने, उन्होंने लड्डू जलेबियां, उन्होंने तो गुलाब जामुन चाहिए भावें गऊशाला वाले लै जाण, भावें किसी बाबे का लंगर हो, लंगर तो उपर उठिए, इतने खनी खनी रोटी तो गुजारा किया है,
मैं पदार्था करके आ किन्ना आनंद आता है। जो तुम रीझा नाल धन्यवाद उन्हें नौजवान वीर का उन्हें माइया का उन्हें भैनों का जेडे रीझा नाल प्रसाद पानी तैयार करते हैं किन्ना किन्ना आनंद आता जो तुम हथा प्रशादा छकते हो तुहाडे सामने आ जिहड़ा प्रसाद पानी की मुकाबला करेगा जी। कई प्रकार के पकवान भी बने होण तां इस प्रसाद का कोई मुकाबला नहीं है। जो तुम रीझा नाल शरदा नाल एक बने जलेबी घ्यो दियां देसी घ्यो दियां जलेबियां कढ़िया होण पकौड़े कढ़े होण कई इह तां इदां दे लालच भी दित्ते गए भी फलाने बाबे ने 300 साल गुरु के नाल 300 प्रकार की मठियाई तो बाद शुगर किन्नियां नूं होई किन्ने मरे किन्नियां दा बीपी वध्या साध किन्नियां दा साध ने कतल किया भी दसना सी। मिठा घटाओ गुरमति विचार दा अंदर पैदा करो जज्बा पर पदार्था ना आता लहर है कि बिना पदार्था तो बिना लाज तो ठंड दे विच भी तुसी गुरमत समागम च पहुँच रहे हो। ये तो हौली हौली ये जाग रहे ने संगतां विच जागृति आ रही है ये क्रांति है। कदी बदनाम किया जाता सी सिखां नूं ये तो लंगरां करके आउंदे ने ये दस दिता उन्हां भौरियां ने कि असी पदार्था करके नहीं आते असी गुरु शब्द के भौरे हाँ ये दसना है उन्होंने पर अजे भी पंजाब च है उन्होंने दसो कि पदार्था करके नहीं असी गुरु के शब्द के भुखे हाँ सानू तो गुरु के चरणों नाल प्यार है ये जज्बा है प्यार है। नौजवान वीरां नूं भी बेनती हाथ जोड़ के जिथे शरीरक तौर पर बाहरी सेवा करते हो सुरत की भी सेवा नाल करो सुरत विचों भी पार हौला करो अंदर जज्बे पैदा करो नशियां चों वहमां चों भरमां चों पखंडां चों बाहर निकल के एक लहर खड़ी कर दिओ दस दिओ दुनिया नूं इस वक्त एक जंग है एक बने पखंडवाद है एक बने गुरमत है। ये फैसला आपां करना किस किस पासे खलोना है। इस वक्त जंग है बहुत वड्डी गुरमत नूं नप्पण वास्ते बहुत कोझियां हरकतां कीतियां जा रही हैं। सिखा गुरु दे गोद विच बैठ आप पढ़ आप विचार आप समझ ये अंदर एक विश्वास पाल कि गुर जैसा नाही को दे गुरु वर्गा होर कोई नहीं ना को देवी मुकाबला कर सकती ना को देवता मुकाबला कर सकता ना को बंदा मुकाबला कर सकता पर करवाया अगलिया ने मर्यादा काल तख्त दी विच लिखिया है बकायदा जिहड़ी प्रमाणित है गुरु ग्रंथ साहिब दे बराबर कोई गद्दी आसन गदेला ला के मथे ना टकावे। ईमानदार नाल दस्सिओ टेके जा रहे कि नहीं टेके जा रहे। इन्ना कुछ करन दे बावजूद भी गुरु ग्रंथ साहिब दे बराबर गद्दियां आसन गदेले ला के कई थावां ते गद्दी आसन गदेले बाबा बैठा किते सिर्फ बाबे दे सराहणे नूं मत्था टेकिया जा रहा सिर्फ गदेलियां दीआं परिक्रमा करके लोग वापस मुड़ के आ रहे हैं। सिखा जागना पैणा तैनूं सुरत नूं उच्चियां चुक सतगुरु की बाणी सानूं समझाउंदी है गुर दरियाओ गुरु अजिहा दरिया है सदा जल निर्मल दुनियावी दरियावां का पानी गंदा हो सकता है दुनियावी दरियावां का पानी गंदा हो सकता है गुरु जी एक ऐसे दरिया ने इहदा जल सदा ही निर्मल है क्योंकि इहदा जल अपना नहीं इहदा जल परमेश्वर कोलों आउंदा है इहदा जल परमेश्वर कोलों आउंदा है। जिस जल निध कारण तुम जग आए सो अमृत वो अमृत कित्थों मिलना जी सो अमृत गुर पाही जी ओ अमृत गुरु दे पास है पाही दार्थ है पास ओ अमृत गुरु जी को मिलना है वो अमृत गुरु दे पास है। पंजा प्यारियां दे कोलों खंडे दी पौ लैके सिख ने गुरबाणी दे अमृत नूं रोज पीना है। अमृत नाम निदान है मिल पीवो भाई जिस मृत सुख पाई है सब तिखा बुझाई कर सेवा पार ब्रह्म गुर की होएगा महाराज भुख रहे ना काई भुख मुक जाएगी जे भी श्री साहब गल विच पा के ककार पा के भी अंदरों भुखा है अजे भी तेरे अंदर लालच है ते पक्की गल है तू अजे गुरु ग्रंथ साहिब की बाणी का अमृत नहीं पीता नहीं पीता। अमृत नाम निधान अमृत रोज छकना है सिख ने पाठ द्वारा कीर्तन द्वारा विचारां द्वारा रोज अमृत सिख ने पीना है रोज छकना है रोज। अमृत नाम निधान है मिल पीवो पाई
जे सिमरत सुख पाई सब तिखा बुझाई कर सेवा पर ब्रह्म गुर भुख रहे ना काई सगल पदार्थ पुन्या अमरा पद पाई तुद जेवड तू है पर ब्रह्म नानक शरण आई। हे रब जी तुहाडे वर्गे सिर्फ तुसी आप ही हो, तुहाडा मुकाबला होर कोई कर न सकदा। अमृत का खजाना परमेश्वर का है, मिलना कितों है? गुरु को। यह परमेश्वर का खजाना कितों मिलना जी? गुरु को। गुरु तो बिना कितने होर नहीं मिलना, यह खजाना गुरु को मिलना है। इस करके अमृत हर हर नाम है, अमृत हरि का नाम है। मेरी जिंदड़िए अमृत गुरमत पाए राम, ये अमृत गुरु की मत उत्ते ज्यों ज्यों तुरदा जाएगा ये अमृत तेनू मिलता जाएगा। गुर दरियाओ सदा जल निर्मल, गुरु दरिया है जेदा जल सदा ही निर्मल है। गुर दरियाओ सदा जल निर्मल मिलिया दुरमत मैल हरे। कमाल की गल वेखो, दुनियावी पानी च इनान करिए ते तन की मैल लेंदी है, इस गुरु दरिया इनान करांगे ते मन की मैल लेंदी है। मन का इनान, मन की चुभी ज्ञान विच, हुण ज्यों ज्यों असीं रोज़ समझ के पाठ करते जावांगे ये कादा इनान होएगा? मन का इनान होएगा। मन का इनान रोज़ करना सीखने, रोज़ पढ़ के कर लो, समझ के कर लो, कोई किसी नूं समझा दे ये अलग विषय, पर रोज़ समझना है। मन की मैल इदां लैनी है, क्योंकि मन विचार ने सार संगत, ये कोई दिसण वाला हिस्सा नहीं है, ये कोई चीज़ दिसदी नहीं है, मन विचार ने। जदों जदों गुरु का उपदेश लेंदे गए, विचार बदलते गए, मन की मैल लै जानी है। ता ही बाणी च लिखिया सी ना, गुरपुरे मेरी राख लई अमृत नाम हृदय में दीनो जन्म जन्म की मैल गई। इस मन को जन्म जन्म की माल लागी, काला हुआ स्या, ये काला स्या हो चुका है। इस मन की मैल लाने का एको तरीका गुरुदेव ने आख्या, मलन पई मत माधवा, मैली हो गई मत माधवा, रब जी तेरी गत लखी ना जाए। हुण गड्डी का शीशा गंदा होवे दिसदा थोड़ा, अगे जिहड़े एनक लाउंदे ने माड़ा जिहा एनक का शीशा गंदा होवे साफ करना पैंदा सानूं। कहिंदे मत का शीशा गंदा हो गया तां ही दिस रिहा सानूं, मलन पई मैली हो गई। ते मैल किसे ने नहीं लाई, सानूं आप लाई है। मलन भई मत माधवा तेरी गत लखी ना जाए, ता नहीं दिस रहा मां च, ता नहीं दिस रहा सानू समाज में, ता ही साडे विच सब तो वड्डी गिरावट आ रही है। मत का शीसा गंदा हो चुका है, मत का शीसा गंदा हो चुका है। इन साफ करदा एको तरीका, गुर दरियाओ सदा जल निर्मल मिलिया, इनू मिलिया दुरमत मैल हे रहे। सतगुर पाया पूरा नहावण, भाई पूरा नहाना चाहते हो, सतगुर नू पालो, सतगुर नू पाउणा गुरु दे ज्ञान विच चुभियां लाउणियां ही पूरा इशनान है। सतगुर पाया पूरा नहावण, पशु प्रेतों देव करे। जिहड़ियां पशु बिरतियां, जिहड़ियां अंदर दैंतां वालियां बिरतियां ने, वह देवतियां वालियां बिरतियां पैणगियां। बंदे दे अंदर पशु बैठे हैं, एक पशु थोड़ा, गुरदेव जी कहते पता नहीं किन्ने पशु बैठे, सुरत विच पशु बैठे बंदे दे, सुरत विच पशु। बाणी च लिखिया, गुरमंत्र हीन जो प्राणी, गुरु की सिख्या तो जो सखना है प्राणी, त्रिगंत जन्म प्रश्न है, कूकर है शूकर है गर्दब है काक है कां, सर्प ने सप तुल बराबर खला मूर्ख। हे मूर्ख बंदिया, इन्हां पंजां दे बराबर है, जे तू गुरु दी सिख्या तो सखना है तां पंजां दे बराबर है। कुकर है कुत्ते दे, सूकर है सूर दे, गर्दब है गधे दे, काक है कां दे, सर्प ने सप दे। हुण सप दे ये सारे सुभा अलग अलग ने, सप विच जहर है, बंदे च भी है, बंदे दी जहर तां बड़ी खतरनाक है, ये तां जहर बहुत ज्यादा खतरनाक है। तां ही गुरु साहिब नूं बाणी च लिखना पिया, बिन सिमरन जो जीवन बलना, सर्प जैसे अरजारी
ਫੰਨਾ ਕੱਢ ਕੱਢ ਕੇ ਬੈਠੇ ਨੇ ਸਰਕਾਰੀ ਅਦਾਰਿਆਂ 'ਚ ਡੰਗਣ ਵਾਸਤੇ। ਉਹ ਪਰਿਵਾਰ ਜਿਹੜੇ ਦੂਜੇ ਨੂੰ ਡੰਗਣ ਵਾਸਤੇ ਫੰਨਾ ਕੱਢ ਕੇ ਬੈਠੇ ਨੇ। ਯਾਦ ਰੱਖਣਾ, ਸੱਪ ਦਾ ਡੰਗਿਆ ਤਾਂ ਬੰਦਾ ਬਚਾ ਦੂ, ਜਿਹਨੂੰ ਬੰਦਾ ਡੰਗ ਮਾਰਦਾ ਉਹਦਾ ਬਚਣਾ ਥੋੜ੍ਹਾ ਜਿਹਾ ਮੁਸ਼ਕਲ ਹੈ। ਬਚਾਊ ਕੌਣ? ਕਿਤੇ ਪੁੱਤ ਫੰਨ ਕੱਢ ਕੇ ਬੈਠਾ ਹੈ ਮਾਂ ਨੂੰ ਮਾਰਨ ਲਈ, ਕਿਤੇ ਪਤੀ ਫੰਨ ਕੱਢ ਕੇ ਬੈਠਾ ਪਤਨੀ ਮਾਰਨ ਲਈ, ਕਿਤੇ ਸਾਰਾ ਟੱਬਰ ਹੀ ਫੰਨ ਕੱਢ ਕੇ ਬੈਠਾ ਜੰਮਣ ਤੋਂ ਪਹਿਲਾਂ ਹੀ ਧੀ ਮਾਰਨ। ਅਤੇ ਐਸੇ ਪੁੱਛਦੇ ਨੇ, ਭਾਈ ਸਾਹਿਬ ਜੀ ਸੱਪ ਦੀ ਜੂਨ ਹੁੰਦੀ ਹੈ? ਫਿਰ ਕਹਿਣਾ ਪੈਂਦਾ ਭਾਈ ਸਾਰੇ ਜੇ ਸਾਰੇ ਹੀ ਸੱਪ, ਫਰਕ ਇਹ ਆ ਉਹ ਧਰਤੀ 'ਤੇ ਰੇਂਗਦੇ ਆ ਇਹ ਤੁਰੇ ਫਿਰਦੇ। ਸੱਪ ਜ਼ਹਿਰ ਹੈ, ਬੜੀ ਖਤਰਨਾਕ ਜ਼ਹਿਰ। ਕਈਆਂ ਦੀਆਂ ਧੀਆਂ ਪੇਕੇ ਬੈਠੀਆਂ ਨੇ, ਕੁਝ ਤਾਂ ਕਾਰਨ ਕੁਝ ਧੀਆਂ ਵੱਲੋਂ ਕਸੂਰ ਹੋਏਗਾ, ਪਰ ਕਈ ਕਿਤੇ ਦਾਜ ਕਾਰਨ ਵੀ ਹੈਗਾ, ਕਿਤੇ ਮੰਗਾਂ ਵੱਡੀਆਂ ਵੱਡੀਆਂ ਨੇ, ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਨੇ। ਉੱਥੇ ਫੰਨਾ ਕੱਢ ਕੱਢ ਕੇ ਬੈਠੇ ਨੇ ਅਗਲੇ, ਡੰਗ ਬੜੇ ਵੱਡੇ ਵੱਡੇ ਵੱਡੇ। ਯਹਿਰ ਹੈ ਅੰਦਰ, ਯਹਿਰ ਬੜਾ ਵੱਡਾ ਯਹਿਰ ਹੈ। ਯਹਿਰ ਛੱਡਦਾ ਨਹੀਂ ਬੰਦਾ ਆਪਣੀ ਸੁਰਤ ਵਿੱਚੋਂ, ਯਹਿਰ ਬਾਹਰ ਕੱਢ। ਗੁਰਦੇਵ ਜੀ ਯਹਿਰ ਬਾਹਰ ਕੱਢ, ਭਗਤ ਧੰਨਾ ਜੀ ਨੇ ਆਖਿਆ ਸੀ ਨਾ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ ਲਾਲਚ ਵਿਖ। ਕਿਹੜਾ ਵਿਖ ਹੈ ਜੀ? ਲਾਲਚ ਦਾ ਯਾਰ ਹੈਗਾ ਕਿ ਨਹੀਂ ਸਾਧ ਸਿੰਘ ਜੀ? ਲਾਲਚ ਦਾ ਯਾਰ, ਇਹ ਲਾਲਚ ਦਾ ਯਾਰ ਉਦੋਂ ਮੁੱਕਣਾ ਜਦੋਂ ਗੁਰੂ ਸਰੋਵਰ 'ਚ ਇਸ਼ਨਾਨ ਕਰੇਗਾ। ਭਾਈ ਜਿੰਨਾ ਮਰਜ਼ੀ ਬਾਹਰੋਂ ਨਹਾਈ ਜਾ, ਬਾਹਰੋਂ ਨਹਾਤਿਆਂ 'ਤੇ ਭਰਮ ਜਿਹਾ ਹੁੰਦਾ। ਮਹਾਰਾਜ ਨੇ ਬਾਣੀ 'ਤੇ ਕਿਹਾ, ਪਾਪ ਕਰੇ ਹੈ ਪੰਚਾਂ ਕੇ ਵਸਰੇ, ਪਾਪ ਕਰਦਾ ਪੰਜਾਂ ਦੇ ਵਸ 'ਚ, ਅਤੇ ਮੁੜ ਕੇ ਨਹਾਉਣ ਤੁਰ ਪੈਂਦਾ। ਮੁੜ ਕੇ ਪਿੰਡ 'ਚੋਂ ਗੁਆਂਦਾ, ਚੱਲੀਏ ਫਲਾਣੇ ਥਾਂ 'ਤੇ, ਕਹਿੰਦਾ ਚੱਲ ਇਸ਼ਨਾਨ ਕਰ ਆਈਏ ਉੱਥੇ। ਪਾਪ ਕਰੇ ਪੰਚਾਂ ਕੇ ਵਸਰੇ, ਉੱਥੇ ਜਾ ਕੇ ਫਿਰ ਤੀਰਥ ਨਹਾਏ, ਸੰਗਲ ਫੜ ਕੇ ਸਰੋਵਰ 'ਚ ਚੁੱਭੀ ਨਾਲੇ ਮਾਰਦਾ, ਅਤੇ ਨਾਲੇ ਕਹਿੰਦਾ ਬਾਪੂ ਪਿਛਲਾ ਹਿਸਾਬ ਬਰਾਬਰ ਹੋਣ। ਤੀਰਥ ਨਹਾਏ ਕਹੈ ਸਭ ਉਤਰੇ, ਅੱਛਾ ਗੁਰੂ ਨਹੀਂ ਕਹਿੰਦਾ ਉਤਰੇ, ਆਪੇ ਕਹਿੰਦਾ ਉਤਰ ਗਏ। ਉਤਰੇ ਕਿਹੜੇ? ਵੀ ਜਿਹੜਾ ਪਿਛਲੀ ਵਾਰੀ ਸਮਾਨ ਚੁੱਕ ਕੇ ਖੜਿਆ ਸੀ ਬਾਬਾ, ਹੁਣ ਹਿਸਾਬ ਬਰਾਬਰ ਹੋ ਗਿਆ ਨਾ, ਹੁਣ ਨਵਾਂ ਚੁੱਕਣ ਫੇਰ ਆਉਣਾ। ਜੇ ਬੰਦਾ ਚੋਰੀ ਦੀ ਬਿਰਤੀ ਨਾਲ ਨਾ ਜਾਵੇ, ਸਮਾਨ ਉੱਥੇ ਕਿਤੇ ਆਪਣੇ ਆਪ ਹੀ ਥੋੜ੍ਹਾ ਗਾਇਬ ਹੋ ਜਾਂਦਾ, ਬੰਦਾ ਚੋਰੀ ਦੀ ਬਿਰਤੀ ਨਾਲ ਜਾਂਦਾ। ਧਾਰਮਿਕ ਸਥਾਨ ਚੱਪਲਾਂ ਚੋਰੀ ਹੋ ਜਾਂਦੀਆਂ ਨੇ, ਜੁੱਤੀਆਂ ਚੋਰੀ ਹੋ ਜਾਂਦੀਆਂ ਨੇ, ਸਮਾਨ ਗਠੜੀ ਘਰ ਬਣਿਆ ਤਾਂ ਵੀ ਚੋਰੀ ਹੋ ਜਾਂਦਾ ਧੱਕੇ ਨਾਲ। ਆ ਦੁਕਾਨਾਂ 'ਤੇ ਤਾਂ ਆਮ ਹੀ ਕੰਮ ਚੱਲਦਾ, ਕੈਮਰੇ ਕਿੰਨੇ ਲਾਉਣੇ ਪੈਂਦੇ, ਫਿਰ ਵੀ ਬੰਦਾ ਬਚਦਾ ਥੋੜ੍ਹਾ, ਫਿਰ ਵੀ ਧੱਕੇ ਨਾਲ ਕੋਈ ਤੁਰਿਆ ਤੁਰਿਆ ਜਾਂਦਾ, ਕੋਈ ਲੱਤ ਲੜਾ ਕੇ ਸੂਟ ਬਾਹਰ ਲੈ ਜਾਂਦਾ। ਅੰਦਾਜ਼ਾ ਲਾਓ ਤੁਸੀਂ, ਅਤੇ ਉਹ ਤਾਂ ਗੁਰਦੁਆਰੇ ਆਣ ਕੇ ਮੱਥੇ ਟੇਕੀ ਜਾਣੇ, ਅਰਦਾਸਾਂ ਕਰੀ ਜਾਣੀਆਂ, ਸਬਰ ਸੰਤੋਖ ਮੋਕਿਆ। ਅੰਦਾਜ਼ਾ ਲਾਓ ਚੋਰੀ ਦੀਆਂ ਚੀਜ਼ਾਂ ਨਾਲ ਘਰ ਬਣ ਜਾਣਗੇ? ਕਿਤੇ ਮੱਝ ਨੂੰ ਚੋਰੀ ਦੇ ਪੱਠੇ ਪਾਈ ਇਹਨਾਂ ਦੁੱਧ ਪੀ ਕੇ ਭਲਵਾਨ ਨਹੀਂ ਬਣਿਆ ਜਾਣਾ, ਅਤੇ ਚੋਰੀ ਦੀਆਂ ਕਿਤਾਬਾਂ ਪੜ੍ਹ ਕੇ ਵਿਦਵਾਨ ਨਹੀਂ ਬਣਿਆ ਜਾਣਾ, ਮਿਹਨਤ ਕਰਕੇ। ਭਾਈ ਹੁਣ ਅੰਦਾਜ਼ਾ ਲਾਓ, ਜਿਹੜਾ ਬੰਦਾ ਕਿਤਾਬਾਂ ਵੀ ਚੋਰੀ ਚੁੱਕ ਕੇ ਲੈ ਜਾਊ, ਉਹਨੂੰ ਪੜ੍ਹ ਕੇ ਕਹੋ ਜੀ ਮੈਂ ਬੜਾ ਤਕੜਾ ਵਿਦਵਾਨ। ਨਾ ਭਾਈ, ਮਿਹਨਤ ਕਰਕੇ ਚੀਜ਼ ਖਰੀਦ, ਮੱਝ ਨੂੰ ਵੀ ਪੱਠੇ ਪਾਉਣੇ ਅਤੇ ਆਪਣੀ ਮਿਹਨਤ ਨਾ ਪਾ, ਘਰ ਬੱਚੇ ਵੀ ਪਾਲਣੇ, ਮਿਹਨਤ ਨਾ ਪਾ। ਨਹੀਂ ਪੈਸੇ ਹੈਗੇ, ਅੱਜ ਉਧਾਰੇ ਮੰਗ ਲਾ, ਕੱਲ੍ਹ ਨੂੰ ਵਾਪਸ ਕਰ ਦੀ, ਪਰ ਚੋਰੀ ਨਹੀਂ। ਜਿਹੜੀ ਚੋਰੀ ਕਰਦਾ ਇਹਨੇ ਤੈਨੂੰ ਨੀਵਾਂ ਲੈ ਕੇ ਜਾਣਾ, ਠਾਂ ਨੂੰ ਲੈ ਕੇ ਜਾਣਾ। ਪਰ ਟਲਦੇ ਹਾਂ ਅਸੀਂ ਕਿਤੇ, ਕਿੰਨੇ ਕਿੰਨੇ ਕੈਮਰੇ ਧਾਰਮਿਕ ਸਥਾਨਾਂ 'ਤੇ ਲੱਗੇ ਨੇ, ਦੁਕਾਨਾਂ 'ਤੇ ਲੱਗੇ ਨੇ, ਸਿਆਣੇ ਸਿਆਣੇ ਬੰਦੇ, ਸਿਆਣੀਆਂ ਸਿਆਣੀਆਂ ਬੀਬੀਆਂ ਕਈ ਵਾਰੀ ਚੋਰੀਆਂ ਕਰਦੇ ਫੜੇ ਜਾਂਦੇ ਨੇ। ਕਿਉਂ? ਸੁਰਤ ਵਿੱਚ ਐਸੀ ਗੱਲ, ਪਾਪ ਕਰੇ ਪੰਚਾਂ ਕੇ ਵਸਰੇ ਅਤੇ ਤੀਰਥ ਨਹਾਏ ਕਹੇ ਸਭ ਉਤਰੇ। ਉੱਥੇ ਸਰੋਵਰ 'ਚ ਕਹਿੰਦੇ ਲੈ ਬਾਪੂ ਪਿਛਲੇ ਉਤਰ ਗਏ, ਅਤੇ ਬੌਰ ਕਮਾਵੇਂ ਹੋਏ ਨੂੰ ਸੰਗ, ਉੱਥੋਂ ਆਉਂਦਿਆਂ ਫੇਕ ਮਾਰ ਲੈਣੇ ਨੇ, ਅਤੇ ਜੰਮਪੁਰ ਬਾਂਧ ਖਰੇ ਕਲੰਕ। ਮਹਾਰਾਜ ਨੂੰ ਫਿਰ ਲਿਖਣਾ ਪਿਆ ਸੂਈ ਕੀ ਵਾਰ ਵਿੱਚ, ਗੁਰੂ ਅਮਰਦਾਸ ਦੀ ਸੂਈ ਕੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਲਿਖਣਾ ਪਿਆ, ਨਾਵਣ ਚੱਲੇ ਤੀਰਥੀ ਨਹਾਉਣ ਤੁਰ ਪਏ ਤੀਰਥਾਂ 'ਤੇ, ਮਨ ਖੋਟੇ ਮਨ ਦੇ ਖੋਟੇ ਧਨ ਚੋਰ ਇੱਕ ਭਾਉ। ਇੱਕ ਭਾਉ ਦਾ ਅਰਥ ਹੈ ਇੱਕ ਬਾਹਰਲਾ ਭਾਰ 'ਤੇ ਲੈ ਗਿਆ, ਬਾਹਰ ਦੀ ਮੈਲ ਤਾਂ ਲੈ ਗਈ, ਅਤੇ ਦੋਏ ਭਾ ਚੜ੍ਹੀ ਅਸ ਹੋਰ, ਅਤੇ ਅੰਦਰ ਦੀ ਮੈਲ ਹੋਰ ਵੱਧ ਗਈ। ਕਿਉਂ? ਜਿੰਨਾ ਬਾਹਰੋਂ ਨਹਾਤਾ ਉਹਨਾਂ ਮਨ ਮੈਲਾ ਹੋ ਗਿਆ। ਕਿੱਦਾਂ ਮੈਲਾ ਹੋਇਆ? ਆਣ ਕੇ ਪੁੱਛਦਾ, ਖੰਡ ਨੂੰ ਪੁੱਛਦਾ, ਤੂੰ ਗਿਆ ਝੂਠ ਸਾਹਿਬ? ਕਹਿੰਦਾ ਮੈਂ ਨਹੀਂ ਗਿਆ, ਆਪਾਂ ਤਾਂ ਚਾਰ ਵਾਰ ਆਏ ਹਾਂ। ਦੂਜੇ ਨੂੰ ਪੁੱਛਦਾ, ਤੂੰ ਅਨੰਦਪੁਰ ਸਾਹਿਬ ਗਿਆ? ਕਹਿੰਦਾ ਮੈਂ ਤਾਂ ਨਹੀਂ ਗਿਆ। ਕਹਿੰਦਾ ਆਪਾਂ ਤਾਂ ਪੰਜ ਵਾਰ ਆਏ ਹਾਂ। ਹੋ ਆਇਆ, ਵਧੀਆ ਗੱਲ ਹੈ। ਦੂਜਾ ਲਾਗੇ ਪਰ ਜਾ ਕੇ ਤਾਂ ਫਰਕ ਤਾਂ ਕੋਈ ਪਿਆ ਨਹੀਂ, ਵੀ ਜਿੱਦਾਂ ਦਾ ਜਾਣਾ ਉੱਦਾਂ ਦਾ ਵਾਪਸ ਮੁੜ ਆਉਣਾ। ਕੋਈ ਫਰਕ ਪਿਆ? ਕੋਈ ਸੁਭਾਅ 'ਚ ਫਰਕ ਪਿਆ ਹੋਵੇ? ਕੋਈ ਆਪਣੀ ਸੋਚ ਬਦਲੀ ਹੋਵੇ?
यात्रा की है, परिक्रमा की, कोई सोच फर्क पिया? साड़ी तो यात्रा से लैके भी क्यों ने उत्थे बड़िया धार्मिक किताबों के स्टाल भी लगे होंगे। साडा धार्मिक स्थान साड़ी सोच की है जी खरीदने की भला? तुम सोच के वेख्या असं घरों जाने माइया जाएगियां साढ़े वीर जाते की लैके आने चेंगियां लैवेंगे न्याण वाली बंदर लैवेंगे चाबी दे के आपे जड़े कुत्ते आपे भौंकी जाते इदा दी चीज़ा साड़ी सो पैसे है साढ़े को लिया की आप भला उतो आनंदपुर साहब तो केनी लै आवेंगे खूंडी लै आवेंगे लोडा सारा सिमरना लै आवेंगे एक फोटो लै आवेंगे जी कंध च प्लग लाओ तो आपे सतना वाहगुरू कर दी है भी जिमें मधाणी आपे दुध अड़की जाती आपे सतना वाहगुरू आप सुते आ चार बजे ला के गुआढ़िया जगा है वह सोचते भी लै ये तर गए भाई भी ये तो सारा टब्बर बह के चौंकड़ा मार के बैठे होने असं क्यों तंग करते हैं किसी उपदेश तो मेरे वास्ते सी स्कूलों च ज्ञान स्कूलों च विचार जेड़ा नहीं सुनना चाहता धक्के ना क्यों सुनाने अगले नूं तुसीं आण लगा आप अंदर बैठे हैं पर हुंदा नहीं पिंड च चार खंड पढ़ चौहान ने दूजे वाल मूँह करके स्पीकर लाया उहदा मेरे सलोक सुन कहिंदा मेरे संस्कृत सलोक सुन दूजा कहिंदा मैं गाथा पढ़ रहा मेरी बाणी कोई लगता नहीं सानूं सलाह कर लीए भाई भी एक बंद कर लो जां आवाज घट कर लो वो घर वाले तो सुननी डे तुसीं पिंड वाले नूं धक्के ना क्यों सुना रहे जो तुसीं इमानदारी नाल सोचियो जदों अंदर पाठ चल रहा हुंदा बाहर दे सुन रहे हुंदे ने कुर्सियां ते बैठे हुंदे ने उह ते पुछ रहा हुंदा झोना किन्ना क निकलिया फिर कपाह नूं सुंडी पई कि नहीं पई हुंदा उह ते भाई बस इदां हो गया दवाइयां माड़ियां निकलियां उतरे बह के तोते नूं दी जांदे आपां अंदर पाठ चल रहा अंदाजा ला के वेखो साडी हालत आ अंदर पाठ चल रहा असं बाहर जाके अपन विचार अपन करी जाने गुरबाणी हम स्कूल विच पढ़ाई होंगी है चार चार हज़ार बच्चा दो दो हज़ार बच्चा ढाई ढाई हज़ार बच्चा क्लासा च है पढ़ता है अंदर बह के सीखता सलीके अंदर बह के विचार करता है असी बड़े बड़े स्पीकर उत्ते कोठे के छाते ला देना ता कि गुआढ़ी भी धक्के ना सुन वो सुनते नहीं आ सगो हूँ गल भी उन्होंने साड़ी बनती कोई नहीं स्पीकर भी धक्के ना वेड़े करके लाना तो लाना भी बेटाइम आ न्याण के पढ़न का टाइम है भाई सलीका असी असी जगराते वाले नूं सिखाया भी तंग किवें करीदा उन्होंने असी असी इस राह से तोरिया असी राह से तोरिया इस सानू सलीका नहीं आया सानू बैठ के विचारन का तरीका नहीं आया भी बह के विचार किदां करने से बह के किदां समझना सी उपदेश गुरु के ज्ञान अभी तो ट्रालियां तो वे वे स्पीकर ला लेने उत्थे अपने अपने गीत पढ़ी जाते नाले पकौड़े खाई जाते नाले जलेबियां खाई जाते जिन्होंने माड़ी जाग आँदी विचों दो धारण ला छड़दा नाले यात्रा कराने असी उतों सहज पाठ किए जा सकते सी बाणी पढ़ी जा सकती सी घरां च मुहिम शुरू करो अपने घरां च बाणी दियां पोथियां रखो अपने घरां च सहज पाठ करो आप गुरबाणी पुत्रां धियां दे आनंद कारज हुंदे ने कारण सहज पाठ आरंभ करो जिस पुत्र दा आनंद कारज नूं कह बेटा अपना आनंद कारज तो पहला अपना सहज पाठ आप कर धियां नूं सहुरे जाण तो पहला एक दो सहज पाठ आप अपने करन पाणी पाण थोड़ा बहुत समझ आए कुछ ना कुछ तो असर होएगा ना माँ बच्ची सोचेगी मेरा पिता पढ़ाउंदा रहा मेरी माँ मैनूं कहिंदी रही है मैं कोल बह के बाणी पढ़नी है मेरे ते कोई थोड़ा बहुत असर पवेगा वापस परतो गुरु का उपदेश गुरु की विचार दसो बच्चों नूं गुर समान तीर्थ नहीं कोई आप कहने बच्चे आखे नहीं लगते बच्चे आखे लगते ने जो आखे लाना चाहते सी वो लग गए गल ये मनीए भी जो आखे लाना चाहते सी वो लग गए लगते आखे क्यों नहीं लगे आखे तू पींदा सी तेरे वाल वेख के पीनी शुरू की कि नहीं पीती तू मठी ते मत्था टेकदा सी तेरे वाल वेख के टेकया कि नहीं टेकया तू साधा दे कोल जांदा सी तेरे वाल वेख के गया कि नहीं गया तू बाबा अजीत सिंह बाबा जोरावर सिंह बाबा जुझार सिंह बाबा फतेह सिंह का ना ही नहीं लिया तो गलती उहदी थोड़ा है तो उहदा जिक्र नहीं कीता तो पुत की गलती थोड़ा है तू उहदे लागे एक ओंकार का कदी ना ही नहीं लिया तू उहदे लागे कदी गुरु ग्रंथ साहिब जो पढ़ के सुनाया नहीं कि मुंडा संतोख शर्म पत झोली ध्यान की करे पुत पुत का कोई कसूर थोड़ा है वह तो हुण सिरों पानी लंघ गया हुण तू रो रहा है कि मेरा पुत सिख बन जाए हुण वह भी वेख रहा मैं इनू अपने हथी आप चौके बारों लिया रहा अंदाजा लाओ बड़े दुनिया के घर ऐसे ने साध संगत जिथे पुत कहिंदा मेरा बापू कदों छड़ेगा
ਹੈਗੇ ਨੇ ਘਰ। ਤੁਸੀਂ ਕੀ ਸਮਝਦੇ ਹੋ ਪੰਜਾਬ 'ਚ ਐਸੇ ਘਰ ਨੇ? ਬਹੁਤ ਘਰ ਨੇ ਜਿੱਥੇ ਬੱਚੇ ਨੇ ਮਾਂ ਨੂੰ ਦੁਖੀ ਹੁੰਦੇ ਵੇਖਿਆ ਬਾਪ ਕੋਲੋਂ, ਉਹ ਕਹਿੰਦਾ ਨਹੀਂ ਇਹ ਦੁੱਖ ਮੈਂ ਅੱਗੇ ਨਹੀਂ ਦੇਣਾ, ਮੈਂ ਨਹੀਂ ਅੱਗੇ ਦੁੱਖ ਦੇਣਾ। ਪਰ ਬੰਦਿਆ ਸਬਰ ਦਾ ਬਾਰ ਟੁੱਟ ਨਾ ਜਾਏ ਕਿਤੇ ਤੇਰੇ ਪੁੱਤ ਦਾ, ਕਿਤੇ ਛਲ ਵੱਜ ਨਾ ਜਾਏ। ਤੂੰ ਕਿਸਮਤ ਵਾਲਾ ਹੈ ਕਿ ਤੇਰਾ ਪੁੱਤ ਚਿੰਤਾ ਕਰ ਰਿਹਾ ਕਿ ਮੇਰਾ ਬਾਪੂ ਕਦੋਂ ਵਾਪਸ ਪਰਤੇਗਾ। ਵਾਪਸ ਪਰਤੋ। ਇਹਨਾਂ ਮਹਾਨ ਯੋਧਿਆਂ ਦੇ ਦਿਨ ਮਨਾਉਣ ਦਾ ਅਰਥ ਇਹੋ ਹੀ ਹੈ ਕਿ ਅਸੀਂ ਸਾਡੀ ਸਭ ਤੋਂ ਵੱਡੀ ਸ਼ਰਧਾਂਜਲੀ ਇਹ ਹੋਏਗੀ ਅਸੀਂ ਪ੍ਰਣ ਕਰੀਏ, ਨਸ਼ਿਆਂ ਨੂੰ ਹੂੰਝ ਕੇ ਘਰਾਂ ਤੋਂ ਬਾਹਰ ਕੱਢੀਏ, ਖੰਡੇ ਬਾਟੇ ਦੀ ਪੌ ਲਈਏ, ਕੇਸਾਂ ਦੀ ਬੇਦਬੀ ਕਰਨੀ ਛੱਡੀਏ, ਗੁਰਬਾਣੀ ਖੁਦ ਪੜ੍ਹੀਏ, ਖੁਦ ਵਿਚਾਰੀਏ, ਸੁਰਤ ਵਿੱਚੋਂ ਵਹਿਮ ਪਰਮ ਪਖੰਡ ਬਾਹਰ ਕੱਢੀਏ। ਇਹ ਤਾਂ ਹੀ ਹੋ ਸਕਦਾ ਜੇ ਗੁਰੂ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਆਦਤ ਪਾਵਾਂਗੇ। ਤਾਂ ਗੁਰਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ, ਸਤਿਗੁਰ ਪਾਇਆ ਪੂਰਾ ਨਹਾਉਣ। ਜਦੋਂ ਗੁਰੂ ਜੀਵਨ ਚਾਹੁੰਦਾ ਹੈ ਇਹ ਪੂਰਾ ਨਹਾਉਣਾ ਹੈ। ਹੁਣ ਅੰਦਾਜ਼ਾ ਲਾਓ, ਜਿਹੜਾ ਕਹਿੰਦਾ ਨਾ ਮੈਂ ਸਾਰਿਆਂ ਤੀਰਥਾਂ 'ਤੇ ਆਇਆ, ਜੇ ਗੁਰੂ ਜੀਵਨ 'ਚ ਨਹੀਂ ਆਇਆ, ਮਹਾਰਾਜ ਕਹਿੰਦੇ ਜੇ ਪੂਰਾ ਨਹਾਉਣਾ ਨਹੀਂ ਹੋਇਆ। ਸਤਿਗੁਰ ਪਾਇਆ ਪੂਰਾ ਨਹਾਉਣ, ਪਸ਼ੂ ਪਰੇ ਤੋਂ ਦੇਵ ਕਰੈ ਰੱਤਾ ਸੱਚ ਨਾਮ, ਰੱਤਾ ਸੱਚ ਨਾਮ ਤਲ ਹੀਲ ਸੋ ਗੁਰ ਪਰਮਲ ਕਹੀਐ। ਰੱਤਾ ਸੱਚ ਨਾਮ, ਉਹੜਾ ਗੁਰੂ ਹੈ ਉਹ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇੱਕਮਿਕ ਹੋਇਆ। ਤਲ ਦਾ ਅਰਥ ਹੈ ਉੱਪਰਲਾ ਪਾਸਾ, ਹੀਲ ਦਾ ਅਰਥ ਹੈ ਅੰਦਰਲਾ ਪਾਸਾ, ਜਾਣੀ ਕਿ ਜਿਹੜਾ ਗੁਰੂ ਹੈ ਉਹ ਪਰਮੇਸ਼ਰ ਦੇ ਵਿੱਚ ਇੱਕਮਿਕ ਹੋਇਆ, ਅੰਦਰੋਂ ਬਾਹਰੋਂ ਇੱਕ ਹੈ। ਰਤਾ ਸੱਚ ਨਾਮ ਤਲ ਹੀਲ ਸੋ ਗੁਰ ਪਰਮਲ ਕਹੀਐ, ਉਹ ਗੁਰੂ ਪਰਮਲ ਹੈ ਜਾਣੀ ਕਿ ਸੁਗੰਧੀ ਹੈ, ਚੰਦਨ ਹੈ। ਜਾ ਕੀ ਵਾਸ ਬਨਸਪਤ ਸੌਰੈ, ਜਿਵੇਂ ਚੰਦਨ ਵਿੱਚ ਸੁਗੰਧੀ ਹੋਵੇ ਤੇ ਬਨਸਪਤੀ ਵਿੱਚ ਸੁਗੰਧੀ ਭਰ ਦਿੰਦਾ ਨਾ ਚੰਦਨ ਆਪਣੀ, ਤੇ ਗੁਰੂ ਇੱਕ ਐਸਾ ਚੰਦਨ ਹੈ ਜਿਹੜਾ ਆਪਣੇ ਕੋਲ ਆਏ ਜੀਵ ਦੇ ਅੰਦਰ ਗੁਣਾਂ ਦੀ ਸੁਗੰਧੀ ਭਰ ਦਿੰਦਾ ਹੈ। ਪਰ ਭਰਾਉਣਾ ਚਾਹੇਗਾ ਤਾਂ ਜਾਂ ਕੀ ਵਾਸ ਬਨਸਪਤ ਸੌਰੈ, ਬਨਸਪਤੀ ਸੌਰਦੀ ਹੈ, ਸਵਰਦੀ ਹੈ, ਖਿੜਦੀ ਹੈ। ਤਾਸ ਚਰਨ ਲਿਵ ਰਹੀ ਹੈ, ਉਹਦੇ ਚਰਨਾਂ ਵਿੱਚ ਆਪਣੀ ਲਿਵ ਜੋੜ ਕੇ ਰੱਖ ਪਾਈ, ਆਪਣੀ ਸੁਰਤ ਜੋੜ ਕੇ ਰੱਖ ਪਾਈ। ਗੁਰਮੁਖ ਜੀ ਪ੍ਰਾਣ ਉਪਜੈ, ਗੁਰਮੁਖ ਗੁਰਮੁਖ ਦੇ ਖੱਖੇ ਨੂੰ ਸਿਆਰੀ ਹੈ। ਗੁਰੂ ਦੇ ਰਾਹੀਂ ਜੀ ਪ੍ਰਾਣ, ਜਿਹੜਾ ਜੀਵਾਂ ਦਾ ਪਿਆਰਾ ਪਤੀ ਵਾਹਿਗੁਰੂ ਅਕਾਲ ਪੁਰਖ ਹੈ, ਉਹ ਅੰਦਰ ਪੈਦਾ ਹੁੰਦਾ ਹੈ, ਆਤਮਕ ਖੜਾਓ ਆਉਂਦਾ ਹੈ ਗੁਰੂ ਦੇ ਰਾਹੀਂ, ਗੁਰੂ ਦੇ ਰਾਹੀਂ। ਗੁਰਮੁਖ ਜੀ ਪ੍ਰਾਣ ਉਪਜੈ, ਗੁਰਮੁਖ ਸ਼ਿਵ ਘਰ ਜਾਈਐ, ਸ਼ਿਵ ਘਰ ਦਾ ਅਰਥ ਕਲਿਆਣ ਰੂਪ, ਉਸ ਘਰ ਵਿੱਚ ਤੂੰ ਵੀ ਪਹੁੰਚ ਜਾਏਗਾ। ਨਾਨਕ ਬੱਧਾ ਘਰ ਤਾਂ ਕਿੱਥੇ ਜੀ, ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਮ੍ਰਿਤੂ ਨਹੀਂ ਹੈ, ਜਿੱਥੇ ਮਨ ਬੁਰੇ ਕੰਮ ਨਹੀਂ ਕਰਦਾ, ਜਿੱਥੇ ਵਿਕਾਰਾਂ ਦਾ ਵਡੇਪਾ ਨਹੀਂ, ਜਨਮ ਜਰਾ। ਨਾਨਕ ਗੁਰਮੁਖ ਨਾਨਕ ਸੱਚ ਸਮਾਈ ਹੈ, ਹੇ ਭਾਈ ਗੁਰੂ ਦੇ ਰਾਹੀਂ ਹੀ ਸੱਚ ਵਿੱਚ ਸਮਾਇਆ ਜਾ ਸਕਦਾ। ਗੁਰੂ ਜੀ ਕਹਿੰਦੇ ਹਨ ਗੁਰੂ ਦੇ ਰਾਹੀਂ ਹੀ ਸੱਚ ਵਿੱਚ ਸਮਾਇਆ ਜਾ ਸਕਦਾ। ਗੁਰਮੁਖ ਨੇ ਜੋ ਪਦ ਪਾਈਐ, ਤੇ ਗੁਰੂ ਦੇ ਰਾਹੀਂ ਹੀ ਉਹ ਪਦ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਜਿੱਥੇ ਫੁਰਨੇ ਮੁੱਕ ਜਾਣ, ਜਿੱਥੇ ਵਾਸ਼ਨਾਵਾਂ ਤੋਂ ਬੰਦਾ ਰਹਿਤ ਹੋ ਜਾਏ, ਜਿਹਨੂੰ ਦਸਮ ਦੁਆਰ ਵੀ ਆਪਾਂ ਕਹਿੰਦੇ ਹਾਂ, ਜਿੱਥੇ ਫੁਰਨੇ ਮੁੱਕ ਗਏ, ਜਿੱਥੇ ਚਾਨਣ ਹੋ ਗਿਆ, ਜਿੱਥੇ ਮਨੁੱਖ ਸੱਚ ਦੀ ਵਿਚਾਰ ਦਾ ਪਾਂਧੀ ਹੋ ਗਿਆ, ਜਿੱਥੇ ਸੱਚ ਦੀ ਵਿਚਾਰ ਨੂੰ ਕਮਾਉਣਾ ਸ਼ੁਰੂ ਕਰਤਾ, ਉਹ ਅਵਸਥਾ ਫੁਰਨੇ ਮੁੱਕ ਗਏ, ਅਫੁਰ ਅਵਸਥਾ ਸੱਚ ਦੀ ਵਿਚਾਰ ਜੀਵਨ 'ਚ ਆ ਗਈ, ਗੁਰੂ ਦੀ ਬਾਣੀ ਨੂੰ ਸਮਝਣ 'ਤੇ ਵਿਚਾਰਨ ਲੱਗ ਪਿਆ। ਇਹ ਕਦੋਂ ਹੋਏਗਾ? ਜਦੋਂ ਗੁਰੂ ਸਰੋਵਰ ਵਿੱਚ ਇਸ਼ਨਾਨ ਕਰਨਾ ਸ਼ੁਰੂ ਕਰੇਗਾ। ਰਹਾਉ ਦਾ ਬੰਸੀ ਗੁਰ ਸਮਾਨ, ਗੁਰ ਸਮਾਨ ਪੜ੍ਹੋ ਜੀ ਇੱਕ ਵਾਰ, ਗੁਰ ਸਮਾਨ ਤੀਰਥ ਨਹੀਂ ਕੋਈ। ਇਹ ਚੇਤਾ ਰੱਖਣਾ, ਗੁਰੂ ਵਰਗਾ ਕੋਈ ਤੀਰਥ ਸਥਾਨ ਨਹੀਂ। ਦੁਨਿਆਵੀ ਸਥਾਨਾਂ 'ਤੇ ਜਾਓ, ਮੁਬਾਰਕ ਹੈ, 100 ਵਾਰ ਜਾਓ, ਇਸ਼ਨਾਨ ਕਰੋ, ਕੋਈ ਮਨਾਹੀ ਨਹੀਂ, ਪਰ ਗੁਰੂ ਸਰੋਵਰ ਵਿੱਚ ਇਸ਼ਨਾਨ ਕਰਨਾ ਭੁੱਲਿਓ ਨਾ ਭਾਈ।
ਭੁੱਲਿਓ ਨਾ। ਇਹਦੇ ਵਿੱਚ ਆਪ ਇਸ਼ਨਾਨ ਕਰੋ, ਆਪ ਗੁਰਬਾਣੀ ਪੜ੍ਹੋ, ਆਪ ਗੁਰਬਾਣੀ ਸਮਝੋ, ਆਪ ਗੁਰਬਾਣੀ ਵਿਚਾਰੋ। ਜਿਉਂ ਜਿਉਂ ਪੜ੍ਹਦੇ ਜਾਵਾਂਗੇ ਮਨ ਦੀ ਮੈਲ ਲਹਿੰਦੀ ਜਾਏਗੀ, ਮਨ ਉਜਲਾ ਹੁੰਦਾ ਜਾਏਗਾ, ਪਾਰ ਜੀਵਨ 'ਚੋਂ ਲਹਿੰਦਾ ਜਾਏਗਾ। ਜਿਹਨਾਂ ਮਹਾਨ ਯੋਧਿਆਂ ਦੇ ਅਸੀਂ ਦਿਨ ਮਨਾ ਰਹੇ ਹਾਂ, ਉਹਨਾਂ ਨੇ ਸਬਰ ਸੰਤੋਖ ਕਿੱਥੋਂ ਪ੍ਰਾਪਤ ਕੀਤਾ? ਇਸੇ ਮਹਾਨ ਸਰੋਵਰ ਵਿੱਚੋਂ। ਅੱਜ ਦੁਨੀਆ ਬੇਸੰਤੋਖੀ ਕਿਉਂ ਹੈ? ਬਾਹਰਲੇ ਸਰੋਵਰਾਂ 'ਤੇ ਨਹਾਉਂਦਿਆਂ ਸਬਰ ਨਹੀਂ ਆਉਣਾ ਜਦੋਂ ਤੱਕ ਗੁਰੂ ਸਰੋਵਰ 'ਚ ਇਸ਼ਨਾਨ ਨਹੀਂ ਕਰਦੇ। ਅਗਲਿਆਂ ਨੂੰ ਪਤਾ ਹੈ, ਉਹ ਤਾਂ ਸਾਨੂੰ ਇਸ ਸਰੋਵਰ ਤੱਕ ਪਹੁੰਚਣ ਨਹੀਂ ਦਿੰਦੇ। ਉਹ ਬਾਹਰਲਿਆਂ ਸਰੋਵਰਾਂ 'ਤੇ ਚੁੱਭੀਆਂ ਮਰਾ ਕੇ, ਬਾਹਰਲਿਆਂ ਸਰੋਵਰਾਂ ਦੇ ਗੇੜੇ ਲਵਾ ਕੇ ਸਾਨੂੰ ਮੋੜ ਦਿੰਦੇ ਨੇ। ਪਰ ਸਿੱਖਾ, ਹੁਣ ਤੂੰ ਆਪਣੀ ਗੱਲ ਪੱਲੇ ਬੰਨ ਲਾ ਕਿ ਮੈਂ ਜਿੰਨੀ ਦਰ ਤੱਕ ਇਸ ਸਰੋਵਰ 'ਚ ਆਪ ਚੁੱਭੀ ਨਹੀਂ ਮਾਰਦਾ ਉਦੋਂ ਤੱਕ ਵਾਪਸ ਹੁਣ ਮੈਂ ਜਾਣਾ ਨਹੀਂ, ਆਪ ਇਸ਼ਨਾਨ ਕਰਨਾ ਹੈ। ਫਿਰ ਅਖੀਰ 'ਤੇ ਦੋ ਤਿੰਨ ਬੇਨਤੀਆਂ ਨੇ, ਚੰਗੀਆਂ ਗੁਰਬਾਣੀ ਦੀਆਂ ਕਿਤਾਬਾਂ ਨਾਲ ਸੰਬੰਧਿਤ ਕਿਤਾਬਾਂ ਰੱਖੋ, ਲਿਟਰੇਚਰ ਰੱਖੋ, ਗੁਰਬਾਣੀ ਦੀਆਂ ਸੈਂਚੀਆਂ ਆਪਣੇ ਘਰਾਂ 'ਚ ਰੱਖੋ, ਸਹਿਜ ਪਾਠ ਆਪ ਕਰਨਾ ਸ਼ੁਰੂ ਕਰੋ। ਖਾਸ ਕਰਕੇ ਭੈਣਾਂ ਅੱਗੇ ਬੇਨਤੀ ਹੈ, ਜਿਉਂ ਜਿਉਂ ਅਸੀਂ ਗੁਰਬਾਣੀ ਨਾਲ ਜੁੜਦੇ ਜਾਵਾਂਗੇ ਸਾਡੇ ਪਰਿਵਾਰਾਂ ਦਾ ਮਾਹੌਲ ਵੀ ਬਦਲੇਗਾ। ਅੱਜ ਸਹਿਣਸ਼ੀਲਤਾ ਕਿਉਂ ਘੱਟ ਗਈ ਹੈ? ਅੱਜ ਕਿਉਂ ਨਹੀਂ ਘਰਾਂ ਦੇ ਵਿੱਚ ਇੱਕ ਦੂਜੇ ਦੀ ਗੱਲ ਜਰਨ ਵਾਲੀ ਗੱਲ ਰਹੀ? ਕਿਉਂ? ਕਿਉਂਕਿ ਜੋ ਕੁਝ ਸੁਣਦੇ ਹਾਂ, ਜੋ ਕੁਝ ਵੇਖਦੇ ਹਾਂ, ਜੋ ਕੁਝ ਖਾਂਦੇ ਹਾਂ, ਉਹਦਾ ਪ੍ਰਭਾਵ ਸਾਡੇ ਜੀਵਨ 'ਤੇ ਪੈ ਰਿਹਾ ਹੈ। ਆਓ ਗੁਰਬਾਣੀ ਨੂੰ ਸਮਝੀਏ, ਵਿਚਾਰੀਏ, ਇੱਕ ਅੰਦਰ ਪ੍ਰਣ ਕਰੀਏ, ਇੱਕ ਅੰਦਰ ਪੈਦਾ ਕਰੀਏ ਆਪਣੇ ਅੰਦਰ ਜਜ਼ਬਾ। ਸਾਨੂੰ ਵਿਸ਼ਵਾਸ ਆਏ ਕਿ ਗੁਰੂ ਦਾ ਮੁਕਾਬਲਾ ਹੋਰ ਕੋਈ ਨਹੀਂ ਕਰ ਸਕਦਾ। ਜਿਹੜੀ ਗੱਲ ਸਤਿਗੁਰ ਨੇ ਬਾਣੀ 'ਚ ਲਿਖੀ ਹੈ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾ ਹਮਾਰੀ, ਅਵਰ ਨਾ ਸੂਝੇ ਦੂਜੀ ਠਾਰ। ਠਾਰ ਦਾ ਅਰਥ ਹੁੰਦਾ ਟਿਕਾਣਾ। ਜਦੋਂ ਆਪਾਂ ਕਿਤੇ ਜਾਂਦੇ, ਦੂਜਾ ਪੁੱਛਦਾ, ਭਾਈ ਉੱਥੇ ਤੂੰ ਜਾ ਰਿਹਾ, ਕੋਈ ਠਾਰ ਹੈ ਤੇਰੀ? ਰਵੇਂਗਾ ਕਿੱਥੇ? ਉਹ ਕਹਿੰਦਾ ਤਾਏ ਦਾ ਪੁੱਤ ਹੈ, ਚਾਚੇ ਦਾ ਪੁੱਤ ਹੈ, ਭੂਆ ਦਾ ਬੇਟਾ ਹੈ, ਦੋਸਤ ਹੈ ਮੇਰਾ ਕੋਈ, ਮੈਂ ਉੱਥੇ ਰਾਤ ਰਹਿ ਪਾਂਗਾ। ਕਹਿੰਦੇ ਉੱਥੇ ਬੰਦਾ ਦੱਸਦਾ ਮੇਰੀ ਆਹ ਠਾਰ ਹੈ। ਗੁਰੂ ਸਾਹਿਬ ਕਹਿੰਦੇ ਨੇ ਅਵਰ ਨਾ ਸੂਝੈ ਦੂਜੀ ਠਾਰ, ਮੈਨੂੰ ਹੋਰ ਕੋਈ ਸੁੱਝਦੀ ਨਹੀਂ ਰੱਬ ਜੀ, ਤੁਹਾਡੇ ਤੋਂ ਬਿਨਾਂ ਕੋਈ ਹੋਰ ਠਾਰ ਮੈਂ ਕਿੱਥੇ ਜਾਵਾਂ। ਅਵਰ ਨਾ ਸੂਝੈ ਦੂਜੀ ਠਾਰ, ਹਾਰ ਪਰਿਓ ਤਾਂ ਦੁਆਰੀ, ਤਾਂ ਤੁਹਾਡੇ ਦਰਵਾਜ਼ੇ 'ਤੇ ਆਇਆ। ਹੁਣ ਵਿਸ਼ਵਾਸ ਕਰਕੇ ਆਇਆ ਕਿ ਲੇਖਾ ਛੋੜ। ਹੁਣ ਇੱਕ ਕੰਮ ਕਰਿਓ, ਜੇ ਆ ਹੀ ਗਏ ਆ ਨਾ ਤਾਂ ਲੇਖਾ ਨਾ ਕਰਨ ਬਹਿ ਜਿਓ। ਜੇ ਤੁਸੀਂ ਲੇਖਾ ਕਰਨ ਬਹਿ ਗਏ, ਅਸੀਂ ਨਹੀਂ ਬਖਸ਼ੇ ਜਾਣਾ। ਫਿਰ ਇਹ ਕਰਿਓ, ਲੇਖਾ ਛੋੜ ਅਲੇਖੇ ਛੂਟੈ, ਹਮ ਨਿਰਗੁਣ ਲਿਹੋ ਉਵਾਰੀ, ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ, ਨਾਨਕ ਦਾ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੀ। ਲੇਖਾ ਛੋੜ, ਹੁਣ ਕਿਹੜੀ ਗਜ਼ਬ ਦੀ ਗੱਲ ਹੈ। ਗੁਰੂ ਅਰਜਨ ਸਾਹਿਬ ਤਾਂ ਰੱਬ ਨੂੰ ਮਨਾ ਰਹੇ ਨੇ ਵਿੱਚ ਪੈ ਕੇ, ਵੀ ਇਹਨਾਂ ਨਾਲ ਲੇਖਾ ਨਾ ਕਰਿਓ। ਇੱਦਾਂ ਹੀ ਜਿਵੇਂ ਪਿੰਡਾਂ 'ਚ ਜਦੋਂ ਬਾਪੂ ਜਾਇਦਾਦ ਵੰਡਣ ਲੱਗਦਾ, ਇੱਕ ਨੂੰਹ ਪੁੱਤ ਨੇ ਸੇਵਾ ਵੱਧ ਕੀਤੀ ਹੁੰਦੀ ਹੈ, ਦੂਜੇ ਨੇ ਪੁੱਛਿਆ ਵੀ ਨਹੀਂ ਹੁੰਦਾ, ਤੋ ਕਈ ਵਾਰੀ ਬਾਪੂ ਪ੍ਰਣ ਕਰਦਾ ਵੀ ਜਿਹਨਾਂ ਵੱਧ ਸੇਵਾ ਕੀਤੀ ਉਹਨਾਂ ਨੂੰ ਮੈਂ 2 ਕਿੱਲੇ, ਅੱਧਾ ਕਿੱਲਾ, 2 ਕਨਾਲਾਂ ਵੱਧ ਦੇ ਜਾਣੀ ਆ। ਪਰ ਸਿਆਣੇ ਬੰਦੇ ਪਿੰਡ 'ਚ ਆਉਂਦੇ ਆ, ਨਾ ਭਾਈ ਜ਼ਹਿਰ ਨਾ ਬੀਜ ਕੇ ਜਾਈ। ਰਿਸ਼ਤੇਦਾਰ ਸਿਆਣੇ ਆਣ ਕੇ ਆਉਂਦੇ ਆ, ਜ਼ਹਿਰ ਨਾ ਬੀਜੀਆਂ ਆਪਣੇ ਬੱਚਿਆਂ ਦੇ ਵਿੱਚ। ਜੇ ਤੂੰ ਇਹਨਾਂ ਵੱਲ ਵੇਖ ਕੇ ਦਿੱਤਾ, ਫਿਰ ਤਾਂ ਕੋਈ ਵਧੀਆ ਫੈਸਲਾ ਨਾ ਹੋਇਆ। ਤੂੰ ਸੁਭਾਅ ਆਪਣਾ ਵੇਖ, ਤੇਰਾ ਆਪਣਾ ਸੁਭਾਅ ਕੀ ਹੈ, ਤੂੰ ਆਪਣੇ ਸੁਭਾਅ ਮੁਤਾਬਕ ਫੈਸਲਾ ਕਰ। ਇਹਨਾਂ ਦੇ ਕੰਮਾਂ ਵੱਲ ਵੇਖ ਕੇ ਫੈਸਲਾ ਨਾ ਕਰ। ਜੇ ਤੂੰ ਇਹਨਾਂ ਦੇ ਕੰਮਾਂ ਵੱਲ ਵੇਖਿਆ, ਇਹਨਾਂ ਨੂੰ ਤਾਂ 2 ਕਨਾਲਾਂ ਵੀ ਚਾਹੀਦੀ ਜਿਹੜੀ ਦੇ ਰਿਹਾ ਤੂੰ। ਜੇ ਤੂੰ ਇਹਨਾਂ ਦੇ ਕੰਮਾਂ ਵੱਲ ਵੇਖੇ, ਫਿਰ ਤਾਂ ਜਿਹੜੀ 1-2 ਕਿੱਲੇ ਬਣਦੀ ਹੈ ਵੀ ਨਹੀਂ ਚਾਹੀਦੀ ਇਹਨਾਂ ਨੂੰ। ਫਿਰ ਐਂ ਕਰਨ ਦੇ ਕੰਮ ਨਾ ਵੇਖ, ਸੁਭਾਅ ਆਪਣਾ ਵੇਖ। ਗੁਰੂ ਅਰਜਨ ਸਾਹਿਬ ਵਿੱਚ ਪੈ ਕੇ ਆਉਂਦੇ, ਰੱਬ ਜੀ ਇਹਨਾਂ ਦੇ ਕਰਮ ਨਾ ਵੇਖੋ, ਸੁਭਾਅ ਆਪਣਾ ਵੇਖੋ। ਗੁਰੂ ਸਾਹਿਬ ਤਾਂ ਰੱਬ ਨੂੰ ਮਨਾ ਰਿਹਾ ਵੀ ਲੇਖਾ ਛੋੜ ਅਲੇਖਾ ਛੁੱਟੈ, ਤੁਸੀਂ ਲੇਖਾ ਕਰਨਾ ਛੱਡ ਦਿਓ। ਜੇ ਤੁਸੀਂ ਲੇਖਾ ਕਰਨ ਲੱਗ ਪਏ, ਇਹਨਾਂ 'ਚੋਂ ਇੱਕ ਵੀ ਨਹੀਂ ਬਖਸ਼ੇਣਾ। ਐਵੇਂ ਨਹੀਂ ਸੀ ਕਿਹਾ ਭਾਈ ਗੁਰਦਾਸ ਨੇ, ਆਪਣੀ ਕਰਨੀ ਕਾਰ ਨਰਕ ਹੁਣ ਨਾ ਪਾਵਾਂ ਠੌਰ, ਆਪਣੇ ਕੰਮਾਂ ਕਰਕੇ ਤਾਂ ਮੈਂ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਲੈ ਪਾਉਣੀ। ਤੁਮਰੋ ਬਿਰਧ ਕਰ ਆਸਰਾ ਸਮਾਰੋ, ਇਹ ਤਾਂ ਤੇਰਾ ਸੁਭਾਅ ਵੇਖ ਕੇ ਮਾੜਾ ਮੋੜ ਭਰੋਸਾ ਬੱਝਦਾ। ਦਾਤਾ ਜੀ, ਜੇ ਮੈਂ ਆਪਣੇ ਕੰਮਾਂ ਵੱਲ ਵੇਖਾਂ ਨੂੰ ਤਾਂ ਨਰਕਾਂ ਵਾਲਿਆਂ ਵਿੱਚ ਜੇ ਕਿਤੇ ਨਰਕ ਹੋਏ, ਪਹਿਲੀ ਗੱਲ ਤਾਂ ਮੰਨਦਾ ਨਹੀਂ, ਜੇ ਹੋਏ ਉਹਨਾਂ ਵੀ ਧੱਕਾ ਮਾਰ ਕੇ ਬਾਹਰ ਕੱਢ ਦੇਣਾ ਵੀ ਸਾਡਾ ਵੀ ਕੋਈ ਸਟੇਟਸ ਆ ਰਹਿਣ ਦਾ, ਤੂੰ ਤਾਂ ਸਾਡੇ ਨਾਲ ਵੀ ਗਿਆ ਗੁਜ਼ਰਿਆ, ਉਹਨਾਂ ਵੀ ਧੱਕਾ ਮਾਰ ਕੇ ਬਾਹਰ ਕੱਢ ਦੇਣਾ। ਲੇਖਾ ਛੋੜ ਅਲੇਖੇ ਛੁੱਟੇ, ਗੁਰੂ ਸਾਹਿਬ ਤਾਂ ਰੱਬ ਨੂੰ ਮਨਾ ਰਹੇ ਆ ਵੀ ਲੇਖਾ ਕਰਨਾ ਛੱਡੋ। ਸਾਡੇ ਲੋਕ
ਇੱਥੇ ਇਹੋ ਜਿਹੇ ਪੈਦਾ ਹੋ ਗਏ ਜਿਹੜੇ ਬੰਦਿਆਂ ਨੂੰ ਸਿਖਾ ਰਹੇ ਆ ਰੱਬ ਨਾਲ ਲੇਖਾ ਕਰਨਾ। ਮੈਂ ਇੰਨੇ ਪਾਠ ਕੀਤੇ ਆ, ਮੈਂ ਇੰਨੀ ਮਾਲਾ ਫੇਰ ਲਈ ਆ, ਇਹ ਲੇਖਾ ਨਹੀਂ ਹੈ ਜੀ। ਉਹ ਬੋਲੋ ਪਿਆਰੇ, ਉਹ ਰੱਬ ਨਾਲ ਲੇਖਾ ਨਹੀਂ ਹੋ ਰਿਹਾ। ਮੈਂ ਇਹ ਪਾਠ ਯਾਦ ਕਰਕੇ ਇੰਨੀ ਵਾਰ ਕਰ ਲਿਆ, ਇੰਨਾ ਸਿਮਰਨ ਕਰ ਲਿਆ, ਇੰਨੀ ਬਾਣੀ ਪੜ੍ਹ ਲਈ, ਅੱਜ ਮਾਣਨਾ ਦਾ ਦੇ ਸਾਡੇ ਬਾਬਾ ਜੀ ਜਪਜੀ ਸਾਹਿਬ ਦੇ ਇੰਨੇ ਪਾਠ ਕਰਕੇ ਰੋਟੀ ਖਾਂਦੇ ਸੀ। ਗਿਣਤੀ ਕਰਨ ਦੀ ਲੋੜ ਹੈ ਸਾਹ ਸੰਗਤ ਜੀ? ਭਲਾ ਉਹ ਬੋਲੋ ਪਿਆਰੇ, ਉਹ ਗਿਣਤੀ ਕਰਨ ਦੀ ਜ਼ਰੂਰਤ ਹੈ। ਅੱਛਾ, ਇਹ ਗਿਣਤੀ ਕਰਦਾ ਕੌਣ ਸੀ? ਉਹਨਾਂ ਨੂੰ ਪਤਾ ਜੇ ਬਾਬਾ ਕਰਦਾ ਸੀ ਫਿਰ ਬਾਬੇ ਦਾ ਪਾਠ 'ਚ ਧਿਆਨ ਨਹੀਂ ਸੀ, ਫਿਰ ਜਾਂ ਬਾਬੇ ਨੇ ਇੱਕ ਬੰਦਾ ਰੱਖਿਆ ਸੀ ਉਹ ਗਿਣਤੀ ਕਰਦਾ ਸੀ ਵੀ ਇੰਨੇ ਪਾਠ ਕਰਦਾ ਹੋਏਗਾ ਤਾਂ ਗੱਲ ਬਣਨੀ। ਇੱਥੇ ਤਾਂ ਸਤਿਗੁਰ ਸੇਤੀ ਗਣਤ ਜਿਹਾ ਰੱਖਿਆ, ਹਾਲਤ ਪਲਤ ਸਭ ਤਿਸਕਾ ਗਿਆ। ਇੱਕ ਨਹੀਂ ਆਸ਼ਕੀ, ਇਹ ਕਾਹਦੀ ਆਸ਼ਕੀ ਹੈ? ਲੇਖੇ ਵਰਤਾ ਸੋਏ, ਜਿਹੜਾ ਹਿਸਾਬ ਕਿਤਾਬ 'ਚ ਪੈ ਗਿਆ ਉਹ ਆਸ਼ਕ ਕਾਹਦਾ? ਇੱਥੇ ਹਿਸਾਬ ਕਿਤਾਬ ਤੋਂ ਉੱਪਰ ਉੱਠਣਾ ਹੈ। ਹਿਸਾਬ ਕਿਤਾਬ 'ਚ ਪੈ ਗਿਆ ਉਹ ਕਾਹਦੀ ਆਸ਼ਕੀ? ਭਾਈ ਹਿਸਾਬ ਕਿਤਾਬ ਤੋਂ ਉੱਪਰ ਉੱਠ, ਪਰ ਅੱਜ ਤਾਂ ਹਿਸਾਬ ਕਿਤਾਬ ਕੀਤਾ ਜਾ ਰਿਹਾ ਬਾਹਰਲੇ ਚਿੰਨ ਛੱਡ ਕੇ। ਗੁਰਬਾਣੀ ਖੁਦ ਪੜ੍ਹਨੀ, ਵਿਚਾਰਨੀ, ਆਪ ਸ਼ੁਰੂ ਕਰੋ ਤਾਂ ਕਿ ਸਾਡੀ ਸੁਰਤ ਉੱਚੀ ਹੋ ਸਕੇ, ਅਸੀਂ ਆਪਣੇ ਅੰਦਰੋਂ ਜਜ਼ਬਾ ਪੈਦਾ ਕਰ ਸਕੀਏ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਜੋ ਸੁਪਨਾ ਲਿਆ ਸੀ, ਜੋ ਇਨਕਲਾਬੀ ਵਿਚਾਰ ਸਾਨੂੰ ਬਖਸ਼ਿਸ਼ ਕੀਤੇ ਸਨ ਗੁਰਦੇਵ ਪਿਤਾ ਮਹਾਰਾਜ ਨੇ, ਉਹ ਆਪਣੀ ਸੁਰਤ ਵਿੱਚ ਆਪਣੀ ਝੋਲੀ ਵਿੱਚ ਪਾਉਂਦੇ ਜਾਈਏ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਗੁਰੂ ਦਾ ਇਹ ਖਜ਼ਾਨਾ, ਗੁਰੂ ਦਾ ਉਹ ਉਪਦੇਸ਼ ਹਰ ਸਿੱਖ ਨੇ ਆਪਣੇ ਘਰ ਵਿੱਚ ਸਾਂਭ ਕੇ ਰੱਖਣਾ ਹੈ, ਉਹਨੂੰ ਪੜ੍ਹਨਾ ਹੈ, ਵਿਚਾਰਨਾ ਹੈ, ਆਪਣੀ ਸੁਰਤ ਵਿੱਚ ਲੈ ਕੇ ਆਉਣਾ ਹੈ। ਧੰਨਵਾਦ ਹੈ ਸਾਰਿਆਂ ਦਾ, ਦੂਰਾਂ ਨੇੜਿਆਂ ਤੋਂ ਆਈ ਸੰਗਤ ਜੋ ਆਪਣੇ ਸਾਧਨਾਂ ਵਿੱਚ ਸੰਗਤਾਂ ਨੂੰ ਦੂਰਾਂ ਤੋਂ ਲੈ ਕੇ ਆਏ ਨੇ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਲੰਗਰ ਪ੍ਰਸ਼ਾਦ ਪਾਣੀ ਤਿਆਰ ਕੀਤਾ ਹੈ। ਮੁੱਖ ਦੀ ਗੱਲ ਹੈ ਸਮੁੱਚੇ ਸਮਾਗਮਾਂ ਦੇ ਵਿੱਚ ਆਪਣੇ ਵੱਲੋਂ ਤਨ ਮਨ ਧਨ ਦੇ ਨਾਲ ਜਿਨ੍ਹਾਂ ਨੇ ਵੀ ਸਾਥ ਸਹਿਯੋਗ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਦੇ, ਅਰੋਗਤਾ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅਸੀਂ ਆਪਣੇ ਪਰਿਵਾਰਾਂ 'ਚ ਪਿਆਰ ਇਤਫਾਕ ਨਾਲ ਰਹਿ ਕੇ ਗੁਰੂ ਪਾਤਸ਼ਾਹ ਦੀ ਬਾਣੀ ਖੁਦ ਪੜ੍ਹ ਸਕੀਏ, ਵਿਚਾਰ ਸਕੀਏ, ਦੇਸ਼ ਕੌਮ ਦੀ ਵਧੀਆ ਸੇਵਾ ਕਰ ਸਕੀਏ, ਗੁਰੂ ਦੇ ਪਾਏ ਹੋਏ ਇਹਨਾਂ ਪੂਰਨਿਆਂ 'ਤੇ ਆਪ ਤੁਰ ਸਕੀਏ, ਅਤੇ ਸੁਪਨਾ ਆਪਣੇ ਅੰਦਰ ਐਸਾ ਸਿਰਜੀਏ ਕਿ ਸਾਡੇ ਬੱਚੇ ਵੀ ਬਾਬਾ ਅਜੀਤ ਸਿੰਘ ਵਰਗੇ, ਬਾਬਾ ਜੁਝਾਰ ਸਿੰਘ ਵਰਗੇ, ਬਾਬਾ ਜ਼ੋਰਾਵਰ ਸਿੰਘ ਵਰਗੇ, ਬਾਬਾ ਫਤਿਹ ਸਿੰਘ ਵਰਗੇ ਹੋਣ। ਅਸੀਂ ਆਪਣੇ ਅੰਦਰ ਇੱਕ ਜਜ਼ਬਾ ਪੈਦਾ ਕਰ ਸਕੀਏ, ਜਿਵੇਂ ਛੋਟੇ ਸਾਹਿਬਜ਼ਾਦਿਆਂ ਅੰਦਰ ਉਹ ਜਜ਼ਬਾ ਸੀ ਕਿ ਅਖੀਰ ਤੱਕ ਉਹਨਾਂ ਆਪਣੇ ਆਪ ਨੂੰ ਡੋਲਣ ਨਹੀਂ ਦਿੱਤਾ, ਜਿਹਨਾਂ ਅਖੀਰ 'ਤੇ ਕਿਹਾ ਸਿੱਖੀ ਕੀ ਨੀਂਹ ਹਮ ਹੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇਂ ਬਣਾ ਚੱਲੇ, ਸਿੱਖੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ, ਗੱਦੀ ਤਾਜੋ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆ ਮੇਂ ਜ਼ਾਲਮੋਂ ਕਾ ਨਿਸ਼ਾਂ ਤੱਕ ਮਿਟਾਏਗੀ, ਠੋਡੀ ਤੱਕ ਈਟੇ ਚਿੰਦੀ ਮੂੰਹ ਤੱਕ ਆ ਗਈ, ਬੀਨੀ ਕੋ ਢਾਪਤੇ ਉਹ ਆਖੋਂ ਪੇਸ਼ਾ ਗਈ, ਲਖਤੇ ਜਿਗਰ ਗੁਰੂ ਕੇ ਵੋ ਦੋਨੋਂ ਛੁਪਾ ਗਈ, ਜੋਗੀ ਜੀ ਇਸਕੇ ਬਾਅਦ ਹੋਈ ਥੋੜ੍ਹੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਈਟੋਂ ਕਾ ਢੇਰ ਥੀ, ਈਟੋਂ ਕਾ ਢੇਰ ਥੀ। ਬਾਪ ਅੱਲਾ ਯਾਰ ਖਾਂ ਜੋਗੀ ਨੇ ਜੋ ਲਿਖਿਆ ਹੈ ਉਹਨੇ ਜਜ਼ਬਾ ਦੱਸਿਆ ਹੈ ਕਿ ਉਹਨਾਂ ਸਾਹਿਬਜ਼ਾਦਿਆਂ ਵਿੱਚ ਕਿੱਡਾ ਵੱਡਾ ਜਜ਼ਬਾ ਸੀ, ਕੀ ਉਹਨਾਂ ਅੰਦਰ ਵਿਚਾਰ ਸੀ, ਜੋ ਸੁਪਨਾ ਲਿਆ ਸੀ ਉਹ ਸਮਾਂ ਦੂਰ ਨਾ ਗਿਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਸੇ ਜਗ੍ਹਾ 'ਤੇ ਇੱਕ ਵਾਰ ਖਾਲਸਾ ਰਾਜ ਕਾਇਮ ਕਰਕੇ ਵਿਖਾ ਦਿੱਤਾ। ਅਤੇ ਬਹੁਤ ਵਿਦਵਾਨਾਂ ਨੇ ਇਹ ਗੱਲ ਲਿਖੀ ਹੈ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਨੂੰ ਆਉਂਦੇ ਨੇ, ਸਿੱਖਾਂ ਨੂੰ ਜਗਾਉਣ ਲਈ ਇੱਕੋ ਨਾਰਾ ਸੀ ਉਹਨਾਂ ਕੋਲ, ਆਓ ਸਿੱਖੋ ਤੁਹਾਨੂੰ ਸਰਹੰਦ ਆਵਾਜ਼ਾਂ ਮਾਰਦੀ ਹੈ, ਤੁਹਾਨੂੰ ਚਮਕੌਰ ਸਾਹਿਬ ਦੀ ਗੜੀ ਆਵਾਜ਼ਾਂ ਮਾਰਦੀ ਹੈ। ਸਿੱਖ ਕੰਮ ਛੱਡ ਕੇ, ਆਪਣੇ ਘਰ ਛੱਡ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਨਾਲ ਜਾ ਕੇ ਸ਼ਾਮਿਲ ਹੋਏ। ਚੰਗਾ ਇਤਿਹਾਸ ਪੜ੍ਹੋ ਤਾਂ ਕਿ ਸਾਨੂੰ ਆਪਣਿਆਂ ਪੁਰਖਿਆਂ ਦਾ, ਆਪਣਿਆਂ ਵੱਡ ਵਡੇਰਿਆਂ ਬਾਰੇ ਖੁਦ ਪਤਾ ਲੱਗ ਸਕੇ। ਆਪ ਪੜ੍ਹਨ ਦੀ ਆਦਤ ਪਾਈਏ, ਬਾਹਰ ਸਟਾਲ ਲਾਇਆ ਵੀਰਾਂ ਨੇ, ਚੰਗੀਆਂ ਵਿਦਵਾਨਾਂ ਦੀਆਂ ਕਿਤਾਬਾਂ ਨਾਲ ਲੈ ਕੇ ਜਾਓ, ਪੜ੍ਹਨ ਦੀ ਆਦਤ ਪਾਓ, ਗੁਰਬਾਣੀ ਖੁਦ ਸਮਝੋ, ਚੰਗਾ ਸੁਣੋ, ਨਹੀਂ ਪੜ੍ਹ ਸਕਦੇ ਸੁਣਨ ਦੀ ਆਦਤ ਪਾਓ ਤਾਂ ਕਿ ਸਾਡੀ ਸੋਚ ਸਾਡੀ ਵਿਚਾਰ ਬਦਲ ਸਕੇ। ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਹੈ, ਸ਼ੁਕਰਾਨਾ ਜਿੰਨਾ ਮਾਲਕ ਦਾ ਕਰੀਏ ਉਨਾ ਥੋੜ੍ਹਾ ਹੈ ਕਿ ਸਾਨੂੰ ਉੱਦਮ ਆਪ ਬਖਸ਼ਿਸ਼ ਕੀਤਾ। ਫਿਰ ਬੇਨਤੀ ਹੈ, ਇਹ ਅੰਦਰ ਅਰਦਾਸ ਕਰਨੀ ਹੈ ਕਿ ਉੱਦਮ ਕਰੋ, ਕਰਾਂਗਾ ਮੈਂ ਪਰ ਕਰਾਉਣਾ ਹੈ ਤੁਸੀਂ ਸੱਚੇ ਪਾਤਸ਼ਾਹ, ਉੱਦਮ ਕਰੋ ਕਰਾਵੋ ਠਾਕੁਰ। ਹੇ ਠਾਕੁਰ ਜੀ, ਉੱਦਮ ਮੈਂ ਕਰਨਾ ਪਰ ਕਰਵਾਉਣਾ ਤੁਸੀਂ ਹੈ ਮੇਰੇ ਕੋਲੋਂ, ਮੈਨੂੰ ਹੌਸਲਾ ਦੇਈ ਜਾਇਓ, ਮੈਂ ਤੁਰਿਆ ਰਵਾਂ, ਮੈਂ ਕਿਤੇ ਥੱਕ ਨਾ ਜਾਵਾਂ, ਮੈਂ ਕਿਤੇ ਅੱਕ ਨਾ ਜਾਵਾਂ, ਮੈਂ ਕਿਤੇ ਡੋਲ ਨਾ ਜਾਵਾਂ। ਇਹ ਅਰਦਾਸ ਸਿੱਖ ਨੇ ਗੁਰੂ ਅੱਗੇ ਕਰਨੀ ਆ, ਤੂੰ ਮੇਰੋ ਮੇਰ ਪਰਬਤ ਸੁਆਮੀ,
ओट गही मैं तेरी, ना तुम डोलो ते ना हम गिरते, रख लीनी हार मेरी। पर दूजे बने देवी देवा पूजे डोले पार ब्रह्म नहीं जाना, फैसला आपा करना। जे ते डोलना फिर पूजा करी जो देवी देवा पूजे नाल डोले। इधर की है भी ना तुम डोलो ना हम गिरते, ना बापू ने आप डिगना है ना उन्हें डोलना है ते ना उन्हें मैनू डोलन देना ना सानू डोलन देना। बस ये चेता रखना कि असी ओदे नाल जुड़े हाँ, जिहड़ा आप अडोल है ते सानू कदी भी डोलन नहीं देवेगा। तार जी अरे एक टेक तू लाहा बेडानी आस, नानक नाम ते आई है कारज आवै रास। एक बार अखीर ते इन्हां तुकां दा पाठ कर लईए, फिर साध संगत जी समाप्ति है। राग प्रभाती दा शब्द सी, गुरु नानक साहिब जी दा उच्चारण कीता सी, 1329 अंक ते ये शब्द सुभाए मन सी। अमृत नीर ज्ञान मन मजन, 68 तीर्थ संग गहे, गुर उपदेश जवाहर माणक, सेवे सिख सो खोज लहै। गुर समान तीर्थ नहीं कोए, सर संतोख तास गुर होए। ये शब्द नू आप पढ़िए विचारीए, सहज पाठ करदे आ सानू गुरबाणी दे होर अनेक कीमती मोती प्राप्त होणगे। एक बार इन्हां तुकां दा पाठ कर लईए, फिर समाप्ति है जी। गुरपुरा जना सिमरिया, गुरपुरा जना सिमरिया, सेई पैनहाल, सेई पैनहाल, नानक नाम आराधना, नानक नाम आराधना, कारज आवै रास, कारज आवै रास, कारज आवै रास, कारज आवै रास, एको है पाई एको है, एको है पाई एको है, साहेब मेरा एको है, साहेब मेरा एको है, साहेब मेरा एको है, साहेब मेरा एको है, कोटान कोट शुकराना है अकाल पुरख परमात्मा का, जिन्हां ने साडे ते अपार बख्शिश कीती है। बाकी बेनती है साध संगत जिहड़े भी पिंडां विच सूझवान ग्रंथी बच्चियां दीआं नाल नाल क्लासां लगा रहे ने, गुरमत दा ज्ञान पिंडां विच दे रहे ने, उन्हां पिंडां दे वीरां दा फर्ज बनदा है उन्हां ग्रंथी साहिबानां दा वध तों वध साथ दिओ, तां कि ओह होर चढ़दी कला विच जा के बच्चियां नूं गुरमत सिखा सकण, गुरमत उत्ते पहरा दे सकन। जेडे गुरमत उत्ते पहरा दे रहे मैं उन्हां दी गल कर रहा, पिंडां दा फर्ज बनता है उन्हां दे नाल खलोण, तां कि गुरमत दी विचार घर घर विच पहुँच सके। ते ग्रंथी साहिबानां दा भी फर्ज बनता है बच्चियां नूं सिखाउण वास्ते कोई ना कोई नवें तों नवें उपराले करके क्लासां दे रूप दे विच उन्हां नूं ज्ञान देण, तां कि साडे बच्चे गुरमत वाले बन्ने तुरन। परिवारां दा भी फर्ज बनता है कि असीं नाल साथ देईए, बच्चियां विच बैठ के आप गुरबाणी पढ़िए, उन्हां नूं गुरबाणी दे नाल जोड़न दा आप उपराला करन दा यतन करिए। सारिआं दा धन्नवाद, शुकराना मालक दा, फतेह बुलाओ, गज के आखो जी वाहिगुरु जी का खालसा वाहिगुरु जी की फतेह।